ਸੋ ਜੇ ਗੱਲ ਕੀਤੀ ਜਾਵੇ ਬ੍ਰੇਨ ਦੀ, ਬ੍ਰੇਨ ਜਿਹੜਾ ਹੈਗਾ ਸਾਡਾ ਸਭ ਤੋਂ ਜ਼ਿਆਦਾ ਕੰਪਲੈਕਸ ਔਰਗਨ ਹੈ ਸਾਡੇ ਸਰੀਰ ਦੇ ਵਿੱਚ। ਜੇ ਕੋਈ ਸਭ ਤੋਂ ਜ਼ਿਆਦਾ ਕੰਪਲੈਕਸ ਔਰਗਨ ਹੈਗਾ ਤਾਂ ਕਿਹੜਾ ਹੈ ਉਹ? ਸਾਡਾ ਬ੍ਰੇਨ। ਐਂਡ ਸਭ ਤੋਂ ਜ਼ਿਆਦਾ ਕੀ ਆ, ਇੰਪੋਰਟੈਂਟ। ਵੈਸੇ ਦੇਖੋ ਸਾਰੇ ਔਰਗਨ ਇੰਪੋਰਟੈਂਟ ਆ, ਬਟ ਜਿਹੜਾ ਬ੍ਰੇਨ ਹੈਗਾ ਉਹਨੂੰ ਮੈਂ ਮੰਨਦਾ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਔਰਗਨ ਹੈਗਾ ਇਹ। ਠੀਕ ਹੈ, ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਇਹਦਾ ਸਟਰਕਚਰ ਹੈਗਾ, ਜਿਹੜਾ ਆਪਾਂ ਐਨਾਟਮੀ ਦੇ ਵਿੱਚ ਕਵਰ ਕਰਨਾ ਹੈ, ਉਹ ਕੀ ਆ? ਮੈਨਿੰਜਿਸ, MENINGES। ਸੋ ਇਹ ਮੈਨਿੰਜਿਸ ਕੀ ਆ? ਇੱਕ ਤਰੀਕੇ ਦਾ ਕਨੈਕਟਿਵ ਟਿਸ਼ੂ ਆ। ਜਿਵੇਂ ਆਪਾਂ ਪੜ੍ਹਿਆ ਸੀ ਹੱਡੀ, ਹੱਡੀ ਦੇ ਬਾਹਰ ਇੱਕ ਕਨੈਕਟਿਵ ਟਿਸ਼ੂ ਹੁੰਦਾ ਜਿਹਨੂੰ ਆਪਾਂ ਪੈਰੀਓਸਟੀਅਮ ਬੋਲਦੇ ਹਾਂ। ਇੱਧਰ ਜਿਹੜਾ ਸਾਡਾ ਬ੍ਰੇਨ ਆ ਤੇ ਜਿਹੜੀ ਸਾਡੀ ਸਪਾਈਨਲ ਕੋਰਡ ਆ, ਉਹਦੇ ਬਾਹਰ ਇਹ ਇੱਕ ਕੀ ਆ, ਇੱਕ ਕਨੈਕਟਿਵ ਟਿਸ਼ੂ ਜਿਹਨੂੰ ਆਪਾਂ ਕੀ ਬੋਲਦੇ ਹਾਂ? ਮੈਨਿੰਜਿਸ। ਐਂਡ ਇਹਦੀਆਂ 3 ਲੇਅਰਸ ਹੁੰਦੀਆਂ। ਕਿੰਨੀਆਂ ਲੇਅਰਸ ਹੁੰਦੀਆਂ ਇਹਦੀਆਂ? 3 ਲੇਅਰਸ। ਐਂਡ ਜਿਹੜਾ ਮੈਨਿੰਜਿਸ ਹੈਗਾ ਆ, ਇਹ ਸਾਡੇ ਬ੍ਰੇਨ ਐਂਡ ਜਿਹੜੀ ਸਾਡੀ ਸਪਾਈਨਲ ਕੋਰਡ ਆ ਉਹਦੀ ਪ੍ਰੋਟੈਕਸ਼ਨ ਕਰਦਾ ਹੈ। ਠੀਕ ਹੈ, ਕਨੈਕਟਿਵ ਟਿਸ਼ੂ ਹੈਗਾ, ਕਨੈਕਟਿਵ ਟਿਸ਼ੂ ਹੈਗਾ। ਅਗਲਾ ਫੰਕਸ਼ਨ ਕੀ ਹੈ ਇਹਦਾ? ਪ੍ਰੋਟੈਕਸ਼ਨ। ਜਿੱਦਾਂ ਤੁਹਾਨੂੰ ਮੈਂ ਅੱਗੇ ਵੀ ਐਗਜ਼ਾਮਪਲ ਦਿੰਦਾ ਹੁੰਦਾ, ਜਿੱਦਾਂ ਤੁਹਾਡੇ ਸਰਟੀਫਿਕੇਟਸ ਦੇ, ਹੈ ਨਾ, ਚਾਹੇ BPED ਦੇ, MPED ਦੇ ਆ, ਜਾਂ ਤੁਹਾਡਾ ਆਧਾਰ ਕਾਰਡ ਆ, ਤੁਸੀਂ ਕੀ ਕਰਦੇ ਹੋ ਉਹਨੂੰ? ਉਹਨੂੰ ਲੈਮੀਨੇਟ ਕਰਾ ਕੇ ਰੱਖਦੇ ਹੋ। ਰੱਖਦੇ ਹੋ ਕਿ ਨਹੀਂ ਰੱਖਦੇ? ਤਾਂ ਕਿ ਉਹ ਖਰਾਬ ਨਾ ਹੋਵੇ, ਹੈ ਨਾ, ਫਟੇ ਨਾ। ਇੱਦਾਂ ਜਿਹੜਾ ਸਾਡਾ ਬ੍ਰੇਨ ਆ, ਹੈ ਨਾ, ਉਹਦੀ ਜਿਹੜੀ ਇੱਕ ਲੈਮੀਨੇਸ਼ਨ ਆ, ਉਹ ਲੈਮੀਨੇਸ਼ਨ ਦਾ ਨਾਮ ਕੀ ਆ? ਮੈਨਿੰਜਿਸ। ਠੀਕ ਹੈ, ਹੁਣ ਆਪਾਂ ਗੱਲ ਕਰਾਂਗੇ ਇਹਨਾਂ 3 ਲੇਅਰਸ ਬਾਰੇ। ਇਹ 3 ਲੇਅਰਸ ਕਿਹੜੀਆਂ ਕਿਹੜੀਆਂ ਹੈਗੀਆਂ ਸੈਪਰੇਟਲੀ, ਐਂਡ ਇਹਨਾਂ ਲੇਅਰਸ ਦੇ ਵਿੱਚ ਸਪੇਸ ਵੀ ਹੁੰਦੀ ਆ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ, ਦਾ ਮੈਨਿੰਜਿਸ ਆਰ 3 ਲੇਅਰਸ ਕਨੈਕਟਿਵ ਟਿਸ਼ੂ। ਮੈਨਿੰਜਿਸ ਕੀ ਨੇ? 3 ਲੇਅਰ ਕਨੈਕਟਿਵ ਟਿਸ਼ੂ ਨੇ, ਮਤਲਬ 3 ਇਹਨਾਂ ਦੀਆਂ ਪਰਤਾਂ ਹੁੰਦੀਆਂ ਨੇ। ਅੱਗੇ ਕੀ ਲਿਖਿਆ? ਦੈਟ ਪ੍ਰੋਟੈਕਟ ਦ ਬ੍ਰੇਨ, ਦੈਟ ਪ੍ਰੋਟੈਕਟ ਦ ਬ੍ਰੇਨ। ਇੱਥੇ ਲਿਖਣਾ ਭੁੱਲ ਗਿਆ, ਬ੍ਰੇਨ ਤਾਂ ਹੈਗਾ ਹੀ ਓਵਰਆਲ। ਆਪਾਂ ਕਿਤ ਤੱਕ, ਮੇਰੀ ਆਵਾਜ਼ ਮਿਊਟ ਹੋਈ? ਸੈਰੀਬ੍ਰਮ ਲਿਖਿਆ। ਓਕੇ, ਸੋ ਬ੍ਰੇਨ ਕੀ ਆ? ਬ੍ਰੇਨ ਓਵਰਆਲ, ਬ੍ਰੇਨ ਨੂੰ ਇਹ ਕੀ ਪ੍ਰੋਟੈਕਟ ਕਰਦੀ ਆ? ਉਹਦੇ ਵਿੱਚ ਸੈਰੀਬ੍ਰਮ ਮਿਸ ਕਰ ਦਿੱਤਾ ਸੀਗਾ, ਸੈਰੀਬ੍ਰਮ ਲਿਖਤਾ, ਦੈਨ ਸੈਰੀਬੈਲਮ। ਸੈਰੀਬੈਲਮ ਤੋਂ ਬਾਅਦ ਕੀ ਸਾਡੇ ਕੋਲੇ? ਬ੍ਰੇਨ ਸਟੈਮ। ਬ੍ਰੇਨ ਸਟੈਮ ਦੇ ਵਿੱਚ ਸਾਡੇ ਕੋਲ 3 ਪਾਰਟਸ ਹੁੰਦੇ ਆ। ਬ੍ਰੇਨ ਸਟੈਮ 3 ਪਾਰਟਸ ਤੋਂ ਬਣਦੀ ਆ। ਇੱਕ ਹੁੰਦਾ ਸਾਡੇ ਕੋਲੇ ਮਿਡ ਬ੍ਰੇਨ, ਠੀਕ ਹੈ ਜੀ, ਉਸ ਤੋਂ ਬਾਅਦ ਪੋਨਸ, ਉਸ ਤੋਂ ਬਾਅਦ ਮੈਡੂਲਾ ਓਬਲੋਂਗ ਕਾਟਾ, ਠੀਕ ਹੈ ਜੀ। ਉਸ ਤੋਂ ਬਾਅਦ ਸਾਡੇ ਕੋਲ ਕੀ ਹੈ ਲਾਸਟ ਦੇ ਵਿੱਚ? ਸਪਾਈਨਲ ਕੋਰਡ, ਠੀਕ ਹੈ। ਸੋ ਇਹ ਮੈਨਿੰਗਸ ਕੀ ਆ? ਤੁਹਾਡੇ ਓਵਰਆਲ ਬ੍ਰੇਨ ਨੂੰ ਕੀ ਆ, ਐਂਡ ਤੁਹਾਡੀ ਸਪਾਈਨਲ ਕੋਰਡ ਨੂੰ ਕੀ ਆ? ਪ੍ਰੋਟੈਕਟ ਕਰਨ ਦਾ ਕੰਮ ਕਰਦੀ ਹੈ। ਸੋ ਗੱਲ ਆਪਾਂ ਕੀਤੀ ਹੈ ਕਿ 3 ਲੇਅਰਸ ਹੁੰਦੀਆਂ। ਸੋ ਉਹ 3 ਲੇਅਰਸ ਦੇ ਨਾਮ ਕੀ ਨੇ? ਸਭ ਤੋਂ ਜਿਹੜੀ ਬਾਹਰਲੀ ਲੇਅਰ ਆ ਸਾਡੇ ਕੋਲ, ਹੈ ਨਾ, ਉਹਦਾ ਨਾਮ ਕੀ ਆ? ਡਿਊਰਾ ਮਾਟਾ। ਸਭ ਤੋਂ ਵਿੱਚ ਵਾਲੀ ਲੇਅਰ ਆ ਉਹਦਾ ਨਾਮ ਕੀ ਆ? ਅਰੈਕਨੋਇਡ ਮਾਟਾ। ਤੇ ਜਿਹੜੀ ਸਭ ਤੋਂ ਅੰਦਰਲੀ ਲੇਅਰ ਆ ਉਹਦਾ ਨਾਮ ਕੀ ਆ? ਪੀਆ ਮਾਟਾ, ਠੀਕ ਹੈ ਜੀ। ਸਭ ਤੋਂ ਬਾਹਰਲੀ ਲੇਅਰ ਡਿਊਰਾ ਮਾਟਾ, ਸਭ ਤੋਂ ਵਿੱਚ ਵਾਲੀ ਲੇਅਰ ਇਹਨੂੰ ਕੀ ਬੋਲਦੇ ਆ? ਅਰੈਕਨੋਇਡ ਮਾਟਾ। ਤੇ ਜਿਹੜੀ ਸਭ ਤੋਂ ਅੰਦਰਲੀ ਲੇਅਰ ਆ ਉਹਦਾ ਨਾਮ ਕੀ ਆ? ਪੀਆ ਮਾਟਾ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਪੀਆ ਮਾਟਾ ਦੇ ਬਾਰੇ, ਠੀਕ ਹੈ। ਸੋ ਜਿਹੜਾ ਵਰਡ ਹੈਗਾ ਪੀਆ, ਪੀਆ ਦਾ ਮਤਲਬ ਕੀ ਹੁੰਦਾ? ਸੋਫਟ। ਕੀ ਮਤਲਬ ਹੁੰਦਾ? ਸੋਫਟ। ਜਿੱਦਾਂ ਟਿਸ਼ੂ ਪੇਪਰ ਦੇ ਤੁਸੀਂ ਦੇਖਿਆ ਹੋਣਾ, ਟਿਸ਼ੂ ਪੇਪਰ ਸੋਫਟ ਹੁੰਦਾ ਨਾ, ਇੱਦਾਂ ਇਹ ਵੀ ਜਿਹੜਾ ਮੈਟਾ ਹੈਗਾ ਇਹ ਕੀ ਆ? ਸੋਫਟ ਹੁੰਦਾ। ਐਂਡ ਜਿਹੜਾ ਤੁਹਾਡਾ ਬ੍ਰੇਨ ਹੁੰਦਾ ਉਹਦੇ ਨਾਲ ਇਹ ਬਿਲਕੁਲ ਕੀ ਹੁੰਦਾ? ਚਿਪਕਿਆ ਹੁੰਦਾ ਬ੍ਰੇਨ ਦੇ ਨਾਲ, ਠੀਕ ਹੈ ਨਾ। ਸੋ ਇਹਨੂੰ ਕੀ ਬੋਲਦੇ ਆ?
ਪੀਆ ਮਾਤਾ ਸੋ ਦ ਇਨਰ ਮੋਸਟ ਇਹ ਕੀ ਹੈ ਸਭ ਤੋਂ ਇਨਰ ਮੋਸਟ ਅੰਦਰ ਵਾਲੀ ਲੇਅਰ ਐਂਡ ਕਲੋਜ਼ਲੀ ਐਡਹੇਰਿੰਗ ਟੂ ਦ ਬ੍ਰੇਨ ਮਤਲਬ ਬੜੇ ਮਤਲਬ ਕਲੋਜ਼ਲੀ ਦਾ ਮਤਲਬ ਕੀ ਹੁੰਦਾ ਇੱਕਦਮ ਨੇੜੇ ਐਡਹੇਰਿੰਗ ਦਾ ਮਤਲਬ ਕੀ ਹੁੰਦਾ ਯੂ ਨੋ ਚਿਪਕਿਆ ਹੋਣਾ ਉਸ ਚੀਜ਼ ਨੂੰ ਠੀਕ ਹੈ ਕਲੋਜ਼ਲੀ ਐਡਹੇਰਿੰਗ ਟੂ ਦ ਬ੍ਰੇਨ ਸਰਫੇਸ ਜਿਹੜੀ ਸਤਾ ਹੁੰਦੀ ਹੈ ਬ੍ਰੇਨ ਦੀ ਸਰਫੇਸ ਉਹਨੂੰ ਇਹ ਚਿਪਕਿਆ ਹੁੰਦਾ ਇਨਕਲੂਡਿੰਗ ਆਲ ਦ ਫੋਲਡਸ ਐਂਡ ਕ੍ਰੀਸਿਸ ਸੋ ਇਹ ਫੋਲਡਸ ਕੀ ਹੈਗੇ ਆ ਹਨਾ ਇਹ ਇਹਨਾਂ ਬਾਰੇ ਆਪਾਂ ਗੱਲ ਕਰਾਂਗੇ ਜਦੋਂ ਆਪਾਂ ਪੜਾਂਗੇ ਜਾਇਰਸ ਤੇ ਸਲਕਸ ਕੀ ਪੜਾਂਗੇ ਜਾਇਰਸ ਐਂਡ ਸਲਕਸ ਜਿਹੜੇ ਜਾਇਰਸ ਹੁੰਦੇ ਆ ਫੋਲਡਸ ਹੁੰਦੇ ਆ ਤੇ ਕ੍ਰੀਸਿਸ ਜਿਹੜੀਆਂ ਹੁੰਦੀਆਂ ਉਹਨੂੰ ਸਲਕਸ ਬੋਲਦੇ ਆ ਸੋ ਇਹ ਜਿਹੜਾ ਪੀਆ ਮਾਟਾ ਆ ਠੀਕ ਹੈ ਜੀ ਇਹ ਕੀ ਆ ਇਨਰ ਮੋਸਟ ਲੇਅਰ ਹੈਗੀ ਆ ਕਿਹਦੀ ਇਨਰ ਮੋਸਟ ਲੇਅਰ ਆ ਮੈਂ ਤੁਹਾਨੂੰ ਦੱਸਿਆ ਸੀਗਾ ਕਿਹਦੀ ਲੇਅਰ ਆ ਇਨਰ ਮੋਸਟ ਮੈਨਿੰਗਸ ਦੀ ਠੀਕ ਹੈ ਜੀ ਐਂਡ ਕਲੋਜ਼ਲੀ ਐਡਹੇਰਿੰਗ ਟੂ ਦ ਬ੍ਰੇਨ ਸਰਫੇਸ ਜਿਹੜਾ ਸਾਡਾ ਬ੍ਰੇਨ ਆ ਉਹਦੀ ਸਤਾ ਦੇ ਨਾਲ ਇਹ ਇੱਕਦਮ ਲੱਗਿਆ ਹੁੰਦਾ ਪੀਆ ਮਾਟਾ ਐਂਡ ਇਹਦਾ ਜਿਹੜਾ ਓਰੀਜਨ ਆ ਨਾਮ ਜਿਹੜਾ ਹੈਗਾ ਨੇਮ ਓਰੀਜਨ ਪੀਆ ਦਾ ਮਤਲਬ ਸੋਫਟ ਐਂਡ ਮਾਟਾ ਦਾ ਮਤਲਬ ਕੀ ਆ ਮਦਰ ਮਤਲਬ ਸੋਫਟ ਮਦਰ ਕਲੀਅਰ ਹਾਂਜੀ ਕਲੀਅਰ ਹੈ ਜੀ ਕੋਈ ਡਾਊਟ ਇਹਦੇ ਵਿੱਚ ਮਤਲਬ ਜੇ ਤੁਹਾਡਾ ਬ੍ਰੇਨ ਆ ਅੱਗੇ ਅੱਗੇ ਆਪਣੇ ਕੋਲ ਇਹ ਮਾਡਲ ਵੀ ਹੈਗਾ ਉਹ ਵੀ ਦੇਖਾਂਗੇ ਮੰਨ ਲਓ ਤੁਹਾਡਾ ਬ੍ਰੇਨ ਆ ਇੱਦਾਂ ਕਰਕੇ ਠੀਕ ਆ ਤੇ ਉਹਦੇ ਉੱਪਰ ਜਿਹੜੀ ਸਭ ਤੋਂ ਪਹਿਲੀ ਪਰਤ ਹੈਗੀ ਆ ਸਾਡੇ ਕੋਲ ਠੀਕ ਹੈ ਜਿੱਦਾਂ ਆਹ ਪਰਤ ਆ ਪਹਿਲੀ ਸਾਡੇ ਕੋਲ ਠੀਕ ਹੈ ਜੀ ਇਹ ਪਰਤ ਦਾ ਨਾਮ ਕੀ ਹੈ ਸਾਡੇ ਕੋਲ ਪੀਆ ਮਾਟਾ ਮਤਲਬ ਸੋਫਟ ਮਦਰ ਨੈਕਸਟ ਅਗਲੀ ਲੇਅਰ ਜਿਹੜੀ ਹੈਗੀ ਆ ਕੀ ਲਿਖਿਆ ਹੋਇਆ ਅਰੈਕਨੋਇਡ ਮਾਟਾ ਕੀ ਆ ਅਰੈਕਨੋਇਡ ਮਾਟਾ ਸੋ ਇੱਥੇ ਜਿਹੜੀ ਹੁਣ ਮੈਂ ਅਗਲੀ ਲੇਅਰ ਬਣਾਉਂਦਾ ਇੱਥੇ ਇੱਕ ਵਾਰੀ ਐਂਡ ਇਹ ਲੇਅਰ ਦੇ ਨਾ ਇੱਦਾਂ ਮਤਲਬ ਟ੍ਰਿਬੈਕਰੀਓ ਨਿਕਲੇ ਹੁੰਦੇ ਇੱਦਾਂ ਇੱਦਾਂ ਸਪਾਈਡਰ ਵਾਂਗੂ ਠੀਕ ਹੈ ਜੀ ਇਹ ਕਿਹੜੀ ਹੈ ਤੁਹਾਡੀ ਲੇਅਰ ਅਰੈਕਨੋਇਡ ਮਾਟਾ ਅਰੈਕਨੋਇਡ ਮੈਟਾ ਸੋ ਅਰੈਕਨੋਇਡ ਦਾ ਮਤਲਬ ਕੀ ਆ ਬੇਸਿਕਲੀ ਅਰੈਕਨੋਇਡ ਦਾ ਮਤਲਬ ਹੈਗਾ ਆ ਸਪਾਈਡਰ ਸਪਾਈਡਰ ਲਾਈਕ ਵੈਬ ਜਾਂ ਪ੍ਰੋਜੈਕਸ਼ਨਸ ਜਿੱਦਾਂ ਸਪਾਈਡਰ ਹੁੰਦੀ ਨਾ ਹਨਾ ਉਹਦੇ ਹੱਥ ਹੁੰਦੇ ਆ ਇੱਦਾਂ ਇੱਦਾਂ ਤੁਸੀਂ ਦੇਖੇ ਹੋਣੇ ਉਹਦੇ ਜਿਹੜੇ ਪੈਰ ਜਾਂ ਹੱਥ ਕਹਿ ਲਓ ਹਨਾ ਸੋ ਉਸ ਤੋਂ ਬਾਅਦ ਐਂਡ ਮੈਟਾ ਦਾ ਤੁਹਾਨੂੰ ਮਤਲਬ ਪਤਾ ਹੈ ਮਦਰ ਠੀਕ ਹੈ ਜੀ ਉਸ ਤੋਂ ਬਾਅਦ ਇਹ ਕੀ ਕਹਿ ਰਿਹਾ ਡਿਸਕ੍ਰਿਪਸ਼ਨ ਕੀ ਹੈ ਇਹਦੀ ਪੋਜੀਸ਼ਨਡ ਬਿਟਵੀਨ ਦ ਪੀਆ ਮਾਟਾ ਐਂਡ ਡਿਊਰਾ ਮਾਟਾ ਇਹ ਜਿਹੜੀ ਲੇਅਰ ਹੈਗੀ ਆ ਅਰੈਕਨੋਇਡ ਮੈਟਾ ਇਹ ਪੀਆ ਮਾਟਾ ਤੇ ਡਿਊਰਾ ਮੈਟਾ ਦੇ ਵਿੱਚ ਹੁੰਦੀ ਆ ਮਤਲਬ ਇਹ ਸੈਕਿੰਡ ਲੇਅਰ ਹੈਗੀ ਹੈ ਵਿੱਚ ਵਿਚਾਲੇ ਵਾਲੀ ਲੇਅਰ ਉਸ ਤੋਂ ਬਾਅਦ ਬੋਲਿਆ ਇਟ ਇਜ਼ ਏ ਕਨੈਕਟਿਵ ਟਿਸ਼ੂ ਪ੍ਰੋਜੈਕਸ਼ਨ ਕਾਲਡ ਟ੍ਰਿਬੈਕੂਲਰ ਜਿੱਦਾਂ ਤੁਹਾਨੂੰ ਦਿਖਾਇਆ ਮੈਂ ਆਹ ਵੇਖੋ ਟ੍ਰਿਬੈਕੂਲਰ ਬਣੇ ਹੋਏ ਆ ਹਨਾ ਇੱਕ ਤਰੀਕੇ ਦੇ ਸਪਾਈਡਰ ਵੈਬ ਵਾਂਗੂ ਠੀਕ ਹੈ ਜੀ ਉਸ ਤੋਂ ਬਾਅਦ ਦੈਟ ਲੁਕਸ ਲਾਈਕ ਸਪਾਈਡਰ ਵੈਬ ਜਿੱਦਾਂ ਮੱਕੜੀ ਦਾ ਜਾਲ ਹੁੰਦਾ ਨਾ ਜਿੱਦਾਂ ਮੱਕੜੀ ਦਾ ਜਾਲ ਹੁੰਦਾ ਉਹਦੇ ਵਾਂਗੂ ਇਹ ਦਿਖਦੇ ਨੇ ਠੀਕ ਹੈ ਸੋ ਇਹ ਲੇਅਰ ਕਿਹੜੀ ਆ ਅਰੈਕਨੋਇਡ ਮਾਟਾ ਇਹ ਦੂਸਰੀ ਲੇਅਰ ਆ ਓਕੇ ਐਂਡ ਉਸ ਤੋਂ ਬਾਅਦ ਜਿਹੜੀ ਤੀਸਰੀ ਲੇਅਰ ਹੈਗੀ ਸਾਡੇ ਕੋਲ ਉਹਨੂੰ ਆਪਾਂ ਕੀ ਬੋਲਦੇ ਹਾਂ ਡਿਊਰਾ
ਮਾਟਾ ਕੀ ਬੋਲਦੇ ਹਾਂ ਡਿਊਰਾ ਮਾਟਾ ਠੀਕ ਹੈ ਸੋ ਇਹ ਕੀ ਹੈ ਸਭ ਤੋਂ ਆਊਟਰ ਮੋਸਟ ਲੇਅਰ ਐਂਡ ਟਫ ਲੇਅਰ ਦੈਟ ਐਡਹੇਅਰਸ ਟੂ ਦਾ ਸਕਲ ਜਿਹੜੀ ਸਾਡੀ ਪੀਆ ਮਾਟਾ ਸੀਗੀ ਉਹ ਕੀ ਸੀਗੀ ਸੋਫਟ ਸੀਗੀ ਬਟ ਜਿਹੜੀ ਸਾਡੀ ਡਿਊਰਾ ਮਾਟਾ ਹੁੰਦੀ ਆ ਠੀਕ ਹੈ ਡਿਊਰਾ ਮਾਟਾ ਦੇ ਉੱਪਰ ਕੀ ਹੋਏਗਾ ਡਿਊਰਾ ਮਾਟਾ ਦੇ ਉੱਪਰ ਤੁਹਾਡੀ ਹੱਡੀ ਜਿਹੜੀ ਤੁਹਾਡੀ ਸਕਲ ਆ ਉਹ ਹੁੰਦੀ ਆ ਠੀਕ ਹੈ ਸੋ ਆਹ ਵਾਲੀ ਜਿਹੜੀ ਲੇਅਰ ਆ ਡਿਊਰਾ ਮਾਟਾ ਇਹ ਕੀ ਹੁੰਦੀ ਆ ਟਫ ਹੁੰਦੀ ਆ ਟਫ ਲੇਅਰ ਹੁੰਦੀ ਆ ਤੇ ਜਿਹੜੀ ਸਭ ਤੋਂ ਅੰਦਰ ਪੀਆ ਮਾਟਾ ਸੀਗੀ ਉਹ ਕੀ ਸੀਗੀ ਦੱਸੋ ਸੋਫਟ ਸੋ ਇਹਦਾ ਨੇਮ ਓਰੀਜਿਨ ਕਿੱਦਾਂ ਡਿਊਰਾ ਮੀਨਸ ਟਫ ਠੀਕ ਹੈ ਜੀ ਮਤਲਬ ਜਿਹੜੀ ਡਿਊਰੇਬਲ ਹੋਵੇ ਡਿਊਰੇਬਲ ਇਨ ਨੇਚਰ ਠੀਕ ਹੈ ਨਾ ਜਿੱਦਾਂ ਮੰਨ ਲਓ ਤੁਸੀਂ ਕੁਛ ਸ਼ੋਪਿੰਗ ਕਰਨ ਜਾਂਦੇ ਹੋ ਸ਼ੂਜ਼ ਲੈਣੇ ਹੋਣ ਮੰਨ ਲਓ ਤੁਸੀਂ ਟਰੈਕਿੰਗ ਕਰਨ ਜਾ ਰਹੇ ਹੋ ਪਹਾੜਾਂ 'ਤੇ ਤੇ ਤੁਸੀਂ ਕੀ ਕਹਿੰਦੇ ਹੋ ਕਿ ਭਾਈ ਸ਼ੂਜ਼ ਉਹ ਦਿਖਾਇਓ ਜਿਹੜੇ ਡਿਊਰੇਬਲ ਹੋਣ ਟਫ ਹੋਣ ਟੁੱਟਣ ਨਾ ਜਲਦੀ ਠੀਕ ਹੈ ਸੋ ਆਹ ਵੀ ਜਿਹੜਾ ਹੁੰਦਾ ਮੈਟਰ ਹੁੰਦਾ ਡਿਊਰਾ ਮਾਟਾ ਦਾ ਉਹ ਕੀ ਹੁੰਦਾ ਜਿਹੜਾ ਕਨੈਕਟਿਵ ਟਿਸ਼ੂ ਬੜਾ ਟਫ ਹੁੰਦਾ ਐਂਡ ਸਭ ਤੋਂ ਆਊਟਰ ਮੋਸਟ ਹੁੰਦਾ ਸੋ ਕਲੀਅਰ ਹੋ ਗਿਆ ਇੱਕ ਵਾਰੀ ਆਪਾਂ ਰਿਵਾਈਜ਼ ਕਰ ਲਈਏ ਇਹ ਸਾਰਿਆਂ ਨੂੰ ਕਲੀਅਰ ਸਭ ਤੋਂ ਪਹਿਲੀ ਜਿਹੜੀ ਲੇਅਰ ਹੈਗੀ ਆ ਉਹ ਕਿਹੜੀ ਆ ਸਾਡੇ ਕੋਲ ਜਿਹੜੀ ਸਭ ਤੋਂ ਅੰਦਰ ਵਾਲੀ ਆ ਉਸ ਤੋਂ ਬਾਅਦ ਕਿਹੜੀ ਆ ਸਾਡੇ ਕੋਲੇ ਅਰੈਕਨੋਇਡ ਮਾਟਾ ਐਂਡ ਉਸ ਤੋਂ ਉੱਪਰ ਕੀ ਆ ਸਾਡੇ ਕੋਲੇ ਡਿਊਰਾ ਮਾਟਾ ਠੀਕ ਹੈ ਐਂਡ ਇਹਨਾਂ ਦੇ ਵਿੱਚ ਸਪੇਸ ਹੁੰਦੀ ਆ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ ਠੀਕ ਹੈ ਸਪੇਸਿਸ ਬਿਟਵੀਨ ਦਾ ਲੇਅਰਸ ਸਪੇਸਿਸ ਬਿਟਵੀਨ ਦਾ ਲੇਅਰਸ ਸਭ ਤੋਂ ਪਹਿਲਾਂ ਜਿਹੜੀ ਸਾਡੇ ਕੋਲ ਹੈਗੀ ਆ ਦੈਟ ਇਜ਼ ਸਬ ਐਕਰੋਇਡ ਸਬ ਐਕਰੋਇਨੋਇਡ ਸਪੇਸ ਠੀਕ ਹੈ ਜਿਹੜਾ ਆਪਾਂ ਪੜ੍ਹਿਆ ਸੀਗਾ ਪੀਆ ਮਾਟਾ ਤੋਂ ਬਾਅਦ ਕਿਹੜਾ ਪੜ੍ਹਿਆ ਸੀਗਾ ਅਰੈਕਨੋਇਡ ਹੈ ਨਾ ਅਰੈਕਨੋਇਡ ਤੇ ਪੀਆ ਮਾਟਾ ਦੇ ਵਿੱਚ ਜਿਹੜੀ ਸਪੇਸ ਆ ਸਭ ਦਾ ਮਤਲਬ ਕੀ ਹੁੰਦਾ ਤੁਸੀਂ ਸੁਣਿਆ ਹੋਣਾ ਇੰਸਪੈਕਟਰ ਇੰਸਪੈਕਟਰ ਥੱਲੇ ਕੀ ਹੁੰਦਾ ਸਬ ਇੰਸਪੈਕਟਰ ਸਬ ਇੰਸਪੈਕਟਰ ਹੁੰਦਾ ਨਾ ਸੋ ਇਹਦਾ ਮਤਲਬ ਕੀ ਆ ਅਰੈਕਨੋਇਡ ਤੋਂ ਥੱਲੇ ਵਾਲੀ ਜਿਹੜੀ ਸਪੇਸ ਇੱਥੇ ਲਿਖਿਆ ਸਬ ਅਰੈਕਨੋਇਡ ਅਰੈਕਨੋਇਡ ਤੋਂ ਥੱਲੇ ਵਾਲੀ ਸਪੇਸ ਹੈ ਨਾ ਪੀਆ ਮਾਟਾ ਤੇ ਅਰੈਕਨੋਇਡ ਦੇ ਵਿੱਚ ਵਾਲੀ ਜਿਹੜੀ ਸਪੇਸ ਹੁੰਦੀ ਆ ਉਹਨੂੰ ਆਪਾਂ ਕੀ ਬੋਲਦੇ ਹਾਂ ਸਬ ਅਰੈਕਨੋਇਡ ਸਪੇਸ ਐਂਡ ਇਸ ਸਪੇਸ ਦੇ ਵਿੱਚ ਤੁਹਾਡਾ ਜਿਹੜਾ ਫਲੂਇਡ ਹੁੰਦਾ ਠੀਕ ਆ ਜਿਹੜਾ ਤੁਹਾਡਾ ਫਲੂਇਡ ਹੁੰਦਾ ਬ੍ਰੇਨ ਦਾ ਉਹ ਰਨ ਕਰਦਾ ਸੋ ਇਹ ਸਪੇਸ ਕਿਹਦੇ ਕਿਹਦੇ ਵਿਚਾਲੇ ਆ ਬਿਟਵੀਨ ਦਾ ਅਰੈਕਨੋਇਡ ਮਾਟਾ ਐਂਡ ਪੀਆ ਮਾਟਾ ਠੀਕ ਹੈ ਉਸ ਤੋਂ ਬਾਅਦ ਕੀ ਹੈਗੀ ਸਾਡੇ ਕੋਲੇ ਸਬ ਡਿਊਰਲ ਸਪੇਸ ਹੁਣ ਸਬ ਡਿਊਰਲ ਸਬ ਡਿਊਰਾ ਡਿਊਰਾ ਮਾਟਾ ਪੜ੍ਹਿਆ ਸੀਗਾ ਨਾ ਡਿਊਰਾ ਮਾਟਾ ਦੇ ਥੱਲੇ ਵਾਲੀ ਜਿਹੜੀ ਸਪੇਸ ਆ ਹੁਣ ਡਿਊਰਾ ਮਾਟਾ ਥੱਲੇ ਵਾਲੀ ਸਪੇਸ ਕਿਹਦੇ ਵਿੱਚ ਹੋਏਗੀ ਡਿਊਰਾ ਮਾਟਾ ਤੇ ਅਰੈਕਨੋਇਡ ਮਾਟਾ ਦੇ ਵਿੱਚ ਠੀਕ ਹੈ ਨਾ ਸੋ ਇਹ ਕੀ ਕਹਿ ਰਿਹਾ ਬਿਟਵੀਨ ਦਾ ਡਿਊਰਾ ਮਾਟਾ ਐਂਡ ਅਰੈਕਨੋਇਡ ਮਾਟਾ ਓਕੇ ਇਹ ਜਿਹੜੀ ਸਪੇਸ ਹੁੰਦੀ ਹੈ ਉਹਨੂੰ ਕੀ ਬੋਲਦੇ ਹਾਂ ਆਪਾਂ ਸਬ ਡਿਊਰਲ ਸਪੇਸ ਉਸ ਤੋਂ ਬਾਅਦ ਲਾਸਟ ਸਾਡੇ ਕੋਲ ਹੈਗੀ ਹੈ ਐਪੀਡਿਊਰਲ ਸਪੇਸ ਐਪੀਡਿਊਰਲ ਸਪੇਸ ਕਿਹਦੇ ਵਿੱਚ ਹੁੰਦੀ ਆ ਠੀਕ ਹੈ ਜਿੱਦਾਂ ਤੁਹਾਡੀ ਸਕਲ ਆ ਸਕਲ ਤੇ ਜਿਹੜਾ ਤੁਹਾਡਾ ਡਿਊਰਾ ਮਾਟਾ ਉਹਨਾਂ ਦੋਵਾਂ ਦੇ ਵਿੱਚ ਜਿਹੜੀ ਸਪੇਸ ਹੈਗੀ ਆ ਜਿੱਦਾਂ ਤੁਹਾਡੀ ਹੱਡੀ ਆ ਸਕਲ ਆ ਤੇ ਜਿਹੜਾ ਤੁਹਾਡਾ ਡਿਊਰਾ ਮਾਟਾ ਉਹਨਾਂ ਵਿੱਚ ਜਿਹੜੀ ਸਪੇਸ ਹੈਗੀ ਆ ਉਹਨੂੰ ਕੀ ਬੋਲਦੇ ਆਪਾਂ ਐਪੀਡਿਊਰਲ ਸਪੇਸ ਜਾਂ ਐਕਸਟਰਾ ਡਿਊਰਲ ਸਪੇਸ ਠੀਕ ਹੈ ਜੀ ਸੋ ਬਿਟਵੀਨ ਦਾ ਡਿਊਰਾ ਮਾਟਾ ਐਂਡ ਦਾ ਸਕਲ ਕਲੀਅਰ ਹੋ ਗਿਆ ਯੈਸ ਕਲੀਅਰ ਸਰ ਬਾਕੀਆਂ ਨੂੰ ਅਨੂ ਮੈਮ ਸ਼ਿਵਾਨੀ ਏਕਤਾ ਕਲੀਅਰ ਹੈ ਜੀ ਚਲੀਏ ਅੱਗੇ
हाँ जी सर। तो आप देखो है ना, ये मैं एक इमेज कढ़ी सी, वैसे नेट तो मिली मैनू, जिहड़े मेरे को मॉडल सीगे उहदे विचों नहीं मिली मैनू ये इमेज, ठीक है जी। सो सब तो पहला तुसी देखना हैगा है ना, ये थोनू दिख रहा सही तरीके नाल कि जूम करा, थोड़ा दिख रहे हैं सर। जूम होना नहीं हैगा है। सो सब तो पहला मैं मार्क करूंगा इत्थे, ठीक है, आ वाली दिख रही थोनू आ लाइन, हाँ जी, ठीक है। ये की है थोड़ा सब तो इनर मोस्ट केड़ा हुंदा साडे कोले, ये ये मटा पिया मटा, ठीक है, पिया लिखता। उस तो बाद देखो इथे स्पाइडर वांगू प्रोजेक्शंस आ, देखो है ना, पढ़े थी ना आप स्पाइडर वांगू हुंद, हाँ जी सर, आहा देखो स्पाइडर वांगू वेब वांगू बन रहा है इधर, देखो आ देखो प्रोजेक्शंस। सो ये की है साडे कोले एरेक्नोइड अरेक्नोइड, मैटर, ਠੀਕ ਹੈ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਤੁਸੀਂ ਦੇਖ ਰਹੇ ਹੋ ਆਹ ਵਾਲੀ ਲੇਅਰ, ਇਹ ਇੱਕ ਮਿੰਟ ਮਾਰਕ ਕਰਦਾ ਮੈਂ, ਇਹ ਸਾਡਾ ਹੋ ਗਿਆ ਪੀਐਮ ਆਟਾ, ਇੱਕ ਮਿੰਟ ਆਹ ਵਾਲੀ ਦੇਖ ਰਹੇ ਹੋ ਲੇਅਰ। ਸੋ ਇਹ ਵਾਲੀ ਲੇਅਰ ਕੀ ਹੈ ਸਾਡੀ, ਜੀਰਾ ਜੀਰਾ ਬਲੈਕ ਜੀਰਾ ਮਟਰ, ਪੈਨ ਡਿਊਰਾ, ਐਂਡ ਉੱਪਰ ਦੇਖ ਰਹੇ ਹੋ ਤੁਸੀਂ, ਉੱਪਰ ਇੱਧਰ ਦੇਖੋ ਆ ਕੀ ਹੈ ਤੁਹਾਡੀ ਸਕਲ, ਸਕਲ ਜਾਂ ਜਦੋਂ ਜਾਂ ਨੂੰ ਬੋਨ ਕਹਿ ਲਓ, ਹਨ ਬੋਨ ਕਹਿ ਲੈਂਦੇ ਆ, ਠੀਕ ਹੈ। ਸੋ ਇਹ ਤੁਹਾਨੂੰ ਕਲੀਅਰ ਹੋ ਗਿਆ ਲੇਅਰਸ, ਹੁਣ ਭੁੱਲੋਗੇ ਤਾਂ ਨਹੀਂ ਕਦੀ, ਨੋ ਸਰ, ਨਹੀਂ ਨੋ ਸਰ, ਓਕੇ। ਸੋ ਲੇਅਰਸ ਹੋ ਗਈਆਂ, ਇਹਨਾਂ ਦਾ ਫੰਕਸ਼ਨ ਇਹ ਕੀ, ਇੱਕ ਤਰੀਕੇ ਦਾ ਕਨੈਕਟਿਵ ਟਿਸ਼ੂ ਹੈਗਾ, ਐਂਡ ਇਹਨਾਂ ਦਾ ਫੰਕਸ਼ਨ ਕੀ ਆ ਸੇਫਟੀ ਸਾਡੇ ਪ੍ਰੋਟੈਕਸ਼ਨ ਬ੍ਰੇਨ ਨੂੰ ਐਂਡ ਸਾਡੀ ਸਪਾਈਨਲ ਕੋਰਡ ਨੂੰ ਪ੍ਰੋਟੈਕਟ ਕਰਨਾ, ਪ੍ਰੋਟੈਕਟ ਕਰ, ਠੀਕ ਹੈ। ਐਂਡ ਕਿੰਨੀਆਂ ਲੇਅਰਸ ਨੇ, 3 ਲੇਅਰਸ ਨੇ, ਓਕੇ। ਅੱਗੇ ਚੱਲਦੇ ਹਾਂ ਹੁਣ ਆਪਾਂ, ਠੀਕ ਹੈ। ਮਾਈਕ ਬੰਦ ਹੋ ਗਿਆ, ਮੈਨੂੰ ਇੱਕ ਵਾਰੀ ਦੁਬਾਰਾ ਦੱਸ ਦਿਓ, ਠੀਕ ਹੈ। ਸੋ ਗੱਲ ਕਰਦੇ ਹਾਂ ਮੇਜਰ ਬ੍ਰੇਨ ਰੀਜਨਸ, ਮੇਜਰ ਬ੍ਰੇਨ ਰੀਜਨਸ। ਤੋ ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲ ਰੀਜਨ ਹੈਗਾ ਹੈ ਨਾ, ਉਹ ਕੀ ਆ, ਸੈਰੀਬ੍ਰਮ, ਠੀਕ ਹੈ, ਕੀ ਆ, ਸੈਰੀਬ੍ਰਮ। ਸੋ ਇਹਨਾਂ ਦੇ ਜਿਹੜੇ ਫੰਕਸ਼ਨਸ ਆ, ਜਿੱਦਾਂ ਹੁਣ ਆਪਾਂ ਸੈਰੀਬ੍ਰਮ ਪੜਾਂਗੇ, ਸੈਰੀਬ੍ਰਮ ਦੇ ਵਿੱਚ ਆਪਾਂ ਅਲੱਗ ਅਲੱਗ ਲੋਬਸ ਪੜ੍ਹਨੀਆਂ ਹੈਗੀਆਂ, ਜਿਵੇਂ ਆਪਾਂ ਪ੍ਰਾਈਟਲ ਲੋਬ ਪੜਾਂਗੇ, ਠੀਕ ਹੈ, ਦੈਨ ਆਪਾਂ ਫਰੰਟਲ ਲੋਬ ਪੜਾਂਗੇ, ਟੈਂਪੋਰਲ ਲੋਬ ਪੜਾਂਗੇ, ਆਕਸੀਪਿਟਲ ਲੋਬ ਪੜਾਂਗੇ। ਉਹਨਾਂ ਦੇ ਜਿਹੜੇ ਫੰਕਸ਼ਨਸ ਹੈਗੇ ਆ ਉਹ ਅਗਲੇ ਸੈਸ਼ਨ ਦੇ ਵਿੱਚ ਦੇਖਾਂਗੇ, ਠੀਕ ਹੈ। ਇਸ ਸੈਸ਼ਨ ਦੇ ਵਿੱਚ ਸਿਰਫ ਆਪਾਂ ਐਨਾਟਮੀ ਦੇਖਣੀ ਹੈਗੀ ਆ, ਠੀਕ ਹੈ। ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੈਰੀਬ੍ਰਮ ਦੀ, ਸੈਰੀਬ੍ਰਮ ਦੇ ਵਿੱਚ ਕੀ ਆ, ਦਾ ਮੋਸਟ ਅਡਵਾਂਸਡ ਪਾਰਟ ਆਫ ਦਾ ਬ੍ਰੇਨ, ਜਿਹੜਾ ਸੈਰੀਬ੍ਰਮ ਆ ਸਭ ਤੋਂ ਜ਼ਿਆਦਾ ਅਡਵਾਂਸ ਪਾਰਟ ਆ ਸਾਡੇ ਬ੍ਰੇਨ ਦਾ, ਬਹੁਤ ਯੂ ਨੋ ਜ਼ਰੂਰੀ, ਸਾਰੇ ਜ਼ਰੂਰੀ ਆ, ਬਟ ਇਹ ਜਿਹੜਾ ਕਹੀਏ ਕਿ ਇਹ ਮਤਲਬ ਅਤ ਲਾਜ਼ਮੀ ਆ, ਮਤਲਬ ਵੈਰੀ ਇੰਪੋਰਟੈਂਟ, ਠੀਕ ਹੈ। ਸੈਰੀਬ੍ਰਮ ਐਂਡ ਸਭ ਤੋਂ ਅਡਵਾਂਸ ਆ, ਰਿਸਪੋਂਸੀਬਲ ਕਾਹਦੇ ਵਾਸਤੇ ਜ਼ਿੰਮੇਵਾਰ ਹੈਗਾ, ਹਾਇਰ ਲੈਵਲ ਥਿੰਕਿੰਗ ਵਾਸਤੇ, ਠੀਕ ਹੈ। ਜੋ ਵੀ ਆਪਾਂ ਸੋਚਦੇ ਹਾਂ, ਪਲਾਨ ਕਰਦੇ ਹਾਂ, ਈਚ ਐਂਡ ਐਵਰੀਥਿੰਗ ਕਿੱਥੇ ਹੁੰਦਾ, ਉਹ ਸੈਰੀਬ੍ਰਮ ਦੇ ਵਿੱਚ। ਜੋ ਵੀ ਆਪਾਂ ਸੈਂਸ ਕਰ ਰਹੇ ਹਾਂ ਚੀਜ਼ਾਂ ਨੂੰ, ਜਿੱਦਾਂ ਤੁਸੀਂ ਸੁਣ ਰਹੇ ਹੋ ਮੈਨੂੰ, ਹਨਾ, ਉਹ ਕਿੱਥੇ ਜਾ ਰਿਹਾ ਤੁਹਾਡੇ, ਸੈਰੀਬ੍ਰਮ ਦੇ ਵਿੱਚ, ਠੀਕ ਹੈ। ਉਹ ਸੈਰੀਬ੍ਰਮ ਦੇ ਵਿੱਚ ਕਿਹੜੇ ਪਾਰਟ ਦੇ ਵਿੱਚ ਜਾ ਰਿਹਾ, ਕਿਹੜੀ ਲੋਬ ਦੇ ਵਿੱਚ ਜਾ ਰਿਹਾ, ਉਹਦੇ ਬਾਰੇ ਆਪਾਂ ਕੱਲ ਗੱਲ ਕਰਨੀ ਆ, ਠੀਕ ਹੈ ਨਾ। ਸੋ
ਆਪਾਂ ਪਲੈਨਿੰਗ ਕਰ ਰਹੇ ਹਾਂ, ਚੀਜ਼ਾਂ ਨੂੰ ਸੁਣ ਰਹੇ ਹਾਂ, ਚੀਜ਼ਾਂ ਨੂੰ ਅੰਡਰਸਟੈਂਡ ਕਰ ਰਹੇ ਹਾਂ, ਦੈਨ ਰਿਐਕਟ ਕਰ ਰਹੇ ਹਾਂ ਵੀ ਓਕੇ। ਸੋ ਉਸ ਤੋਂ ਬਾਅਦ ਇਟ ਇਜ਼ ਕਰੈਕਟਰਾਈਜ਼ਡ ਬਾਈ ਇਟਸ ਸਰਫੇਸ, ਠੀਕ ਹੈ, ਐਂਡ ਵਿਚ ਇਜ਼ ਕਵਰਡ ਇਨ ਜਾਇਰਾਏ ਐਂਡ ਸਲਕਾਏ, ਠੀਕ ਹੈ। ਇਹਦੀ ਜਿਹੜੀ ਸਰਫੇਸ ਆ ਤੁਸੀਂ ਦੇਖੋਗੇ, ਜਿਹੜਾ ਤੁਹਾਡਾ ਸੈਰੀਬ੍ਰਮ ਆ, ਹੈ ਨਾ, ਉਹਦੀ ਸਰਫੇਸ 'ਤੇ ਨਾ ਜਿੱਦਾਂ ਬੰਪਸ ਤੁਹਾਨੂੰ ਦੇਖਣਗੇ, ਤੁਸੀਂ ਦੇਖਿਆ ਹੋਏਗਾ ਬ੍ਰੇਨ, ਹੁਣੇ ਆਪਾਂ ਚੱਲਾਂਗੇ ਅੱਗੇ, ਬੰਪਸ ਦੇਖਣਗੇ। ਤੇ ਉਹ ਬੰਪਸ ਜਿੱਦਾਂ ਇੱਦਾਂ ਮੰਨ ਲਓ ਦੋ ਪਹਾੜ ਆ, ਇੱਕ ਪਹਾੜ ਇੱਧਰ ਆ, ਇੱਕ ਪਹਾੜ ਇੱਧਰ ਆ, ਵਿੱਚ ਉਹਦੇ ਕੀ ਆ, ਸੜਕ ਆ। ਜਿਹੜੇ ਪਹਾੜ ਤੁਹਾਨੂੰ ਦਿਖਣਗੇ, ਬੰਪਸ ਦਿਖਣਗੇ, ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ, ਉਹਨਾਂ ਨੂੰ ਆਪਾਂ ਬੋਲਦੇ ਹਾਂ ਜਾਇਰਸ। ਜੇ ਇੱਕ ਦੀ ਗੱਲ ਕਰ ਰਹੇ ਹਾਂ ਤਾਂ ਕੀ ਬੋਲਾਂਗੇ, ਜਾਇਰਸ। ਜੇ ਆਪਾਂ ਇੱਕ ਤੋਂ ਜ਼ਿਆਦਾ ਦੀ ਗੱਲ ਕਰ ਰਹੇ ਹਾਂ ਤਾਂ ਕੀ ਬੋਲਾਂਗੇ, ਜਾਇਰਾਏ, ਠੀਕ ਹੈ ਜੀ। ਇੱਕ ਦੀ ਗੱਲ ਕਰ ਰਹੇ ਹਾਂ ਤਾਂ ਜਾਇਰਸ, ਤੇ ਇੱਕ ਤੋਂ ਜ਼ਿਆਦਾ ਦੀ ਗੱਲ ਕਰ ਰਹੇ ਹਾਂ ਤੇ ਜਾਇਰਾਈ। ਤੇ ਇੱਦਾਂ ਹੀ ਜਿਹੜੀ ਸੜਕ ਦੀ ਗੱਲ ਆਪਾਂ ਕਰ ਰਹੇ ਹਾਂ, ਹੈ ਨਾ, ਜਿਹੜੀ ਮਤਲਬ ਯੂ ਨੋ ਜਿਹੜੀ ਸੜਕ ਆ, ਜਿਹੜਾ ਮਤਲਬ ਗਰੂਵ ਹੈਗਾ, ਉਹਨੂੰ ਆਪਾਂ ਕੀ ਬੋਲਦੇ ਹਾਂ, ਉਹਨੂੰ ਆਪਾਂ ਬੋਲਦੇ ਹਾਂ ਸਲਕਸ। ਕੀ ਬੋਲਦੇ ਹਾਂ, ਸਲਕਸ। ਇੱਕ ਦੀ ਗੱਲ ਕਰ ਰਹੇ ਹਾਂ ਤਾਂ ਸਲਕਸ, ਜੇ ਇੱਕ ਤੋਂ ਜ਼ਿਆਦਾ ਦੀ ਗੱਲ ਕਰ ਰਹੇ ਹਾਂ ਤਾਂ ਸਲਕਾਏ। ਕਲੀਅਰ, ਠੀਕ ਹੈ। ਇੱਥੇ ਲਿਖਿਆ ਹੋਇਆ ਉਹੀ ਕਵਰਡ ਇਨ, ਜਿਹੜੇ ਬੰਪਸ ਹੈਗੇ ਆ ਉਹ ਕੀ ਹੈ, ਜਾਇਰੇ, ਤੇ ਜਿਹੜੇ ਗਰੂਵਸ ਆ ਉਹ ਸਲਕਾਏ। ਉਸ ਤੋਂ ਬਾਅਦ ਸਾਡੇ ਕੋਲ ਹੈਗਾ ਇਹ ਬੋਲਿਆ ਕਿ ਸੈਰੀ ਬ੍ਰਹਮ ਤੋਂ ਥੱਲੇ, ਠੀਕ ਹੈ। ਜਿੱਦਾਂ ਹੁਣ ਆਪਾਂ ਪਿੱਛੇ ਦੀ ਗੱਲ ਕਰੀਏ, ਜਦੋਂ ਆਪਾਂ ਸਭ ਕੁਝ ਪੜਾਂਗੇ, ਹੈ ਨਾ, ਟੈਲੈਂਸੈਫਲਨ, ਹੈ ਨਾ, ਡਾਇਨਸੈਫਲਨ, ਸੋ ਉਹਦੇ ਵਿੱਚ ਸਾਰਾ ਕੁਝ ਦੇਖਾਂਗੇ। ਸੋ ਸੈਰੀਬਲਮ ਦੀ ਜੇ ਆਪਾਂ ਗੱਲ, ਸੋਰੀ, ਸੈਰੀਬੈਲਮ ਦੀ ਜੇ ਆਪਾਂ ਗੱਲ ਕਰੀਏ, ਸੈਰੀਬੈਲਮ ਦੀ, ਠੀਕ ਹੈ, ਇਹ ਕਿੱਥੇ ਲੋਕੇਟ ਕਰਦਾ, ਲੋਕੇਟਿਡ ਬੀਨੀਥ ਦਾ ਸੈਰੀਬ੍ਰਮ। ਸੈਰੀਬ੍ਰਮ ਦੇ ਥੱਲੇ ਕੀ ਹੁੰਦਾ, ਸੈਰੀ ਬੈਲਮ ਹੁੰਦਾ। ਐਂਡ ਇਹ ਕਾਹਦੇ ਲਈ ਰਿਸਪੋਂਸੀਬਲ ਹੁੰਦਾ, ਰਿਸਪੋਂਸੀਬਲ ਫੋਰ ਕੋਆਰਡੀਨੇਟਿੰਗ ਮੂਵਮੈਂਟ, ਜਿਹੜੀ ਆਪਾਂ ਮੂਵਮੈਂਟ ਕਰ ਰਹੇ ਉਹਨੂੰ ਕੋਆਰਡੀਨੇਟ ਕਰਨ ਵਾਸਤੇ, ਬੈਲੈਂਸ ਵਾਸਤੇ। ਐਂਡ ਹਾਲੇ ਤੱਕ ਸੈਰੀ ਬੈਲਮ ਦੇ ਜਿਹੜੇ ਸਹੀ ਫੰਕਸ਼ਨਸ ਆ, ਹੈ ਨਾ, ਉੱਤੇ ਰਿਸਰਚ ਚੱਲਦੀ ਪਈ ਆ, ਉੱਤੇ ਰਿਸਰਚ ਚੱਲਦੀ ਪਈ ਆ ਹਾਲੇ ਤੱਕ। ਮਤਲਬ ਇਹਦੇ ਹੋਰ ਵੀ ਬਹੁਤ ਸਾਰੇ ਫੰਕਸ਼ਨਸ ਆ ਜੋ ਸਾਨੂੰ ਹਾਲੇ ਤੱਕ ਪਤਾ ਨਹੀਂ ਲੱਗੇ, ਠੀਕ ਹੈ ਜੀ। ਐਂਡ ਇਹ ਮੈਂ ਕਿਸੇ ਕਿਤਾਬ ਦੇ ਵਿੱਚ ਪੜ੍ਹਿਆ ਸੀ, ਇਟ ਹੈਜ਼ ਇਟਸ ਓਨ ਡਿਸਟਿੰਕਟਿਵ ਫੋਲਡ ਕਾਲਡ ਫੋਲੀਆ, ਠੀਕ ਹੈ। ਜਿੱਦਾਂ ਆਪਾਂ ਗੱਲ ਕੀਤੀ ਕਿ ਜਿਹੜਾ ਸਾਡਾ ਸੈਰੀਬ੍ਰਮ ਆ ਉਹਦੇ ਵਿੱਚ ਕੀ ਹੁੰਦੇ ਆ, ਜਾਇਰਸ ਹੁੰਦੇ, ਬੰਪਸ ਹੁੰਦੇ, ਹੈ ਨਾ, ਬੰਪਸ ਨੂੰ ਆਪਾਂ ਜਾਇਰਸ ਬੋਲਦੇ ਹਾਂ ਤੇ ਗਰੂਵਸ ਨੂੰ ਆਪਾਂ ਸਲਕਸ ਬੋਲਦੇ ਹਾਂ। ਤੇ ਇੱਦਾਂ ਹੀ ਜਿਹੜਾ ਤੁਹਾਡਾ ਸੈਰੀਬੈਲਮ ਹੋਏਗਾ ਉਹਦੇ ਵਿੱਚ ਵੀ ਨਾ ਪਰਤਾਂ ਬਣੀਆਂ ਹੁੰਦੀਆਂ, ਇੱਦਾਂ ਦਾ ਕਰਕੇ ਮੈਂ ਦਿਖਾਊਂਗਾ ਤੁਹਾਨੂੰ ਪਰਤਾਂ ਉਹ। ਤੇ ਉਹਨਾਂ ਪਰਤਾਂ ਨੂੰ ਆਪਾਂ ਕੀ ਬੋਲਦੇ ਹਾਂ, ਫੋਲੀਆ ਬੋਲਦੇ ਹਾਂ। ਕੀ ਬੋਲਦੇ ਹਾਂ ਜੀ, ਫੋਲੀਆ। ਆਵਾਜ਼ ਆ ਰਹੀ ਹੈ ਨਾ ਮੇਰੀ, ਹਾਂਜੀ, ਓਕੇ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਹੈਗਾ ਬ੍ਰੇਨ ਸਟੈਮ, ਠੀਕ ਹੈ। ਬ੍ਰੇਨ ਸਟੈਮ ਦੇ ਵਿੱਚ ਕੀ ਹੈ ਸਾਡੇ ਕੋਲੇ, ਜਿਵੇਂ ਤੁਹਾਨੂੰ ਦੱਸਿਆ ਸੀ, ਮਿਡ ਬ੍ਰੇਨ ਆ ਸਾਡੇ ਕੋਲੇ, ਪੌਨਸ ਆ, ਦੈਨ ਲਾਸਟ ਸਾਡੇ ਕੋਲ ਕੀ ਆ, ਮੈਡਿਊਲਾ ਓਬਲੋਂਗ ਗਾਟਾ, ਠੀਕ ਹੈ, ਮੈਡਿਊਲਾ ਓਬਲੋਂਗ ਗਾਟਾ। ਸੋ ਦਾ ਬ੍ਰੇਨ ਸਟੈਮ ਇਜ਼ ਅਸੈਂਸ਼ੀਅਲ ਫੋਰ ਬੇਸਿਕ ਲਾਈਫ ਫੰਕਸ਼ਨ, ਜਿੰਨੇ ਵੀ ਸਾਡੀ ਜ਼ਿੰਦਗੀ ਦੇ ਬੇਸਿਕ ਲਾਈਫ ਫੰਕਸ਼ਨ ਆ, ਚਾਹੇ ਸਾਡੀ ਹਾਰਟ ਰੇਟ ਆ, ਚਾਹੇ ਸਾਡੀ ਬਰੀਥਿੰਗ ਰੇਟ ਆ, ਉਹਨੂੰ ਸਾਰਿਆਂ ਨੂੰ ਯੂ ਨੋ ਮੈਨੇਜ ਕਰਨ ਦਾ ਕੰਮ ਕੌਣ ਕਰਦਾ, ਤੁਹਾਡਾ ਬ੍ਰੇਨ ਸਟੈਮ। ਤੇ ਬ੍ਰੇਨ ਸਟੈਮ ਦਾ ਕਿਹੜਾ ਪਾਰਟ ਕਰਦਾ ਉਹਦੇ ਬਾਰੇ ਜਦੋਂ ਆਪਾਂ ਫੰਕਸ਼ਨਸ ਦੀ ਗੱਲ ਕਰਾਂਗੇ, ਲਾਈਕ ਮਿਡ ਬ੍ਰੇਨ ਦੀ, ਲਾਈਕ ਪੌਨਸ, ਲਾਈਕ ਮੋਡਿਊਲਾ ਦੀ, ਉਹਦੇ ਵਿੱਚ ਆਪਾਂ ਉਹ ਗੱਲ ਕਰਾਂਗੇ, ਠੀਕ ਹੈ ਜੀ। ਸੋ ਇੰਨਾ ਕਲੀਅਰ ਆ ਸਾਡੇ ਕੋਲ ਕੀ ਹੈਗਾ, ਸੈਰੀਬ੍ਰਮ, ਸੈਰੀਬੈਲਮ ਤੇ ਬ੍ਰੇਨ ਸਟੈਮ, ਕਲੀਅਰ। ਹੁਣ ਆਪਾਂ ਅੱਗੇ ਦੇਖਦੇ ਹਾਂ, ਸਭ ਤੋਂ ਪਹਿਲਾਂ ਆਪਾਂ ਕੀ ਦੇਖਾਂਗੇ, ਆ ਤੁਸੀਂ ਦੇਖ ਰਹੇ ਹੋ ਬ੍ਰੇਨ ਆ ਗਿਆ ਤੁਹਾਡੇ ਕੋਲੇ, ਹੈ ਨਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈਗੀ ਆ, ਇੱਕ ਮਿੰਟ ਮੈਂ ਅੱਗੇ ਦੇਖਦਾ, ਓਕੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈਗੀ ਆ ਸੈਰੀਬ੍ਰਮ ਦੀ, ਡਿਵੀਜ਼ਨਸ ਆਫ ਸੈਰੀਬ੍ਰਮ। ਜਿਹੜਾ ਸੈਰੀਬ੍ਰਮ ਹੈਗਾ ਉਹਨੂੰ ਆਪਾਂ ਕਿੰਨੇ ਪਾਰਟਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਜਿਵੇਂ ਤੁਹਾਨੂੰ ਮੈਂ ਕਿਹਾ ਕਿ ਬ੍ਰੇਨ ਬੜਾ ਕੰਪਲੀਕੇਟਿਡ ਆ,
ਬਟ ਇਸ ਲੈਕਚਰ ਤੋਂ ਬਾਅਦ ਤੁਹਾਨੂੰ ਕੰਪਲੀਕੇਟਡ ਨਹੀਂ ਲੱਗੇਗਾ, ਬੜਾ ਈਜ਼ੀ ਹੋ ਜਾਏਗਾ ਤੁਹਾਡੇ ਵਾਸਤੇ, ਠੀਕ ਹੈ। ਸੋ ਡਿਵੀਜ਼ਨਸ ਆਫ ਸੈਰੀਬ੍ਰਮ, ਸੈਰੀਬ੍ਰਮ ਦੀ ਗੱਲ ਕਰੀਏ ਤੇ ਉਹਨੂੰ ਆਪਾਂ ਕਿੰਨੇ ਭਾਗਾਂ ਦੇ ਵਿੱਚ ਉਹਦੀ ਵੰਡ ਕਰ ਸਕਦੇ ਹਾਂ, ਠੀਕ ਹੈ। ਸੋ ਸਭ ਤੋਂ ਪਹਿਲਾਂ ਤੁਸੀਂ ਇੱਥੇ ਦੇਖ ਰਹੇ ਹੋ ਇਹ ਬ੍ਰੇਨ, ਇਹਨੂੰ ਤੁਸੀਂ ਉੱਪਰੋਂ ਦੇਖ ਰਹੇ ਹੋ, ਠੀਕ ਹੈ। ਇਹਨੂੰ ਤੁਸੀਂ ਕੀ ਦੇਖ ਰਹੇ ਹੋ, ਇੱਦਾਂ ਜਿੱਦਾਂ ਆਪਾਂ ਕੀ ਦੇਖ ਰਹੇ ਹਾਂ, ਇਹਨੂੰ ਉੱਪਰੋਂ ਦੇਖ ਰਹੇ ਹਾਂ, ਇਹਨੂੰ ਵੀ ਆਪਾਂ ਕਿੱਦਾਂ ਦੇਖ ਰਹੇ ਹਾਂ, ਉੱਪਰੋਂ ਦੇਖ ਰਹੇ ਹਾਂ, ਓਕੇ। ਸੋ ਇਹ ਜਿਹੜਾ ਬ੍ਰੇਨ ਆ, ਮੰਨ ਲਓ ਇੱਦਾਂ ਸਿੱਧਾ ਆ, ਹਨਾ, ਇਸ ਬ੍ਰੇਨ ਨੂੰ ਮੈਂ ਕੀ ਕੀਤਾ ਹੋਇਆ, ਇਹਨੂੰ ਇੱਦਾਂ ਟੇਢਾ ਕਰਕੇ ਲਗਾਇਆ ਹੋਇਆ ਇੱਦਾਂ, ਠੀਕ ਹੈ। ਮਤਲਬ ਤੁਸੀਂ ਉੱਪਰੋਂ ਦੇਖ ਰਹੇ ਹੋ ਬਟ ਸਾਈਡ ਤੋਂ ਦੇਖ ਰਹੇ ਹੋ ਇਹਨੂੰ, ਠੀਕ ਹੈ। ਉੱਪਰੋਂ ਦੇਖ ਰਹੇ ਹੋ ਬਟ ਇਹਨੂੰ ਇਸ ਮਾਡਲ ਨੂੰ ਸਾਈਡ ਤੋਂ ਦੇਖ ਰਹੇ ਹੋ, ਬਟ ਇਹ ਵਾਲਾ ਮਾਡਲ ਆ ਇਹਨੂੰ ਉੱਪਰੋਂ ਦੇਖ ਰਹੇ ਹੋ ਬਟ ਇਸ ਮਾਡਲ ਨੂੰ ਤੁਸੀਂ ਸਾਹਮਣੇ ਦੇਖ ਰਹੇ ਹੋ, ਹਨਾ, ਇੱਕਦਮ ਫਰੰਟ ਤੋਂ। ਇਹ ਸਾਈਡ ਤੋਂ ਦੇਖ ਰਹੇ ਹੋ, ਮੈਂ ਲਿਖ ਦਿੰਦਾ ਇੱਥੇ ਸੁਪੀਰੀਅਰ ਵਿਊ ਆ, ਸੁਪੀਰੀਅਰ ਐਸ ਮਤਲਬ ਸੁਪੀਰੀਅਰ ਵਿਊ ਫਰੋਮ ਸਾਈਡ, ਠੀਕ ਹੈ, ਜਾਂ ਆਪਾਂ ਲਿਟਰਲ ਕਹਿ ਲਈਏ ਲਿਟਰਲ। ਐਂਡ ਇਹ ਜਿਹੜਾ ਹੈਗਾ ਤੁਸੀਂ ਵਿਊ ਹੈਗਾ, ਮੰਨ ਲਓ ਆਪਾਂ ਕਹਿੰਦੇ ਹਾਂ ਕਿ ਇਹ ਤੁਸੀਂ ਆਪਾਂ ਸੁਪੀਰੀਅਰ ਵਿਊ ਹੈਗਾ ਬਟ ਫਰੋਮ ਇੰਟੀਰੀਅਰ, ਹਨਾ, ਇੰਟੀਰੀਅਰ, ਠੀਕ ਹੈ ਜੀ। ਸੋ ਹੁਣ ਤੁਸੀਂ ਦੇਖ ਰਹੇ ਹੋ ਤੁਹਾਡਾ ਬ੍ਰੇਨ ਆ, ਬ੍ਰੇਨ ਕੀ ਆ, ਦੇਖੋ ਇੱਥੇ ਤੁਹਾਡਾ ਆ ਦੇਖ ਰਹੇ ਹੋ ਤੁਸੀਂ, ਇਹ ਮੈਂ ਇੱਕ ਲਾਈਨ ਲਗਾਤੀ, ਠੀਕ ਹੈ ਜੀ, ਉੱਪਰੋਂ ਆਪਾਂ ਲਾਈਨ ਲਗਾਤੀ। ਜੇ ਮੈਂ ਇਹਨੂੰ ਇੱਦਾਂ ਕੱਟ ਕਰਾਂ ਤਾਂ ਤੁਹਾਡਾ ਜਿਹੜਾ ਬ੍ਰੇਨ ਹੈਗਾ ਆਹ ਵਾਲਾ, ਇਹ ਕਿੰਨੇ ਪਾਰਟਸ 'ਚ ਡਿਵਾਈਡ ਹੋ ਜਾਏਗਾ? ਜੇ ਮੈਂ ਇਹਨੂੰ ਇੱਦਾਂ ਕੱਟ ਕਰਾਂ ਕਿੰਨੇ ਪਾਰਟਸ 'ਚ ਡਿਵਾਈਡ ਹੋ ਗਿਆ, ਹਨਾ। ਸੋ ਇਹ ਦੋ ਪਾਰਟਸ 'ਚ ਡਿਵਾਈਡ ਹੋ ਗਿਆ, ਇੱਕ ਰਾਈਟ ਤੇ ਇੱਕ ਲੈਫਟ, ਆਪਾਂ ਲਿਖ ਦਿੰਦੇ ਇੱਥੇ, ਠੀਕ ਹੈ। ਜਿੱਦਾਂ ਇੱਦਾਂ ਦੇਖ ਰਹੇ ਹਾਂ ਆਪਾਂ, ਆਹ ਰਾਈਟ ਹੋ ਗਿਆ, ਇੱਧਰੋਂ ਆਹ ਵਾਲਾ ਹੈਗਾ ਸਾਡੇ ਕੋਲੇ ਲੈਫਟ, ਠੀਕ ਹੈ। ਸੋ ਜਿਹੜੀ ਇੱਕ ਸਾਈਡ ਆ, ਜਿੱਦਾਂ ਆਹ ਵਾਲੀ ਸਾਈਡ ਆ, ਠੀਕ ਹੈ, ਇਹਨੂੰ ਆਪਾਂ ਕੀ ਬੋਲਾਂਗੇ, ਰਾਈਟ ਹੈਮੀਸਫੇਅਰ। ਇਹਨੂੰ ਕੀ ਬੋਲਾਂਗੇ ਆਪਾਂ, ਲੈਫਟ, ਠੀਕ ਹੈ। ਸੋ ਆਹ ਵੇਖੋ ਸਭ ਤੋਂ ਪਹਿਲਾਂ ਕੀ ਆ ਗਿਆ ਸਾਡੇ ਕੋਲੇ, ਹੈਮੀਸਫੇਅਰਸ, ਠੀਕ ਹੈ ਜੀ। ਸੋ ਦ ਸੈਰੀਬ੍ਰਮ, ਜਿਹੜਾ ਸਾਡਾ ਸੈਰੀਬ੍ਰਮ ਆ, ਇਜ਼ ਡਿਵਾਈਡਡ ਇੰਟੂ ਟੂ ਹੈਮੀਸਫੇਅਰਸ, ਦੋ ਹੈਮੀਸਫੇਅਰਸ ਦੇ ਵਿੱਚ ਡਿਵਾਈਡ ਹੈਗਾ, ਐਂਡ ਈਚ ਰਿਸਪੋਂਸੀਬਲ ਫੋਰ ਕੰਟਰੋਲਿੰਗ ਦ ਓਪੋਜ਼ਿਟ ਸਾਈਡ ਆਫ ਦਾ ਬਾਡੀ। ਦੇਖੋ ਕਿੰਨੀ ਕਮਾਲ ਦੀ ਗੱਲ ਆ, ਮੰਨ ਲਓ ਕਿਸੇ ਨੂੰ ਸਟ੍ਰੋਕ ਹੋਇਆ, ਸਟ੍ਰੋਕ ਸਮਝਦੇ ਹੋ ਕਿਸੇ ਨੂੰ, ਆਪਾਂ ਕਹਿੰਦੇ ਨਾ ਚੱਲ ਫਿਰ ਨਹੀਂ, ਉਹਨੂੰ ਪੈਰਾਲਾਈਸਿਸ ਹੋ ਗਿਆ, ਸਟ੍ਰੋਕ ਜਦੋਂ ਹੁੰਦਾ ਦਿਮਾਗ ਦੇ ਵਿੱਚ, ਜਿੱਦਾਂ ਅਟੈਕ ਹੁੰਦਾ, ਹਾਰਟ ਦਾ ਅਟੈਕ ਹੁੰਦਾ, ਉਹਦੇ ਬ੍ਰੇਨ ਦਾ ਅਟੈਕ ਹੁੰਦਾ, ਜਿਹਨੂੰ ਸਟ੍ਰੋਕਸ ਬੋਲਦੇ ਹਾਂ ਆਪਾਂ, ਹਨਾ। ਮੰਨ ਲਓ ਜੇ ਉਹਦਾ ਰਾਈਟ ਸਾਈਡ ਜਿਹੜੀ ਹੈਗੀ ਆ, ਹਨਾ, ਆਹ ਰਾਈਟ ਸਾਈਡ ਆ, ਹਨਾ, ਜੇ ਆਹ ਰਾਈਟ ਸਾਈਡ ਬ੍ਰੇਨ ਦੀ ਡੈਮੇਜ ਹੋ ਗਈ, ਹਨਾ, ਤੇ ਕੀ ਹੋਏਗਾ, ਉਹਦੀ ਜਿਹੜੀ ਲੈਫਟ ਸਾਈਡ ਆ, ਹਨਾ, ਉਹ ਕੰਮ ਕਰਨੀ ਬੰਦ ਹੋ ਜਾਏਗੀ। ਇਟ ਮੀਨਸ ਕੀ ਆ, ਜਿਹੜਾ ਰਾਈਟ ਸਾਈਡ ਆ ਉਹ ਲੈਫਟ ਸਾਈਡ ਨੂੰ ਕੰਟਰੋਲ ਕਰ ਰਿਹਾ, ਤੇ ਜਿਹੜੀ ਲੈਫਟ ਸਾਈਡ ਆ ਉਹ ਰਾਈਟ ਸਾਈਡ ਨੂੰ ਕੰਟਰੋਲ ਕਰ ਰਹੀ ਆ। ਸਮਝ ਲੱਗੀ, ਠੀਕ ਹੈ ਜੀ। ਸੋ ਦੋ ਹੈਮੀਸਫੇਅਰ ਆ ਸਾਡੇ ਕੋਲ, ਕਿਹੜੀਆਂ ਕਿਹੜੀਆਂ, ਇੱਕ ਰਾਈਟ ਹੈਮੀਸਫੇਅਰ ਹੋ ਗਈ, ਇੱਕ ਲੈਫਟ ਹੈਮੀਸਫੇਅਰ ਹੋ ਗਈ, ਐਂਡ ਜਿਹੜੀ ਈਚ ਹੈਮੀਸਫੇਅਰ ਇਜ਼ ਰਿਸਪੋਂਸੀਬਲ ਫੋਰ ਕੰਟਰੋਲਿੰਗ ਦਾ ਓਪੋਜ਼ਿਟ ਸਾਈਡ ਆਫ ਦਾ ਬਾਡੀ। ਜਿਹੜੀ ਰਾਈਟ ਸਾਈਡ ਵਾਲੀ ਆ ਉਹ ਲੈਫਟ ਸਾਈਡ ਦੀ ਬਾਡੀ ਨੂੰ ਕੰਟਰੋਲ ਕਰ ਰਹੀ ਆ, ਤੇ ਜਿਹੜੀ ਲੈਫਟ ਸਾਈਡ ਵਾਲੀ ਆ ਉਹ ਰਾਈਟ ਸਾਈਡ ਨੂੰ ਕੰਟਰੋਲ ਕਰ ਰਹੀ ਆ। ਇੰਨਾ ਕਲੀਅਰ ਆ ਜੀ, ਠੀਕ ਹੈ, ਠੀਕ ਹੈ ਜੀ। ਹਾਂਜੀ ਸਰ, ਹਾਂਜੀ ਸਰ। ਉਸ ਤੋਂ ਬਾਅਦ ਬੋਲ ਰਿਹਾ ਕਿ ਜਿਹੜਾ ਇਹ
ਗਰੂਵ ਆ ਹਨਾ। ਦੇਖੋ ਗਰੂਵ ਕੀ ਹੁੰਦੀ ਹੈ, ਮੈਨੂੰ ਦੱਸਦਾ ਗਰੂਵ ਕੀ ਹੈ। ਇੱਕ ਤਰੀਕੇ ਦੀ ਇੱਕ ਸੜਕ ਆਪਾਂ ਕਹਿ ਲਈਏ, ਇੱਕ ਮਿੰਟ ਰੁਕਿਓ ਰੱਖ। ਹਨਾ ਇੱਕ ਤਰੀਕੇ ਦਾ ਡਿਪਰੈਸ਼ਨ ਕਹਿ ਲਈਏ, ਡਿਪਰੈਸ਼ਨ ਮਤਲਬ ਜਿੱਦਾਂ ਤੁਸੀਂ ਦੇਖੋ ਇਹਦੇ ਵਿੱਚ, ਦੇਖੋ ਤੁਹਾਨੂੰ ਦਿਖ ਰਹੀ ਹੈ ਸੜਕ ਜੀ ਜਿਹੜੀ ਡਿਵਾਈਡ ਕਰ ਰਹੀ ਹੈ ਹਨਾ ਆਹ, ਠੀਕ ਹੈ। ਇਹਨੂੰ ਆਪਾਂ ਕੀ ਬੋਲਦੇ ਹਾਂ, ਇਹਨੂੰ ਆਪਾਂ ਕੀ ਬੋਲਦੇ ਹਾਂ ਜੀ, ਇਹਨੂੰ ਆਪਾਂ ਬੋਲਦੇ ਹਾਂ ਲੌਂਗੀਟਿਊਡਨਲ ਫਿਸ਼ਰ। ਕੀ ਬੋਲਦੇ ਹਾਂ, ਲੌਂਗੀਟਿਊਡਨਲ, ਮਤਲਬ ਲੌਂਗੀਟਿਊਡਨਲ ਮਤਲਬ ਕੀ ਆ, ਇੱਦਾਂ ਘਟਦੀ ਪਈ ਹੈ ਇਹ, ਜਿੱਦਾਂ ਹੁਣ ਆ ਬ੍ਰੇਨ ਆ, ਆਪਾਂ ਪੜ੍ਹੀ ਸੀ ਨਾ ਐਕਸਿਸ, ਲੌਂਗੀਟਿਊਡਨਲ ਐਕਸਿਸ ਹੁੰਦੀ ਇੱਦਾਂ ਕਰਕੇ। ਸੋ ਇੱਦਾਂ ਮੰਨ ਲਓ ਮੈਂ ਕੱਟ ਲਗਾਵਾਂ, ਕਿੱਦਾਂ ਦਾ ਕੱਟ ਹੋਇਆ ਇਹ, ਲੌਂਗੀਟਿਊਡਨਲ ਕੱਟ, ਠੀਕ ਆ। ਸੋ ਇਹ ਕੀ ਆ, ਲੌਂਗੀਟਿਊਡਨਲ ਫਿਸ਼ਰ, ਕੀ ਆ ਇਹ, ਲੌਂਗੀਟਿਊਡਨਲ ਫਿਸ਼ਰ, ਠੀਕ ਹੈ ਜੀ। ਐਂਡ ਇਹ ਡਿਵਾਈਡ ਕਰਦੀ ਆ ਰਾਈਟ ਹੈਮੀਸਫੇਅਰ ਐਂਡ ਲੈਫਟ ਹੈਮੀਸਫੇਅਰ ਦੇ ਵਿੱਚ। ਸੋ ਇਹ ਕੀ ਹੋ ਗਈ ਸਾਡੀ ਰਾਈਟ ਹੈਮੀਸਫੇਅਰ, ਇਹ ਕੀ ਹੋ ਗਈ ਸਾਡੀ ਲੈਫਟ ਹੈਮੀਸਫੇਅਰ, ਕਲੀਅਰ। ਇੱਧਰ ਇੱਧਰ ਰਾਈਟ ਹੈਮੀਸਫੇਅਰ, ਲੈਫਟ ਹੈਮੀਸਫੇਅਰ, ਬਟ ਕੌਣ ਕੱਟ ਕਰ ਰਿਹਾ ਇਹਨੂੰ, ਲੌਂਗੀਟਿਊਡਨਲ ਫਿਸ਼ਰ, ਠੀਕ ਹੈ ਜੀ। ਸੋ ਆ ਗਿਆ ਸਾਡੇ ਕੋਲ ਲੌਂਗੀਟਿਊਡਨਲ ਫਿਸ਼ਰ, ਇਹ ਡੀਪ ਗਰੂਵ, ਗਰੂਵ ਮਤਲਬ ਇੱਕ ਤਰੀਕੇ ਦੀ ਸੜਕ ਮੰਨ ਲਓ ਇਹਨੂੰ ਹਨਾ, ਜਾਂ ਇਹਨੂੰ ਡਿਪਰੈਸ਼ਨ ਮੰਨ ਲਓ, ਇੱਕ ਜਗ੍ਹਾ ਸਪੇਸ ਹਨਾ, ਗਰੂਵ ਦੈਟ ਸੈਪਰੇਟਸ ਦ ਟੂ ਸੈਰੀਬਰਲ ਹੈਮੀਸਫੇਅਰ, ਜਿਹੜਾ ਦੋ ਹੈਮੀਸਫੇਅਰਸ ਨੂੰ ਅਲੱਗ ਕਰ ਰਿਹਾ ਹਨਾ, ਰਾਈਟ ਹੈਮੀਸਫੇਅਰ ਐਂਡ ਲੈਫਟ ਹੈਮੀਸਫੇਅਰ। ਕਲੀਅਰ ਹੋ ਗਿਆ ਇੰਨਾ, ਦੱਸੋ ਸਾਰੇ ਜਾਣੇ। ਹਾਂਜੀ ਸਰ, ਹਾਂਜੀ ਸਰ, ਅਨੂ ਮੈਮ, ਜਸ਼ਨ, ਕਲੀਅਰ ਹੋਇਆ ਬੱਚੇ, ਅੰਮ੍ਰਿਤ, ਹਾਂਜੀ ਸਰ, ਯੈਸ, ਓਕੇ। ਅੱਗੇ ਹੁਣ ਆਪਾਂ ਪੜ੍ਹਨੀ ਆ ਲੋਪਸ, ਠੀਕ ਹੈ ਜੀ। ਕੀ ਪੜ੍ਹਨੀ ਆ, ਲੋਪਸ। ਤੁਹਾਨੂੰ ਆ ਹੱਡੀਆਂ ਪੜ੍ਹਾਈਆਂ ਸੀਗੀਆਂ, ਆਪਾਂ ਹੱਡੀਆਂ ਪੜ੍ਹੀਆਂ ਸੀਗੀਆਂ, ਆਪਾਂ ਪੜ੍ਹੀ ਸੀਗੀ ਜੀ ਆਹ ਵਾਲੀ ਕਿਹੜੀ ਹੁੰਦੀ ਆ ਸਾਡੀ, ਪੈਰੀਟਲ ਬੋਨ, ਆਹ ਕਿਹੜੀ ਹੁੰਦੀ ਆ, ਪੈਰੀਟਲ ਬੋਨ, ਆਹ ਕਿਹੜੀ ਹੁੰਦੀ ਆ ਸਾਡੇ ਕੋਲ, ਟੈਂਪੋਰਲ, ਤੇ ਪਿੱਛੇ ਕਿਹੜੀ ਹੁੰਦੀ ਆ, ਆਕਸੀਪਿਟਲ, ਠੀਕ ਹੈ। ਐਂਡ ਉਹਨਾਂ ਹੱਡੀਆਂ ਦੇ ਥੱਲੇ ਕੀ ਤੁਹਾਨੂੰ ਮਿਲੇਗੀ, ਇਹ ਲੋਬਸ ਮਿਲਣਗੀਆਂ। ਜੇ ਸਾਡੀ ਫਰੰਟਲ ਬੋਨ ਆ, ਫਰੰਟਲ ਬੋਨ ਦੇ ਥੱਲੇ ਕਿਹੜੀ ਲੋਬ ਹੋਏਗੀ, ਫਰੰਟਲ ਲੋਬ ਹੋਏਗੀ, ਠੀਕ ਹੈ। ਪੈਰੀਟਲ ਬੋਨ ਦੇ ਥੱਲੇ ਕਿਹੜੀ ਲੋਬ ਹੋਏਗੀ, ਪੈਰੀਟਲ ਲੋਬ ਹੋਏਗੀ। ਟੈਂਪੋਰਲ ਬੋਨ ਦੇ ਥੱਲੇ ਕਿਹੜੀ ਲੋਬ ਹੋਏਗੀ, ਟੈਂਪੋਰਲ ਲੋਬ ਹੋਏਗੀ। ਤੇ ਆਕਸੀਪਿਟਲ ਲੋਬ ਦੇ ਜਿਹੜੀ ਬੋਨ ਆ, ਉਹਦੇ ਥੱਲੇ ਕਿਹੜੀ ਲੋਬ ਹੋਏਗੀ, ਆਕਸੀਪਿਟਲ ਲੋਬ ਹੋਏਗੀ। ਸੋ ਸਭ ਤੋਂ ਪਹਿਲਾਂ ਕੀ ਹੈ ਸਾਡੇ ਕੋਲ, ਫਰੰਟਲ ਲੋਬ। ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਕਿ ਇਹਦੇ ਜਿਹੜੇ ਫੰਕਸ਼ਨਸ ਆ, ਕੱਲ੍ਹ ਆਪਾਂ ਡਿਟੇਲ ਲੈਕਚਰ ਕਰਾਂਗੇ ਇਹਦੇ 'ਤੇ, ਸਾਰੇ ਫੰਕਸ਼ਨਸ ਦੇਖਾਂਗੇ ਸਾਰੀਆਂ ਲੋਬਸ ਦੇ, ਕਿਉਂਕਿ ਇੰਪੋਰਟੈਂਟ ਹੈਗੇ ਆ, ਠੀਕ ਹੈ ਜੀ। ਸੋ ਲੋਕੇਟਿਡ ਐਟ ਦਾ ਫਰੰਟ, ਫਰੰਟਲ ਲੋਬ ਕੀ ਆ, ਫਰੰਟ 'ਤੇ ਹੈਗੀ ਆ। ਐਂਡ ਇਹ ਕਾਹਦੇ ਵਿੱਚ ਇੰਪੋਰਟੈਂਟ ਹੁੰਦੀ, ਇਨਵੋਲਵ ਇਨ ਡਿਸੀਜ਼ਨ ਮੇਕਿੰਗ। ਆਪਾਂ ਕੋਈ ਡਿਸੀਜ਼ਨ ਮੇਕਿੰਗ ਕਰਨੀ ਆ, ਜਾਂ ਆਪਾਂ ਕੋਈ ਪ੍ਰੋਬਲਮ ਸੋਲਵਿੰਗ ਕਰਨੀ ਆ, ਜਾਂ ਆਪਾਂ ਕੋਈ ਮੋਟਰ ਫੰਕਸ਼ਨ, ਕੋਈ ਮੂਵਮੈਂਟ ਕਰਨੀ ਹੈਗੀ ਆ, ਤੇ ਉਹਦੇ ਵਿੱਚ ਸਾਡੀ ਜਿਹੜੀ ਫਰੰਟਲ ਲੋਬ ਹੈਗੀ ਆ, ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਆ ਡਿਸੀਜ਼ਨ ਮੇਕਿੰਗ ਵਾਸਤੇ, ਪ੍ਰੋਬਲਮ ਸੋਲਵਿੰਗ ਵਾਸਤੇ, ਮੋਟਰ ਫੰਕਸ਼ਨ ਮਤਲਬ ਮੂਵਮੈਂਟ ਵਾਸਤੇ, ਓਕੇ। ਉਸ ਤੋਂ ਬਾਅਦ ਸਾਡੇ ਕੋਲ ਆ ਗਈ ਪੈਰੀਟਲ ਲੋਬ। ਪੈਰੀਟਲ ਲੋਬ ਦੇ ਵਿੱਚ ਕੀ ਆ, ਲੋਕੇਟਿਡ ਬਿਹਾਈਂਡ ਦਾ ਫਰੰਟਲ ਲੋਬ। ਫਰੰਟਲ ਲੋਬ ਦੇ ਪਿੱਛੇ ਵਾਲੀ ਜਿਹੜੀ ਲੋਬ ਆ, ਉਹਨੂੰ ਕੀ ਬੋਲਦੇ ਆ ਆਪਾਂ, ਪੈਰੀਟਲ ਲੋਬ। ਇਹ ਕਾਹਦੇ ਵਾਸਤੇ ਰਿਸਪੋਂਸੀਬਲ, ਰਿਸਪੋਂਸੀਬਲ ਫੋਰ ਪ੍ਰੋਸੈਸਿੰਗ ਸੈਂਸਰੀ ਇਨਫੋਰਮੇਸ਼ਨ। ਜਿਹੜੀ ਸਾਡੇ ਕੋਲ ਸੈਂਸਰੀ ਇਨਫੋਰਮੇਸ਼ਨ ਆਈ ਆ, ਜਿੱਦਾਂ ਮੈਂ ਜੋ ਬੋਲਦਾ ਪਿਆ ਆ, ਠੀਕ ਹੈ, ਤੁਸੀਂ ਸੁਣ ਰਹੇ ਹੋ ਕੰਨਾਂ ਦੇ ਨਾਲ, ਐਂਡ ਸੁਣ ਕੇ ਉਹਨੂੰ ਕੀ ਕਰਦੇ ਪਏ ਹੋ ਦਿਮਾਗ ਦੇ ਵਿੱਚ, ਦੱਸੋ, ਪ੍ਰੋਸੈਸਿੰਗ ਤਾਂ ਕਰਦੇ ਹੋ ਹਨਾ, ਉਹ ਕਿੱਥੇ ਹੁੰਦਾ, ਤੁਹਾਡੀ ਪੈਰੀਟਲ ਲੋਬ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਸਾਡੇ ਕੋਲ ਹੈਗੀ ਆ ਆਕਸੀਪਿਟਲ ਲੋਬ।
ठीक है, ऑक्सीपिटल लॉब की है लोकेटेड एट द बैक ऑफ द ब्रेन। ठीक है, जिदा हुण थोड़ा है आ की है थोड़ी जिहड़ी पैराइटल लोब आ, पैराइटल तो बाद आ वाली केड़ी है ऑक्सीपिटल लोब, ठीक है पिछे हुंदी है। एंड ए कद लई रिस्पोंसिबल फॉर विजन, जिहड़ा असीं देख रहे हैं तुसीं यार बोर्ड देखते पे हो ना, है ना, सो इहदे विच कौन सा ही हो रहा है थोड़ी ऑक्सीपिटल लोब। उस तो बाद आ गया थोड़ी टेंपोरल लोब, टेंपोरल लोब किधर आ, ये किधर हैगी किधर हैगी, है ना दोवें साइड्स ते, सो लोकेटेड बीनीथ द पैरेंटल एंड पैराइटल लोब्स इनवॉल्व्ड इन हेयरिंग एंड मेमोरी। हेयरिंग मतलब जदा बोल रहे हैं तुहानू, तुसीं तुहानू सुन रहे हैं, है ना, वो किधर राही सुन रहे हैं तुहानू, ये टेंपोरल लोब एंड थोड़ी जिहड़ी मेमोरी याददाश्त। ਠੀਕ ਹੈ, ਜਦੋਂ ਤੁਹਾਨੂੰ ਦੱਸਿਆ ਸੀਗਾ ਅੱਛਾ ਜੀ ਆਪਾਂ ਗੱਲ ਕੀਤੀ ਸੀ ਹੱਡੀ ਬਾਰੇ, ਹੱਡੀ ਦੇ ਉੱਤੇ ਟਿਸ਼ੂ ਹੁੰਦਾ ਨਾ ਪੈਰੀਓਸਟੀਅਮ, ਸੋ ਮੈਮਰੀ ਐਂਡ ਹੇਅਰਿੰਗ ਲਈ ਕੌਣ ਸਾ ਹੀ ਹੈਗਾ ਤੁਹਾਡਾ, ਟੈਂਪੋਰਲ ਲੋਬ। ਠੀਕ ਹੈ, ਕਲੀਅਰ ਹੈ ਨਾ। ਐਂਡ ਇਹਦੇ ਆਪਾਂ ਜਿਹੜੇ ਫੰਕਸ਼ਨਸ ਹੈਗੇ ਆ ਇਹ ਸਾਰਿਆਂ ਦੇ, ਇਹਨਾਂ ਸਾਰਿਆਂ ਦੇ ਕੱਲ੍ਹ ਇਨ ਡੈਪਥ ਦੇ ਵਿੱਚ ਆਪਾਂ ਫੰਕਸ਼ਨਸ ਕਰਾਂਗੇ ਐਂਡ ਉਹ ਲੈਕਚਰ ਬਹੁਤ ਵਧੀਆ ਹੋਏਗਾ ਕੱਲ੍ਹ ਦਾ। ਸੋ ਇੱਥੇ ਮੈਂ ਇੱਕ ਮਾਡਲ ਲਗਾਇਆ ਹੋਇਆ, ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਫਰੰਟਲ ਲੋਬ ਬਾਰੇ। ਠੀਕ ਹੈ ਜੀ, ਸੋ ਇਹ ਬ੍ਰੇਨ ਨੂੰ ਤੁਸੀਂ ਅੱਗੇ ਤੋਂ ਦੇਖ ਰਹੇ ਹੋ, ਇਹਨੂੰ ਵੀ ਤੁਸੀਂ ਕੀ ਦੇਖ ਰਹੇ ਹੋ ਅੱਗੇ ਤੋਂ ਦੇਖ ਰਹੇ ਹੋ। ਸੋ ਆਹ ਦੇਖ ਰਹੇ ਆਹ ਵਾਲਾ ਮਾਰਕ ਕੀਤਾ ਹੋਇਆ ਸਾਰਾ ਆਹ। ਠੀਕ ਹੈ ਜੀ, ਇਹ ਕੀ ਹੈ ਤੁਹਾਡੀ ਦੱਸੋ, ਇਹ ਕੀ ਹੈ ਤੁਹਾਡੀ ਫਰੰਟਲ ਲੋਬ, ਫਰੰਟਲ ਲੋਬ। ਠੀਕ ਹੈ ਜੀ, ਅੱਛਾ ਮੈਂ ਹੁਣ ਗੱਲ ਕੀਤੀ ਸੀਗੀ ਕਿ ਜਾਇਰਸ ਕੀ ਹੁੰਦਾ ਐਂਡ ਸਲਕਸ ਕੀ ਹੁੰਦੀ ਆ, ਹੈ ਨਾ। ਸੋ ਤੁਸੀਂ ਆਹ ਵੇਖੋ ਬੰਪ ਦੇਖ ਰਹੇ ਹੋ, ਆਹ ਬੰਪ, ਆਹ ਬੰਪ, ਆਹ ਬੰਪ, ਆਹ ਬੰਪ ਦੇਖ ਰਹੇ ਹੋ ਤੁਸੀਂ, ਹੈ ਨਾ। ਇਹ ਪਹਾੜ ਵਾਂਗੂ ਲੱਗ ਰਹੇ ਕਿ ਨਹੀਂ ਲੱਗ ਰਹੇ, ਮੰਨ ਲਓ ਇਹ ਲੱਗਦਾ ਕਿ ਆਹ ਸੜਕਾਂ ਆ, ਹੈ ਨਾ, ਇੱਦਾਂ ਆਹ ਸੜਕਾਂ ਚੱਲਦੀਆਂ ਪਈਆਂ ਤੇ ਪਹਾੜ ਆਹ ਜਿਹੜੀ ਮਤਲਬ ਪਹਾੜ ਆ ਬੰਪਸ ਹੈਗੇ ਆ, ਇਹਨੂੰ ਆਪਾਂ ਕੀ ਬੋਲਦੇ ਹਾਂ, ਇਹਨੂੰ ਆਪਾਂ ਬੋਲਦੇ ਹਾਂ ਜਾਇਰਸ, ਜਾਏ ਜੇ ਆਪਾਂ ਇੱਕ ਦੀ ਗੱਲ ਕਰ ਰਹੇ ਹਾਂ, ਫੋਰ ਵਨ। ਜੇ ਆਪਾਂ ਜ਼ਿਆਦਾ ਦੀ ਗੱਲ ਕਰ ਰਹੇ ਹਾਂ ਮਤਲਬ ਪਲੂਰਲ ਆ ਤੇ ਆਪਾਂ ਕੀ ਬੋਲਾਂਗੇ, ਜਾਇਰਾਏ, ਜਾਏ। ਸਪੈਲਿੰਗ ਦੇਖ ਲਿਓ ਇੱਕ ਵਾਰੀ ਇਹਦੇ, ਠੀਕ ਹੈ। ਸੋ ਉਸ ਤੋਂ ਬਾਅਦ ਜਿਹੜੀ ਆਹ ਤੁਹਾਡੀ ਹੈਗੀ ਆ, ਹੈ ਨਾ, ਜਿਹੜੀ ਸੜਕ ਆ, ਜਿਹੜੀ ਆ ਸੜਕ ਹੈਗੀ ਆ, ਆਹ ਸੜਕ, ਆਹ ਸੜਕ, ਆਹ ਸੜਕ, ਇਹ ਜਿਹੜੇ ਯੂਨੋ ਗਰੂਪਸ ਹੈਗੇ ਆ, ਸਪੇਸ ਆ, ਇਹਨੂੰ ਆਪਾਂ ਕੀ ਬੋਲਦੇ ਹਾਂ, ਇੱਕ ਦੀ ਗੱਲ ਕਰ ਰਹੇ ਹਾਂ ਤੇ ਸਲਕਸ, ਤੇ ਜ਼ਿਆਦਾ ਦੀ ਗੱਲ ਹੋ ਰਹੀ ਹੈ ਤੇ ਸਲਕਾਏ। ਠੀਕ ਹੈ ਜੀ, ਕਲੀਅਰ ਹੋ ਗਿਆ। ਜਾਇਰਸ ਕੀ ਆ, ਸਲਕਸ ਕੀ ਹੈਗੀ, ਇਹਦੀ ਹੁਣ ਬਹੁਤ ਜ਼ਿਆਦਾ ਹੁਣ ਹੋਣੀ ਹੈ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ, ਇੱਕ ਮਿੰਟ ਦਿਓ ਮੈਨੂੰ, ਓਕੇ। ਸੋ ਇਹ ਤੁਸੀਂ ਬ੍ਰੇਨ ਨੂੰ ਨਾ ਇੱਕ ਮਿੰਟ, ਇਹ ਪਿੱਛੇ ਹੋ ਗਿਆ ਆਕਸੀਪਿਟਲ, ਓਕੇ, ਇਹ ਬਾਅਦ ਚੋਂ ਆਪਾਂ ਕਰਦੇ ਹਾਂ। ਸੋ ਪਹਿਲਾਂ ਆਪਾਂ ਦੇਖ ਲਿਆ ਫਰੰਟਲ ਲੋਬ ਦੇਖ ਲਈ ਹੋਈ, ਹੈ ਨਾ, ਹੁਣ ਆਪਾਂ ਇਸ ਤੋਂ ਬਾਅਦ ਦੇਖਾਂਗੇ ਕਿਹੜੀ ਲੋਬ, ਇਸ ਤੋਂ ਬਾਅਦ ਦੇਖਾਂਗੇ ਆਪਾਂ ਪੈਰੀਟਲ ਲੋਬ, ਰਾਈਟ। ਠੀਕ ਹੈ ਜੀ, ਸੋ ਇੱਥੇ ਤੁਸੀਂ ਦੇਖ ਰਹੇ ਹੋ, ਮੈਂ ਬਣਾ ਰਿਹਾ, ਆਹ ਦੇਖ ਰਹੇ ਹੋ ਤੁਸੀਂ, ਇਹ ਕੀ ਆ ਇੱਕ ਦੱਸੋ, ਹੁਣੇ ਦੱਸਿਆ ਤੁਹਾਨੂੰ,
ਗੁਰੂ ਪਰਾਈਟਲ ਇਹ ਕੀ ਆ? ਦੇਖੋ ਆ ਇੱਕ ਬੰਪ ਇੱਥੇ ਹੈਗਾ, ਆ ਬੰਪ ਆ ਨਾ ਇੱਕ, ਇੱਕ ਬੰਪ ਆ ਹੈਗਾ, ਉਹਦੇ ਵਿੱਚ ਕੀ ਆ ਇਹ? ਸਲਕਾ ਹੈ। ਇਹ ਹੈਗੀ ਹੈ ਸਲਕਸ, ਠੀਕ ਹੈ ਜੀ। ਇਹ ਕੀ ਹੈਗੀ ਆ? ਸਲਕਸ। ਐਂਡ ਇਹ ਜਿਹੜੀ ਸਲਕਸ ਹੁੰਦੀ ਆ ਇਹਨੂੰ ਆਪਾਂ ਬੋਲਦੇ ਹਾਂ ਸੈਂਟਰਲ ਸਲਕਸ। ਕੀ ਬੋਲਦੇ ਹਾਂ? ਸੈਂਟਰਲ ਸਲਕਸ। ਐਂਡ ਇਹ ਸੈਂਟਰਲ ਸਲਕਸ ਕੀ ਕਰਦੀ ਆ? ਇਹ ਸੈਂਟਰਲ ਸਲਕਸ ਕੀ ਕਰਦੀ ਆ? ਸਾਡੀ ਜਿਹੜੀ ਫਰੰਟਲ ਲੋਬ ਆ ਉਹਨੂੰ ਪੋਰਾਈਟਲ ਲੋਬ ਤੋਂ ਅਲੱਗ ਕਰਦੀ ਆ, ਠੀਕ ਹੈ ਜੀ। ਇਹ ਸੈਂਟਰਲ ਸਲਕਸ ਜਿਹੜੀ ਹੈਗੀ ਆ ਉਹ ਕੀ ਕਰਦੀ ਆ? ਸਾਡੀ ਫਰੰਟਲ ਲੋਬ ਨੂੰ ਸਾਡੀ ਪੋਰਾਈਟਲ ਲੋਬ ਤੋਂ ਅਲੱਗ ਕਰਦੀ ਆ, ਠੀਕ ਹੈ ਜੀ। ਐਂਡ ਇਹਦੇ ਅੱਗੇ ਜਿਹੜਾ, ਜਿੱਦਾਂ ਹੁਣ ਮੈਂ ਇੱਥੇ ਬਣਾਈ, ਦੁਬਾਰਾ ਬਣਾਉਣਾ, ਵੇਖੋ ਸਲਕਸ, ਠੀਕ ਆ। ਇਹਦੇ ਅੱਗੇ ਜਿਹੜਾ ਆਹ ਹੈਗਾ ਜਾਇਰਸ, ਆਹ ਜਾਇਰਸ ਆ, ਆਹ ਜਾਇਰਸ ਆ, ਹਨਾ, ਠੀਕ ਆ। ਇਹਨੂੰ ਆਪਾਂ ਬੋਲਦੇ ਹਾਂ ਜਿਹੜਾ ਅੱਗੇ ਵਾਲਾ ਹੈਗਾ ਪ੍ਰੀ ਸੈਂਟਰਲ ਜਾਇਰਸ, ਜਿਹੜਾ ਪਿੱਛੇ ਵਾਲਾ ਹੈਗਾ ਉਹਨੂੰ ਕੀ ਬੋਲਾਂਗੇ? ਪੋਸਟ ਸੈਂਟਰਲ ਜਾਇਰਸ। ਤੇ ਆਹ ਕੀ ਆ ਸਾਡੇ ਕੋਲ? ਸੈਂਟਰਲ ਸਲਕਸ, ਠੀਕ ਹੈ ਜੀ। ਸੈਂਟਰਲ ਸਲਕਸ ਕੀ ਕਰਦੀ ਆ? ਸਾਡੀ ਜਿਹੜੀ ਫਰੰਟਲ ਲੋਬ ਆ ਉਹਨੂੰ ਪੈਰੀਟਲ ਲੋਬ ਤੋਂ ਅਲੱਗ ਕਰਦੀ ਪਈ ਆ। ਕਲੀਅਰ ਆ? ਹਾਂਜੀ ਸਰ। ਹਮੇਸ਼ਾ ਜਿਹੜੀ ਸਲਕਸ ਹੋਏਗੀ ਨਾ, ਸਲਕਸ ਦਿਮਾਗ 'ਚ ਰੱਖ ਲਿਓ, ਸਲਕਸ ਲੋਬਸ ਨੂੰ ਅਲੱਗ ਕਰਦੀ ਆ। ਕੌਣ ਕਰਦੀ ਆ? ਸਲਕਸ। ਇਹ ਸਾਡਾ ਕੀ ਹੋ ਗਿਆ? ਫਰੰਟਲ ਲੋਬ। ਇਹ ਕੀ ਹੋ ਗਈ ਸਾਡੀ? ਪੈਰੀਟਲ ਲੋਬ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆਹ ਦੇਖ ਰਹੇ ਹੋ, ਇਹ ਕੀ ਆ? ਸਲਕਸ। ਹਾਂ, ਇਸ ਸਲਕਸ ਦਾ ਨਾਮ ਹੈਗਾ ਲੇਟਰਲ ਸਰਕਸ। ਕਿਹੜੀ? ਲੇਟਰਲ ਸਲਕਸ। ਹੈਨੇ ਲੇਟਰਲ ਸਲਕਸ ਕੀ ਕਰਦੀ ਪਈ ਆ? ਤੁਹਾਡੀ ਪੈਰੀਟਲ ਲੋਬ ਤੇ ਤੁਹਾਡੀ ਫਰੰਟਲ ਲੋਬ ਨੂੰ, ਹਨਾ, ਤੁਹਾਡੀ ਟੈਂਪੋਰਲ ਲੋਬ ਤੋਂ ਅਲੱਗ ਕਰ ਰਹੀ ਆ। ਟੈਂਪੋਰਲ ਲੋਬ। ਕਲੀਅਰ ਹੋ ਗਿਆ? ਇਹਦੇ ਇੱਧਰ ਫਰੰਟਲ ਲੋਬ, ਮੈਂ ਇੱਧਰ ਪੈਰੀਟਲ ਲੋਬ, ਇੱਧਰ ਟੈਂਪੋਰਲ ਲੋਬ। ਆ ਆ ਗਈ ਸਲਕਸ ਤੇ ਆ ਗਈ ਸਲਕਸ। ਦੱਸੋ ਇਹ ਤਾਂ ਕਲੀਅਰ ਆ? ਹਾਂਜੀ ਸਰ। ਯੈਸ ਯੈਸ। ਮੈਨੂੰ ਕਲੀਅਰ ਆ? ਅਨੂ ਮੈਮ, ਜਸ਼ਨ, ਏਕਤਾ, ਸ਼ਿਵਾਨੀ ਸਰ, ਸਰ ਜਿਹੜੇ ਜਿਹੜੇ ਪਾਰਟ ਹੈ ਨਾ ਬ੍ਰੇਨ ਦੇ, ਇਹਨਾਂ ਵਿੱਚ ਇਦਾਂ ਮਤਲਬ ਜਿਹੜਾ ਸੈਰੇਬਲਮ ਆ ਉਹਦੇ ਵਿੱਚ ਕਿੰਨੀਆਂ ਲੋਬਸ ਹੁੰਦੀਆਂ ਮਤਲਬ, ਤੇ ਜਿਹੜੇ ਸੈਰੇਬਲਮ ਆ ਉਹਨਾਂ ਵਿੱਚ ਕਿੰਨੀਆਂ ਲੋਬਸ ਆਉਂਦੀਆਂ? ਕਿਉਂਕਿ ਪਾਰਟ ਉਹੀ ਆ ਜਾਂ ਇਹਨਾਂ ਦੋਨਾਂ ਦੇ ਸਿਨੋਨੀਅਮ ਵੀ ਆ ਲੋਬਸ ਪਾਰਟ ਦੀਆਂ? ਦੇਖੋ ਆਹ ਜਿਹੜੇ ਪਾਰਟ ਆ ਨਾ, ਜਿੱਦਾਂ ਫਰੰਟਲ ਲੋਬ ਆ, ਹਨਾ, ਆਪਾਂ ਗੱਲ ਤਾਂ ਕਰ ਲਈ ਸੈਰੀਬ੍ਰਮ ਦੀ, ਹਨਾ। ਹੁਣ ਸੈਰੀਬ੍ਰਮ ਦੇ ਆਪਾਂ ਜਦੋਂ ਫੰਕਸ਼ਨਸ ਦੀ ਗੱਲ ਕਰਨੀ ਹੈ ਨਾ, ਇਹਦਾ ਫੰਕਸ਼ਨ ਅਲੱਗ ਆ, ਇਹਦਾ ਫੰਕਸ਼ਨ ਅਲੱਗ ਆ, ਇਹਦਾ ਫੰਕਸ਼ਨ ਅਲੱਗ ਆ, ਤੇ ਜਿਹੜਾ ਤੁਹਾਡੀ ਆਕਸੀਪੀਟਲ ਲੋਬ ਆ ਉਹਦੇ ਫੰਕਸ਼ਨ ਅਲੱਗ ਹੈਗੇ ਆ, ਠੀਕ ਹੈ ਨਾ। ਤਾਂ ਆਪਾਂ ਇਹਨੂੰ ਸੈਪਰੇਟ ਕਰ ਰਹੇ ਹਾਂ ਬੇਸਿਕਲੀ। ਓਕੇ ਸਰ, ਠੀਕ ਹੈ ਨਾ, ਕਿਉਂਕਿ ਆਪਾਂ ਫੰਕਸ਼ਨਸ ਵੀ, ਕਿਉਂਕਿ ਕੁਐਸਚਨ ਤੁਹਾਨੂੰ ਫੰਕਸ਼ਨ ਪੁੱਛ ਲਿਆ,
ਮੰਨ ਲਓ ਉਹਨੇ ਪੁੱਛ ਲਿਆ ਕਿ ਜਿਹੜਾ ਤੁਹਾਡਾ ਯੂ ਨੋ ਮੂਵਮੈਂਟ ਦੇ ਰਿਲੇਟਡ ਹੈਗਾ ਉਹ ਕਿਹੜੀ ਤੁਹਾਡੀ ਲੋਭ ਦੇ ਨਾਲ ਰਿਲੇਟਡ ਆ, ਮੂਵਮੈਂਟ ਦੇ ਰਿਲੇਟਡ ਕੁਸ਼ਚਨ ਪੁੱਛ ਲਿਆ। ਉਹਨੇ ਪੁੱਛ ਲਿਆ ਤੁਹਾਨੂੰ ਸੈਂਸਰੀ ਇਨਫੋਰਮੇਸ਼ਨ ਕਿੱਥੇ ਪ੍ਰੋਸੈਸ ਹੁੰਦੀ ਹੈ, ਤੇ ਤੁਹਾਨੂੰ ਪਤਾ ਹੋਏਗਾ, ਪੜ੍ਹਿਆ ਹੋਏਗਾ, ਹਾਂ ਬਈ ਪਰਾਈਟਲ ਲੋਬ ਵੀ ਹੈਗੀ ਆ ਉੱਥੇ, ਸੈਂਸਰੀ ਸੋਮੈਟੋ ਸੈਂਸਰੀ ਇਨਫੋਰਮੇਸ਼ਨ, ਮਤਲਬ ਇੱਕ ਫੰਕਸ਼ਨ ਨਹੀਂ ਹੁੰਦਾ ਫਰੰਟਲ ਲੋਬ ਦੇ ਵਿੱਚ, ਕਈ ਫੰਕਸ਼ਨਸ ਨੇ, ਉਹਨਾਂ ਸਾਰੇ ਫੰਕਸ਼ਨਸ ਬਾਰੇ ਕੱਲ੍ਹ ਗੱਲ ਕਰਾਂਗੇ। ਸੋ ਇਸੇ ਕਰਕੇ ਸਿਰਫ ਮੈਂ ਅੱਜ ਐਨਾਟਮੀ ਪੜ੍ਹਾ ਰਿਹਾ ਤੁਹਾਨੂੰ, ਠੀਕ ਆ, ਐਂਡ ਆਪਾਂ ਇੱਕ ਡੇਢ ਘੰਟਾ ਲਾ ਕੇ ਚੰਗੇ ਤਰੀਕੇ ਨਾਲ ਅੱਜ ਐਨਾਟਮੀ ਕੰਪਲੀਟ ਕਰਨੀ ਆ ਬ੍ਰੇਨ ਦੀ, ਠੀਕ ਹੈ। ਐਂਡ ਇਹ ਲੈਕਚਰ ਬਹੁਤ ਡਿਟੇਲਡ ਲੈਕਚਰ ਆ, ਬਹੁਤ ਜ਼ਿਆਦਾ ਡਿਟੇਲਡ ਆ, ਠੀਕ ਹੈ। ਐਂਡ ਮੈਂ ਸਾਰਾ ਦਿਨ ਲੱਗ ਕੇ ਅੱਜ ਇੱਥੇ ਮਿਹਨਤ ਕਰਕੇ, ਠੀਕ ਆ, ਕਿ ਮੈਨੂੰ ਵੀ ਪ੍ਰਿਪੇਅਰ ਕਰਨਾ ਪੈਂਦਾ, ਚੀਜ਼ਾਂ ਪੜ੍ਹੀਆਂ ਹੋਈਆਂ ਆ ਪਰ ਉਹਨਾਂ ਨੂੰ ਦੁਬਾਰਾ ਪੜ੍ਹਨਾ ਪੈਂਦਾ ਤੁਹਾਨੂੰ ਪੜ੍ਹਾਉਣ ਲਈ, ਠੀਕ ਹੈ ਜੀ। ਸੋ ਕਲੀਅਰ ਹੈ ਨਾ? ਯੈਸ, ਓਕੇ। ਸੋ ਇਹ ਉਹੀ ਡਾਇਗ੍ਰਾਮ ਆ ਸੇਮ, ਠੀਕ ਹੈ। ਉਸ ਤੋਂ ਬਾਅਦ ਦੇਖੋ ਆਹ ਵਾਲੀ ਜਿਹੜੀ ਹੈਗੀ ਆ, ਆਹ ਕਿਹੜੀ ਆ ਗਈ ਸਾਡੇ ਕੋਲੇ, ਇਹ ਕੀ ਆ ਗਈ ਤੁਹਾਡੇ ਕੋਲੇ? ਓਕਸੀਪੀਟਲ ਲੋਬ। ਓਕਸੀਪੀਟਲ ਲੋਬ ਨੂੰ ਕਿਹੜੀ ਸਲਕਸ ਕਰਦੀ ਪਈ? ਅਲੱਗ ਸਲਕਸ ਕਰੇਗੀ ਨਾ, ਅਲੱਗ ਤੁਹਾਨੂੰ ਦੱਸਿਆ ਸੀਗਾ। ਜਿਹੜੀ ਓਕਸੀਪੀਟਲ ਆ, ਓਕਸੀਪੀਟਲ ਨੂੰ ਕਿਹੜੀ ਕਰਦੀ ਆ ਸਾਡੀ, ਓਕਸੀਪੀਟਲ ਨੂੰ ਕਿਹੜੀ ਕਰਦੀ ਆ? ਪਰਾਈਟੋ ਓਕਸੀਪੀਟਲ ਸਲਕਸ, ਕੀ ਬੋਲਦੇ ਆ ਉਹਨੂੰ ਆਪਾਂ? ਪਰਾਈਟੋ ਓਕਸੀਪੀਟਲ ਸਲਕਸ, ਮਤਲਬ ਇੰਨਾ ਯਾਦ ਰੱਖਣ ਦੀ ਲੋੜ ਨਹੀਂ ਹੈਗੀ, ਬਟ ਸਾਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਜਿਹੜੀਆਂ ਲੋਬਸ ਹੈਗੀਆਂ ਉਹਨੂੰ ਅਲੱਗ ਕੌਣ ਕਰਦਾ? ਸਲਕਸ। ਸਿਰਫ ਇਹਨੂੰ ਯਾਦ ਰੱਖ ਲਿਓ, ਸਲਕਸ, ਠੀਕ ਹੈ ਜੀ, ਇਹ ਇੰਪੋਰਟੈਂਟ ਆ, ਠੀਕ ਹੈ। ਸੋ ਇਹ ਜਿਹੜੀ ਸਾਡੀ ਓਕਸੀਪੀਟਲ ਆ, ਜਿਹੜੀ ਸਲਕਸ ਹੈਗੀ ਆ, ਪਰਾਈਟੋ ਓਕਸੀਪੀਟਲ ਸਲਕਸ, ਇਹ ਸਾਡੀ ਜਿਹੜੀ ਪਰਾਈਟਲ ਬੋਨ ਆ, ਠੀਕ ਹੈ, ਉਹਨੂੰ ਓਕਸੀਪੀਟਲ, ਸੋਰੀ ਓਕਸੀਪੀਟਲ ਜਿਹੜੀ ਪਰਾਈਟਲ ਲੋਬ ਆ, ਪਰਾਈਟਲ ਲੋਬ ਨੂੰ ਓਕਸੀਪੀਟਲ ਲੋਬ ਤੋਂ ਅਲੱਗ ਕਰਨ ਦਾ ਕੰਮ ਕੌਣ ਕਰ ਰਹੀ ਆ? ਪਰਾਈਟੋ ਓਕਸੀਪੀਟਲ ਸਲਕਸ, ਠੀਕ ਹੈ ਜੀ, ਕਲੀਅਰ। ਸੋ ਚਾਰ ਆਪਾਂ ਲੋਬਸ ਦੇਖ ਲਈਆਂ ਹੋਈਆਂ, ਕਿਸੇ ਡਾਊਟ ਹੈਗਾ? ਨੋ ਸਰ, ਸਰ ਗਲਤੀ ਨਾਲ ਵੱਜ ਗਿਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਠੀਕ ਹੈ, ਕਲੀਅਰ ਆ। ਇੱਧਰ ਵੀ ਦੇਖ ਲਓ ਆਹ, ਠੀਕ ਹੈ। ਸੋ ਇਹ ਕੀ ਹੈ ਸਾਡੀ ਓਕਸੀਪੀਟਲ, ਇਹ ਕੀ ਹੈ ਸਾਡੀ ਪਰਾਈਟਲ ਬੋਨ। ਸੋ ਪਰਾਈਟਲ ਬੋਨ ਤੋਂ, ਸੋਰੀ ਪਰਾਈਟਲ ਲੋਬ ਤੋਂ ਓਕਸੀਪੀਟਲ ਲੋਬ ਨੂੰ ਅਲੱਗ ਕਰਨ ਦਾ ਕੰਮ ਕੌਣ ਕਰ ਰਹੀ ਹੈ? ਤੁਹਾਡੀ ਪਰਾਈਟੋ ਓਕਸੀਪੀਟਲ ਸਲਕਸ, ਕਲੀਅਰ। ਹਾਂਜੀ ਸਰ। ਸੈਰੀ ਬ੍ਰਹਮ, ਹੁਣ ਉਸ ਤੋਂ ਬਾਅਦ ਉਹੀ ਆ ਗਿਆ ਜਿਹੜੇ ਤੁਹਾਨੂੰ ਚੀਜ਼ਾਂ ਪੜ੍ਹਾ ਚੁੱਕਾ ਮੈਂ, ਇੰਪੋਰਟੈਂਟ ਜਾਇਰਾਏ ਐਂਡ ਸਲਕਾਏ। ਸੋ ਸੈਂਟਰਲ ਸਲਕਸ ਆਪਾਂ ਪੜ੍ਹ ਲਈ ਆ, ਹੈ ਨਾ। ਸੈਂਟਰਲ ਸਲਕਸ ਕੀ ਕਰਦੀ ਆ? ਸੈਪਰੇਟ ਕਰਦੀ ਆ ਫਰੰਟਲ ਤੇ ਪਰਾਈਟਲ ਲੋਬਸ ਨੂੰ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਪੜ੍ਹ ਲਈ ਪ੍ਰੀ ਸੈਂਟਰਲ ਜਾਇਰਸ ਵੀ ਪੜ੍ਹ ਲਿਆ ਆਪਾਂ, ਹੈ ਨਾ। ਪ੍ਰੀ ਸੈਂਟਰਲ ਜਾਇਰਸ ਆਪਾਂ ਦੇਖਿਆ ਸੀਗਾ, ਹੈ ਨਾ। ਸੋ ਇੱਥੇ ਮੈਂ ਤੁਹਾਨੂੰ ਦੱਸਿਆ ਸੀਗਾ ਪ੍ਰੀ ਸੈਂਟਰਲ ਜਾਇਰਸ ਹੁੰਦਾ, ਓਕੇ, ਇਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਆਹ ਸਾਡਾ ਪ੍ਰੀ ਸੈਂਟਰਲ ਜਾਇਰਸ ਆ, ਹੈ ਨਾ। ਇੱਕ ਮਿੰਟ, ਆਹ ਵਾਲਾ ਪ੍ਰੀ ਸੈਂਟਰਲ ਜਾਇਰਸ, ਪੋਸਟ ਸੈਂਟਰਲ ਜਾਇਰਸ, ਠੀਕ ਹੈ। ਸੋ ਇਹ ਕੀ ਕਹਿ ਰਿਹਾ? ਲੋਕੇਟਡ ਇਨ ਦਾ ਫਰੰਟਲ ਲੋਬ, ਜਿਹੜਾ ਪ੍ਰੀ ਸੈਂਟਰਲ ਜਾਇਰਸ ਹੁੰਦਾ ਉਹ ਫਰੰਟਲ ਲੋਬ ਦੇ ਵਿੱਚ ਹੁੰਦਾ, ਐਂਡ ਰਿਸਪੋਂਸੀਬਲ ਫੋਰ ਮੋਟਰ ਕੰਟਰੋਲ, ਮਤਲਬ ਪ੍ਰਾਇਮਰੀ ਮੋਟਰ ਕੋਰਟੈਕਸ ਵੀ ਇਹਨੂੰ ਬੋਲਦੇ ਹਾਂ ਆਪਾਂ,
ਮਤਲਬ ਜਿੰਨੀਆਂ ਵੀ ਸਾਡੀਆਂ ਮੂਵਮੈਂਟਸ ਹੈਗੀਆਂ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਕੌਣ ਕੰਮ ਕਰਦਾ? ਤੁਹਾਡਾ ਪ੍ਰੀ ਸੈਂਟਰਲ ਜਾਇਰਸ, ਠੀਕ ਹੈ, ਇਹਨੂੰ ਆਪਾਂ ਯੂ ਨੋ ਇਹਨੂੰ ਆਪਾਂ ਪ੍ਰਾਇਮਰੀ ਮੋਟਰ ਕੋਰਟੈਕਸ ਵੀ ਬੋਲਦੇ ਹਾਂ। ਇਹ ਆਪਾਂ ਕੱਲ ਗੱਲ ਕਰਾਂਗੇ ਇਹਦੇ, ਅੱਜ ਆਪਾਂ ਇਹ ਤੇ ਮਤਲਬ ਜ਼ਿਆਦਾ ਚਿੰਤਨ ਨਹੀਂ ਕਰਨਾ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਪੋਸਟ ਸੈਂਟਰਲ ਜਾਇਰਸ, ਜਿਹੜਾ ਸਾਡੀ ਪਰਾਈਟਲ ਲੋਬ ਦੇ ਵਿੱਚ ਹੁੰਦਾ, ਠੀਕ ਹੈ ਜੀ, ਐਂਡ ਰਿਸਪੋਂਸੀਬਲ ਫੋਰ ਯੂ ਨੋ ਸੈਂਸਰੀ ਸੋਮੈਟੋ ਸੈਂਸਰੀ ਪ੍ਰੋਸੈਸਿੰਗ, ਸੈਂਸਰੀ ਇਨਫੋਰਮੇਸ਼ਨ ਦੀ ਪ੍ਰੋਸੈਸਿੰਗ ਕਰਨ ਦੇ ਵਿੱਚ ਸਾਡਾ ਜਿਹੜਾ ਇਹ ਪੋਸਟ ਸੈਂਟਰਲ ਜਾਇਰਸ ਆ ਉਹ ਕੰਮ ਕਰਦਾ, ਜਿਹਨੂੰ ਆਪਾਂ ਪ੍ਰਾਇਮਰੀ ਸੈਂਸਰੀ ਕੋਰਟੈਕਸ ਵੀ ਬੋਲਦੇ ਹਾਂ, ਠੀਕ ਹੈ। ਸੋ ਇੱਕ ਵਾਰੀ ਦੁਬਾਰਾ ਤੋਂ ਇੱਥੇ ਆ ਗਿਆ ਹੈ ਨਾ ਇਹ ਮਾਡਲ। ਸੋ ਇੱਥੇ ਸਾਡੇ ਕੋਲ ਦੇਖੋ, ਇੱਥੇ ਮੈਂ ਡਿਫਰੈਂਸ਼ੀਏਟ ਕਰੂੰਗਾ। ਸੋ ਇਹ ਕੀ ਆ ਗਈ ਸਾਡੇ ਕੋਲ, ਦੱਸੋ ਸਲਕਸ, ਹਾਂ ਕਿਹੜੀ, ਸੈਂਟਰਲ ਸਲਕਸ, ਕਿਹੜੀ, ਸੈਂਟਰਲ ਸਰਕਸ। ਐਂਡ ਜਿਹੜੀ ਆਹ ਚੀਜ਼ ਆ ਸਾਡੇ ਕੋਲ, ਆਹ ਇਹ ਕੀ ਆ ਸਾਡੇ ਕੋਲ, ਜਾਇਰਸ, ਕਿਹੜਾ ਜਾਇਰਸ, ਫਰੰਟਲ ਜਾਇਰੀ, ਪ੍ਰੀ ਫਰੰਟਲ ਜਾਇਰੀ, ਪ੍ਰੀ ਸੈਂਟਰਲ ਜਾਇਰਸ, ਮਤਲਬ ਆ ਸੈਂਟਰ ਤੋਂ ਅੱਗੇ ਆ ਨਾ, ਮਤਲਬ ਸੈਂਟਰ ਤੋਂ ਅੱਗੇ, ਮਤਲਬ ਪ੍ਰੀ ਪ੍ਰੀ ਸੈਂਟਰਲ ਜਾਇਰਸ। ਐਂਡ ਇਹ ਪ੍ਰੀ ਸੈਂਟਰਲ ਜਾਇਰਸ ਕਿੱਥੇ ਹੁੰਦਾ, ਸਾਡੀ ਫਰੰਟਲ ਲੂਪ ਦੇ ਵਿੱਚ, ਠੀਕ ਹੈ ਜੀ। ਉਸ ਤੋਂ ਬਾਅਦ ਆਹ ਵਾਲਾ ਦੱਸੋ, ਆਹ ਕੀ ਆ ਗਿਆ ਸਾਡੇ ਕੋਲ, ਪੋਸਟ, ਹਾਂ ਪੋਸਟ ਸੈਂਟਰਲ, ਪੋਸਟ ਸੈਂਟਰਲ ਜਾਇਰਸ, ਜਾਇਰਸ, ਠੀਕ ਹੈ ਜੀ। ਇਹ ਕਿੱਥੇ ਹੁੰਦਾ ਸਾਡੀ, ਪੈਰੀਟਲ ਲੂਪ, ਕਲੀਅਰ ਇਨਾ ਹੈ ਨਾ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਸੈਰੀਬੈਲਮ, ਠੀਕ ਹੈ ਜੀ, ਕੀ ਦੇਖਾਂਗੇ, ਸੈਰੀਬੈਲਮ। ਸੋ ਸੈਰੀਬੈਲਮ ਜਿੱਦਾਂ ਸਾਡਾ ਜਿਹੜਾ ਸੈਰੀਬ੍ਰਮ ਸੀਗਾ ਉਹਦੇ ਕੋਲ ਵੀ ਦੋ ਹੈਮੀਸਫੇਅਰ ਸੀਗੀਆਂ, ਦੋ ਹੈਮੀਸਫੇਅਰ ਸੀਗੀਆਂ ਰਾਈਟ ਐਂਡ ਲੈਫਟ। ਇੱਦਾਂ ਜਿਹੜਾ ਸਾਡਾ ਸੈਰੀਬੈਲਮ ਆ ਉਹਦੇ ਕੋਲ ਵੀ ਦੋ ਹੈਮੀਸਫੇਅਰ ਹੁੰਦੀਆਂ ਨੇ। ਸੋ ਦ ਸੈਰੀਬੈਲਮ ਹੈਜ਼ ਟੂ ਹੈਮੀਸਫੇਅਰਸ ਐਂਡ ਇਟ ਇਜ਼ ਕਰੈਕਟਰਾਈਜ਼ਡ ਬਾਈ ਇਟਸ ਫੋਲੀਆ। ਫੋਲੀਆ ਜਿੱਦਾਂ ਤੁਹਾਨੂੰ ਦੱਸਿਆ ਸੀਗਾ, ਜਿੱਦਾਂ ਜਾਇਰਸ ਆ ਨਾ ਪੜ੍ਹਿਆ ਆਪਾਂ ਇੱਦਾਂ ਇੱਦਾਂ ਕਰਕੇ। ਸੋ ਇੱਦਾਂ ਹੀ ਜਿਹੜਾ ਥੋੜ੍ਹਾ ਤੁਸੀਂ ਜਦੋਂ ਤੁਸੀਂ ਮੈਂ ਦਿਖਾਉਂਗਾ ਤੁਹਾਨੂੰ ਫੋਲੀਆ ਕਿੱਦਾਂ ਦਾ ਹੁੰਦਾ, ਉੱਤੇ ਲੇਅਰਸ ਬਣੀਆਂ ਹੁੰਦੀਆਂ ਇੱਦਾਂ ਇੱਦਾਂ ਕਰਕੇ, ਉਹਨੂੰ ਆਪਾਂ ਫੋਲੀਆ ਬੋਲਦੇ ਹਾਂ, ਠੀਕ ਹੈ। ਵਿਚ ਆਰ ਫਾਈਨ ਫੋਲਡਸ ਦੈਟ ਇਨਕਰੀਜ਼ ਇਟਸ ਸਰਫੇਸ ਏਰੀਆ, ਦੇਖ ਜਿਹੜੀਆਂ ਕੀ ਹੁੰਦੀਆਂ, ਮਤਲਬ ਫਾਈਨ ਫੋਲਡਸ ਹੁੰਦੀਆਂ, ਜਿਹੜਾ ਜਿੱਦਾਂ ਮੰਨ ਲਓ ਸੈਰੀਬੈਲਮ ਦਾ ਸਰਫੇਸ ਏਰੀਆ ਹੈਗਾ, ਸਰਫੇਸ ਏਰੀਆ ਜਿਹੜਾ ਹੁੰਦਾ ਉਹਨੂੰ ਇਹ ਵਧਾਉਂਦੀਆਂ ਨੇ, ਇੰਨਾ ਦੇਖਣ ਦੀ ਜ਼ਰੂਰਤ ਨਹੀਂ ਹੈਗੀ, ਠੀਕ ਹੈ, ਇਹ ਜ਼ਿਆਦਾ ਆ ਕੁਛ। ਸੋ ਹੁਣ ਆਪਾਂ ਐਕਸਟਰਨਲ ਸਟਰਕਚਰ ਦੇਖ ਲਿਆ ਬ੍ਰੇਨ ਦਾ, ਕੀ ਦੇਖ ਲਿਆ ਹੋਇਆ, ਆਪਾਂ ਕੀ ਦੇਖ ਲਿਆ ਹੋਇਆ, ਇੰਟਰਨਲ ਐਕਸਟਰਨਲ ਸਟਰਕਚਰ ਜਿਹੜਾ ਹੈਗਾ, ਜਿਹੜੀ ਫਰੰਟਲ ਲੋਬ ਹੋ ਗਈ, ਪੈਰੀਟਲ ਲੋਬ ਹੋ ਗਈ, ਐਕਸਟਰਨਲ ਸਟਰਕਚਰ, ਐਕਸਟਰਨਲ ਸਟਰਕਚਰ ਜਿਹੜਾ ਹੈਗਾ ਸਾਡਾ ਉਹ ਕੀ ਆ, ਆਪਾਂ ਡਨ ਕਰ ਦਿੱਤਾ ਹੋਇਆ। ਹੁਣ ਆਪਾਂ ਗੱਲ ਕਰਨੀ ਹੈ ਇੰਟਰਨਲ ਬ੍ਰੇਨ ਸਟਰਕਚਰ ਬਾਰੇ, ਠੀਕ ਹੈ ਜੀ। ਅੱਛਾ ਹੁਣ ਮੈਨੂੰ ਦੱਸੋ ਕੋਈ ਡਾਊਟ ਤੁਹਾਨੂੰ, ਜਿੱਥੇ ਜਿੰਨਾ ਵੀ ਹੁਣ ਤੱਕ ਆਪਾਂ ਕੀਤਾ, ਕਿਉਂਕਿ ਮੈਂ ਚਾਹੁੰਦਾ ਕਿ ਨਾਲ ਦੇ ਨਾਲ ਆਪਾਂ ਉਹ ਡਾਊਟ ਕਲੀਅਰ ਕਰ ਦਈਏ, ਜਿੰਨਾ ਵੀ ਆਪਾਂ ਕੀਤਾ। ਕਿਸੇ ਨੂੰ ਵੀ ਕੋਈ ਡਾਊਟ ਆ ਤੁਹਾਡੇ ਕੋਈ, ਇੱਕ ਮਿੰਟ ਆ ਤੁਸੀਂ ਪੁੱਛ ਸਕਦੇ ਹੋ। ਕਲੀਅਰ ਹੈ ਜੀ ਸਾਰਿਆਂ ਨੂੰ, ਹਾਂਜੀ ਸਰ, ਕੋਈ ਵੀ ਡਾਊਟ ਨਹੀਂ, ਠੀਕ ਹੈ। ਸੋ ਹੁਣ ਆਪਾਂ ਆਹ ਤਾਂ ਪੜ੍ਹ ਲਿਆ ਹੋਇਆ ਆਪਾਂ ਹੈ ਨਾ, ਲੌਂਗੀਟਿਊਡਨਲ ਫਿਸ਼ਰ,
ਇਹ ਸਾਡਾ ਹੋ ਗਿਆ ਹੋਇਆ ਓਕੇ ਉਸ ਤੋਂ ਬਾਅਦ ਹੁਣ ਆਪਾਂ ਪੜਾਂਗੇ ਕਾਰਪਸ ਕਲੋਸਮ ਇਹ ਇੰਟਰਨਲ ਸਟਰਕਚਰ ਹੈਗਾ ਕਾਰਪਸ ਕਲੋਸਮ ਜਿਹੜੀ ਤੁਹਾਡੇ ਇਹ ਯੂ ਨੋ ਆਪਾਂ ਹੈਮੀਸਫੇਅਰਸ ਪੜੀਆਂ ਦੋਵੇਂ ਹੈ ਨਾ ਰਾਈਟ ਐਂਡ ਲੈਫਟ ਇਹ ਨਾ ਇੱਕ ਜਿੱਦਾਂ ਬ੍ਰਿਜ ਹੁੰਦਾ ਨਾ ਬ੍ਰਿਜ ਤੁਸੀਂ ਦੇਖਿਆ ਹੋਏਗਾ ਮੰਨ ਲਓ ਪੁੱਲ ਹੁੰਦਾ ਹੈ ਨਾ ਜਿਹੜਾ ਕਾਰਪਸ ਕਲੋਸਮ ਆ ਉਹ ਕੀ ਆ ਪੁੱਲ ਆ ਜਿਹਦੇ ਉੱਤੇ ਤੁਹਾਡੀਆਂ ਜਿਹੜੀਆਂ ਆਹ ਦੋਵੇਂ ਹੈਮੀਸਫੇਅਰ ਜਿਹੜੇ ਹੈਗੇ ਆ ਉਹ ਟਿਕੇ ਹੋਏ ਹੁੰਦੇ ਆ ਠੀਕ ਆ ਸਮਝੇ ਮੇਰੀ ਗੱਲ ਜਿਹੜਾ ਕਾਰਪਸ ਕਲੋਸਮ ਹੈਗਾ ਠੀਕ ਆ ਉਹ ਇੱਕ ਪੁੱਲ ਵਾਂਗੂ ਕੰਮ ਕਰਦਾ ਇੱਕ ਬ੍ਰਿਜ ਵਾਂਗੂ ਕੰਮ ਕਰਦਾ ਜਿਹਦੇ ਉੱਤੇ ਤੁਹਾਡੀ ਜਿਹੜੀਆਂ ਦੋਵੇਂ ਆਹ ਲੈਫਟ ਤੇ ਰਾਈਟ ਹੈਮੀਸਫੇਅਰ ਉਹ ਟਿੱਕੀਆਂ ਹੋਈਆਂ ਹੁੰਦੀਆਂ ਠੀਕ ਆ ਸੋ ਐਂਡ ਇਹਦੀ ਜਿਹੜੀ ਪੋਜੀਸ਼ਨਿੰਗ ਹੁੰਦੀ ਕਾਰਪਸ ਕਲੋਸਮ ਥੋੜਾ ਆਰਚ ਹੁੰਦਾ ਇੱਦਾਂ ਕਰਕੇ ਠੀਕ ਹੈ ਇੱਦਾਂ ਆਰਚ ਹੁੰਦਾ ਠੀਕ ਹੈ ਹੁਣ ਰਾਈਟ ਨਾਓ ਮਾਡਲ ਨਹੀਂ ਹੈਗਾ ਮੇਰੇ ਕੋਲ ਬੇਸਿਕਲੀ ਬਟ ਜੇ ਮਾਡਲ ਹੁੰਦਾ ਤਾਂ ਤੁਹਾਨੂੰ ਮੈਂ ਦਿਖਾਉਣਾ ਐਂਡ ਕਿਉਂਕਿ ਇਹਦਾ ਬ੍ਰੇਨ ਦਾ ਮਾਡਲ ਜੇ ਆਪਾਂ ਲੈਣ ਜਾਈਏ ਮਾਰਕੀਟ ਦੇ ਵਿੱਚ ਵਧੀਆ 10-15,000 ਤੋਂ ਘੱਟ ਨਹੀਂ ਆਉਂਦਾ ਠੀਕ ਹੈ ਸੋ ਅਗਲੀ ਵਾਰੀ ਜਦੋਂ ਆਪਾਂ ਮੈਂ ਪੜ੍ਹਾਊਂਗਾ ਕੋਸ਼ਿਸ਼ ਕਰੂੰਗਾ ਕਿ ਮਾਡਲ ਲੈ ਕੇ ਤੁਹਾਨੂੰ ਪੜ੍ਹਾਵਾਂ ਐਨਾਟਮੀ ਕਿਉਂਕਿ ਮਾਡਲ ਦੇ ਨਾਲ ਹੀ ਕਿਉਂਕਿ ਉਹਦੇ ਅਲੱਗ ਅਲੱਗ ਮਾਡਲਸ ਲੈਣੇ ਪੈਂਦੇ ਬ੍ਰੇਨ ਦੇ ਵੀ ਨਾ ਠੀਕ ਹੈ ਸੋ ਕਿਸੇ ਦੇ ਵਿੱਚ ਇੱਕ ਪਾਰਟ ਵਿਜ਼ੀਬਲ ਹੁੰਦਾ ਕਿਸੇ ਵਿੱਚ ਨਹੀਂ ਹੁੰਦਾ ਸੋ ਅਲੱਗ ਅਲੱਗ ਮਾਡਲਸ ਹੁੰਦੇ ਉਹਦੇ ਵੀ ਸੋ ਗੱਲ ਕਰਦੇ ਹਾਂ ਕਾਰਪਸ ਕਲੋਸਮ ਦੀ ਸੋ ਇਹ ਕੀ ਆ ਇਹ ਲਾਰਜ ਇੱਕ ਵੱਡਾ ਆਰਚਿੰਗ ਸਟਰਕਚਰ ਹੈ ਨਾ ਆਰਚਿੰਗ ਸਟਰਕਚਰ ਹੁੰਦਾ ਜਿੱਦਾਂ ਇੱਦਾਂ ਆਰਚ ਬਣਦੀ ਹੈ ਥੱਲੇ ਨੂੰ ਇੱਦਾਂ ਕਰਕੇ ਓਕੇ ਇੱਕ ਆਰਚਿੰਗ ਸਟਰਕਚਰ ਹੁੰਦਾ ਐਕਟਿੰਗ ਐਜ ਏ ਬ੍ਰਿਜ ਠੀਕ ਹੈ ਇੱਕ ਕੀ ਹੈ ਇੱਕ ਬ੍ਰਿਜ ਵਾਂਗੂ ਕੰਮ ਕਰਦਾ ਬਿਟਵੀਨ ਟੂ ਹੈਮੀਸਫੇਅਰ ਕਿਹਨਾਂ ਦੇ ਵਿਚਾਲੇ ਹੁੰਦਾ ਇਹ ਬ੍ਰਿਜ ਦੋ ਹੈਮੀਸਫੇਅਰ ਦੇ ਵਿਚਾਲੇ ਜਿਹੜੀ ਕਿਹੜੀ ਕਿਹੜੀ ਹੁੰਦੀ ਹੈ ਸਾਡੇ ਕੋਲ ਦੱਸੋ ਆਪਾਂ ਪੜ੍ਹੀਆਂ ਲੈਫਟ ਹੈਮੀਸਫੇਅਰ ਅਤੇ ਰਾਈਟ ਹੈਮੀਸਫੇਅਰ ਠੀਕ ਹੈ ਜੀ ਐਂਡ ਲੋਕੇਟਿਡ ਅਬਵ ਦਾ ਲੈਟਰਲ ਵੈਂਟ੍ਰੀਕਲਸ ਇਨਵੋਲਵਡ ਇਨ ਕਮਿਊਨੀਕੇਸ਼ਨ ਬਿਟਵੀਨ ਹੈਮੀਸਫੇਅਰਸ ਸੋ ਇਹ ਲੇਟਰਲ ਵੈਂਟ੍ਰੀਕਲਸ ਕੀ ਆ ਵੈਂਟ੍ਰੀਕਲ ਵੀ ਤਿੰਨ ਹੁੰਦੀਆਂ ਸਾਡੇ ਬ੍ਰੇਨ ਦੇ ਵਿੱਚ ਇੱਕ ਹੁੰਦੀ ਹੈ ਲੇਟਰਲ ਵੈਂਟ੍ਰੀਕਲ ਇੱਕ ਹੁੰਦੀ ਹੈ ਥਰਡ ਵੈਂਟ੍ਰੀਕਲ ਇੱਕ ਹੁੰਦੀ ਹੈ ਫੋਰਥ ਵੈਂਟ੍ਰੀਕਲ ਉਹ ਵੀ ਆਪਾਂ ਦੇਖਾਂਗੇ ਠੀਕ ਹੈ ਪਹਿਲਾਂ ਇਹਨੂੰ ਦੇਖਦੇ ਹਾਂ ਆਪਾਂ ਦੇਖੋ ਹੁਣ ਕੀ ਕੀਤਾ ਆਪਾਂ ਇੱਕ ਹੈਮੀਸਫੇਅਰ ਲੈ ਲਈ ਮੰਨ ਲਓ ਜਿੱਦਾਂ ਬ੍ਰੇਨ ਹੈਗਾ ਨਾ ਸਾਡਾ ਆਹ ਦਿਮਾਗ ਆ ਆਪਾਂ ਇਹ ਕੀਤਾ ਇੱਥੇ ਕੱਟ ਮਾਰਿਆ ਜਿਹੜੀ ਸਾਡੀ ਯੂ ਨੋ ਲੋਂਗੀਟਿਊਡਨਲ ਫਿਸ਼ਰ ਸੀਗਾ ਸੋ ਇੱਕ ਪਾਰਟ ਆਪਾਂ ਕੱਢ ਕੇ ਬਾਹਰ ਰੱਖਤਾ ਤੇ ਇੱਕ ਪਾਰਟ ਆਪਾਂ ਚੱਕ ਲਿਆ ਸੋ ਜਦੋਂ ਆਪਾਂ ਇੱਕ ਪਾਰਟ ਚੱਕਿਆ ਤੇ ਸਾਡਾ ਬ੍ਰੇਨ ਕੁਛ ਅੰਦਰੋਂ ਇੱਦਾਂ ਦਾ ਦਿਖਦਾ ਹੁਣ ਆਪਾਂ ਗੱਲ ਕਿਸ ਚੀਜ਼ ਦੀ ਕਰਦੇ ਪਏ ਹਾਂ ਇੰਟਰਨਲ ਸਟਰਕਚਰ ਬਾਰੇ ਕਿਹਦੇ ਬਾਰੇ ਦੱਸੋ ਇੰਟਰਨਲ ਸਟਰਕਚਰ ਬਾਰੇ ਕਿਉਂਕਿ ਐਕਸਟਰਨਲ ਆਪਾਂ ਦੇਖ ਲਿਆ ਹੈ ਠੀਕ ਹੈ ਸੋ ਆਹ ਕੀ ਹੈ ਦੱਸੋ ਪਹਿਲਾਂ ਮੈਨੂੰ ਆਹ ਕੀ ਹੈ ਤੁਹਾਡੀ ਦੱਸੋ ਸਲਕਸ ਇਹ ਤੁਹਾਡੀ ਹੈਗੀ ਹੈਮੀਸਫੇਅਰ ਹੈਮੀਸਫੇਅਰ ਹੈ ਨਾ ਇਹ ਹਨਾ ਜਿਹਨੂੰ ਆਪਾਂ ਕੀ ਬੋਲਿਆ ਸੈਰੀ ਯੈਸ ਯੈਸ ਸੈਰੀ ਬ੍ਰਹਮ ਠੀਕ ਹੈ ਐਂਡ ਦੇਖੋ ਉਹਦੇ ਥੱਲੇ ਦੇਖੋ ਜਿੱਦਾਂ ਹੁਣ ਆਹ ਸਟਰਕਚਰ ਆ ਮੈਂ ਪਹਿਲਾਂ ਕੀ ਕਿਹਾ ਕਿ ਇਹ ਜਿਹੜਾ ਸਟਰਕਚਰ ਆ ਇੱਕ ਤਾਂ ਇਹ ਆਰਚ ਬਣਾਉਂਦਾ ਇੱਦਾਂ ਆਰਚ ਹੁਣ ਆਹ ਵੇਖੋ ਆਹ ਜਿਹੜਾ ਸਟਰਕਚਰ ਤੁਸੀਂ ਦੇਖ ਰਹੇ ਹੋ ਇੱਕ ਮਿੰਟ ਰੁਕਿਓ ਇਹ ਦੇਖ ਰਹੇ ਹੋ ਸਟਰਕਚਰ ਠੀਕ ਆ ਇਹਨੂੰ ਆਪਾਂ ਕੀ ਬੋਲਦੇ ਹਾਂ ਇਹਨੂੰ ਆਪਾਂ ਬੋਲਦੇ ਹਾਂ ਕਾਰਪਸ ਕਲੋਸਮ ਕੀ ਬੋਲਦੇ ਹਾਂ ਜੀ ਬੋਲੋ ਮੇਰੇ ਪਿੱਛੇ ਠੀਕ ਹੈ ਜੀ ਇਹ ਕੀ ਆ ਕਾਰਪਸ ਕਲੋਸਮ ਠੀਕ ਹੈ ਇਹਦੇ ਉੱਪਰ ਕੀ ਆ ਤੁਸੀਂ ਦੇਖੋ ਤੁਹਾਡੀ ਹੈਮੀਸਫੇਅਰ ਠੀਕ ਹੈ ਰਾਈਟ ਐਂਡ ਲੈਫਟ
ਸੋ ਉਸ ਤੋਂ ਬਾਅਦ ਆਪਾਂ ਦੇਖ ਰਹੇ ਹਾਂ ਆਹ ਵਾਲਾ ਏਰੀਆ, ਮੈਂ ਆਹ ਵਾਲਾ ਏਰੀਆ, ਆਹ ਵਾਲਾ ਏਰੀਆ ਹਨਾ, ਇਹਦੇ ਬਿਲਕੁਲ ਥੱਲੇ ਕਾਰਪਸ ਕਲੋਸਮ ਦੇ ਬਿਲਕੁਲ ਥੱਲੇ ਤੁਸੀਂ ਏਰੀਆ ਦੇਖ ਰਹੇ ਹੋ ਹਨਾ, ਇੱਥੇ ਤੁਹਾਡੀ ਕੀ ਹੁੰਦੀ ਆ, ਇੱਥੇ ਤੁਹਾਡੀ ਲੇਟਰਲ ਵੈਂਟ੍ਰੀਕਲ ਹੁੰਦੀ ਆ, ਕੀ ਹੁੰਦੀ ਆ, ਲੇਟਰਲ ਵੈਂਟ੍ਰੀਕਲ, ਐਂਡ ਇਹ ਲੇਟਰਲ ਵੈਂਟ੍ਰੀਕਲ ਦੇ ਵਿੱਚ ਕੀ ਹੁੰਦਾ ਸਾਡੇ ਕੋਲੇ ਫਲੂਇਡ ਹੁੰਦਾ, ਐਂਡ ਉਸ ਫਲੂਇਡ ਨੂੰ ਕੀ ਬੋਲਦੇ ਆ ਆਪਾਂ, ਸੈਰੀਬੋ ਸਪਾਈਨਲ ਫਲੂਇਡ, ਕਿਹੜਾ ਫਲੂਇਡ ਬੋਲੋ, ਸੈਰੀਬੋ ਸਪਾਈਨਲ ਫਲੂਇਡ, ਲੇਟਰਲ ਵੈਂਟ੍ਰੀਕਲ, ਕਿਹੜਾ ਫਲੂਇਡ ਹੁੰਦਾ ਇਹਨਾਂ ਵਿੱਚ, ਸੈਰੀਬੋ ਸਪਾਈਨਲ ਫਲੂਇਡ, ਸੈਰੀਬੋ ਸਪਾਈਨਲ, ਠੀਕ ਹੈ ਜੀ, ਆ ਕੀ ਹੈ ਤੁਹਾਡੀ, ਇੱਥੇ ਮਾਰਕ ਕਰ ਦਿੰਦਾ ਮੈਂ, ਇਹ ਤੁਹਾਡੀ ਕੀ ਆ, ਲੇਟਰਲ ਵੈਂਟ੍ਰੀਕਲ, ਬਟ ਤੁਸੀਂ ਨਾ ਇਸ ਲੇਟਰਲ ਵੈਂਟ੍ਰੀਕਲ ਨੂੰ ਜਿੱਦਾਂ ਇੱਥੇ ਆ, ਤੁਹਾਨੂੰ ਇਹ ਇਹ ਦਿਖ ਨਹੀਂ ਰਹੀ, ਇਹ ਜਿਹੜੀ ਲੇਟਰਲ ਵੈਂਟ੍ਰੀਕਲ ਆ ਇਹ ਸਾਨੂੰ ਦਿਖ ਨਹੀਂ ਰਹੀ, ਕਿਉਂਕਿ ਇਹਦੇ ਉੱਪਰ ਨਾ ਇੱਕ ਪਰਤ ਆ ਕਨੈਕਟਿਵ ਟਿਸ਼ੂ ਦੀ, ਇਹਦੇ ਉੱਪਰ ਇੱਕ ਮੈਂਬਰੇਨਸ ਆ, ਮੈਂਬਰੇਨਸ ਸਮਝਦੇ ਹੋ, ਮੈਂਬਰੇਨਸ ਜਿੱਦਾਂ ਤੁਹਾਡੇ ਘਰ ਦੀ ਦੀਵਾਰ ਆ, ਦੀਵਾਰ ਕੀ ਇੱਕ ਤਰੀਕੇ ਦੀ ਮੈਂਬਰੇਨਸ ਹੁੰਦੀ ਆ, ਸੋ ਇਹਦੇ ਉੱਪਰ ਵੀ ਜਿਹੜੀ ਆ ਤੁਹਾਡੀ ਲੇਟਰਲ ਵੈਂਟ੍ਰੀਕਲ ਆ ਉਹਦੇ ਉੱਪਰ ਕੀ ਆ, ਇੱਥੇ ਇੱਕ ਪਰਤ ਹੈਗੀ ਆ, ਉਸ ਪਰਤ ਦਾ ਨਾਮ ਕੀ ਆ, ਉਹਦੇ ਬਾਰੇ ਥੋੜਾ ਜਿਹਾ ਆਪਾਂ ਅੱਗੇ ਗੱਲ ਕਰਾਂਗੇ, ਸੋ ਸਭ ਤੋਂ ਪਹਿਲਾਂ ਇਹ ਕਲੀਅਰ ਹੋ ਗਿਆ ਤੁਹਾਨੂੰ, ਇਹ ਵਾਲਾ ਸਟਰਕਚਰ ਕੀ ਆ ਸਾਡੇ ਕੋਲੇ, ਕਾਰਪਸ ਕਲੋਸਮ, ਠੀਕ ਹੈ ਜੀ, ਐਂਡ ਉਹਦੇ ਥੱਲੇ ਕੀ ਹੁੰਦੀ ਸਾਡੇ ਕੋਲੇ, ਲੇਟਰਲ ਵੈਂਟ੍ਰੀਕਲ, ਐਂਡ ਇਸ ਲੇਟਰਲ ਵੈਂਟ੍ਰੀਕਲ ਸਾਨੂੰ ਦਿਖ ਨਹੀਂ ਰਹੀ, ਇਹਦੇ ਉੱਤੇ ਨਾ ਇੱਕ ਯੂ ਨੋ ਇੱਕ ਚੀਜ਼ ਢੱਕੀ ਹੋਈ ਆ, ਬਟ ਜੇ ਤੁਸੀਂ ਕੋਈ ਤੁਹਾਡੇ ਕੋਲ ਬ੍ਰੇਨ ਹੈਗਾ ਨਾ, ਬ੍ਰੇਨ ਦਾ ਜਿਹੜਾ ਅਸਲੀ ਬ੍ਰੇਨ ਹੋਏਗਾ ਉਹਨੂੰ ਦੇਖੋਗੇ ਇੱਦਾਂ ਕਰਕੇ, ਉਹ ਤੁਹਾਨੂੰ ਜਿਹੜਾ ਪੜਦਾ ਹੋਏਗਾ ਇੱਥੇ ਜਿਹੜਾ ਮੈਂਬਰੈਂਸ ਹੈਗਾ ਉਹਦੇ ਅੰਦਰ ਤੁਹਾਨੂੰ ਬੜਾ ਆਰ ਪਾਰ ਬੜੇ ਆਰਾਮ ਨਾਲ ਦਿਖੇਗਾ, ਠੀਕ ਹੈ, ਸੋ ਇਹ ਸਾਡੇ ਕੋਲ ਮਾਡਲ ਆ, ਅਸਲੀ ਮਾਡਲ ਨਹੀਂ ਹੈਗਾ ਬ੍ਰੇਨ ਦਾ, ਬਟ ਇਹਦੇ ਨਾਲ ਹੀ ਆਪਾਂ ਕੰਮ ਚਲਾਉਣਾ, ਠੀਕ ਹੈ, ਉਸ ਤੋਂ ਬਾਅਦ ਹੁਣ ਆਪਾਂ ਅੱਗੇ ਦੇਖਦੇ ਹਾਂ, ਕਾਰਪਸ ਕਲੋਸਮ ਹੋ ਗਿਆ, ਇੱਥੇ ਵੀ ਤੁਸੀਂ ਦੇਖ ਪਾ ਰਹੇ ਹੋ ਹਨਾ, ਆਹ ਵਾਲਾ ਜਿਹੜਾ ਹਿੱਸਾ ਆ ਇਹ ਕੀ ਆ ਸਾਡਾ, ਕਾਰਪਸ ਕਲੋਸਮ, ਤੇ ਆਹ ਦੇਖੋ ਤੁਸੀਂ ਇਹ ਕੀ ਆ ਸਾਡੀ, ਲੇਟਰਲ ਵੈਂਟ੍ਰੀਕਲ ਫਲੂਇਡ, ਠੀਕ ਹੈ, ਇੱਥੇ ਵੀ ਇੱਦਾਂ ਹੀ ਆ, ਦੇਖੋ ਮਾਡਲ ਮੈਂ ਬਹੁਤ ਕੋਸ਼ਿਸ਼ ਕੀਤੀ ਆ, ਸੋ ਲੇਟਰਲ ਵੈਂਟ੍ਰੀਕਲ ਆ ਗਈ, ਲੇਟ ਟੂ ਐਮਟੀ ਸਪੇਸਿਸ ਬੀਨੀਥ ਦਾ ਕਾਰਪਸ ਕਲੋਸਮ, ਕਾਰਪਸ ਕਲੋਸਮ ਦੇ ਬਿਲਕੁਲ ਥੱਲੇ ਬੀਨੀਥ, ਬੀਨੀਥ ਦਾ ਮਤਲਬ ਕੀ ਹੁੰਦਾ, ਬਿਲਕੁਲ ਥੱਲੇ ਕੀ ਆ ਸਾਡੇ ਕੋਲੇ, ਟੂ ਐਮਟੀ ਸਪੇਸਿਸ, ਖਾਲੀ ਥਾਵਾਂ, ਜਿਹਨੂੰ ਆਪਾਂ ਕੀ ਬੋਲਦੇ ਹਾਂ, ਲੇਟਰਲ ਵੈਂਟ੍ਰੀਕਲ, ਉਸ ਤੋਂ ਬਾਅਦ ਕੀ ਬੋਲਿਆ, ਸੈਪਰੇਟਡ ਬਾਏ ਏ ਥਿਨ ਮੈਂਬਰੇਨਸ, ਐਂਡ ਇਹ ਜਿਹੜੀਆਂ ਦੋ ਸਪੇਸਿਸ ਆ ਇਹ ਇੱਕ ਥਿਨ ਮੈਂਬਰੇਨਸ, ਇੱਕ ਜਿੱਦਾਂ ਪੇਪਰ ਹੁੰਦਾ ਨਾ, ਪੇਪਰ ਵਰਗੀ ਇੱਕ ਯੂਨੋ ਸ਼ੀਟ ਦੇ ਰਾਹੀਂ ਇਹ ਚਿੱਲੀ ਜਾਂਦੀਆਂ, ਉਹਨੂੰ ਆਪਾਂ ਕੀ ਬੋਲਦੇ ਹਾਂ, ਸੈਪਟਮ ਪਲੂਸੀਡਮ, ਠੀਕ ਹੈ ਜੀ, ਕੀ ਬੋਲਦੇ ਹਾਂ, ਸੈਪਟਮ ਪਲੂਸੀਡਮ, ਇੰਨਾ ਕਰਨ ਦੀ ਲੋੜ ਨਹੀਂ ਹੈਗੀ, ਠੀਕ ਹੈ, ਸਿਰਫ ਤੁਹਾਨੂੰ ਦੱਸ ਰਿਹਾ ਬੇਸਿਕਲੀ, ਠੀਕ ਹੈ, ਓਕੇ, ਸੋ ਸੈਪਟਮ ਪਲੂਸੀਡਮ ਜਿਵੇਂ ਤੁਹਾਨੂੰ ਦੱਸਿਆ ਸੀਗਾ, ਇਹ ਥਿਨ ਮੈਂਬਰੇਨਸ ਡਿਵਾਈਡਸ ਦਾ ਲਿਟਰਲ ਵੈਂਟ੍ਰੀਕਲ, ਠੀਕ ਹੈ ਜੀ, ਸੋ ਪਲੂਸੀਡਮ ਦਾ ਮਤਲਬ ਕੀ ਹੁੰਦਾ, ਇੱਕਦਮ ਕਲੀਅਰ, ਠੀਕ ਹੈ, ਜਿਵੇਂ ਤੁਹਾਨੂੰ ਦੱਸਿਆ ਕਿ ਤੁਸੀਂ ਇੱਦਾਂ ਦੇਖੋ ਇੱਕਦਮ ਕਲੀਅਰ ਦਿਖੇਗਾ ਲਿਟਰਲ ਵੈਂਟ੍ਰੀਕਲ, ਠੀਕ ਹੈ ਜੀ, ਸੋ ਇੱਕ ਵਾਰੀ ਦੁਬਾਰਾ ਮਾਰਕ ਕਰ ਦਿੰਦਾ, ਕਾਰਪਸ ਕਲੋਸਮ,
ਸੈਪਟਮ ਪਲੂਸੀਡਮ ਹੋਏਗਾ ਇੱਥੇ ਤੇ ਇਹਨੂੰ ਇਦਾਂ ਦੇਖੋਗੇ ਅੰਦਰੋਂ ਤੇ ਕੀ ਦਿਖੇਗੀ ਤੁਹਾਨੂੰ ਲਿਟਰਲ ਵੈਂਟ੍ਰੀਕਲ। ਉਸ ਤੋਂ ਬਾਅਦ ਆ ਗਿਆ ਫੋਰਨਿਕਸ, ਠੀਕ ਹੈ ਜੀ। ਫੋਰਨਿਕਸ ਕੀ ਆ? ਵਾਈਟ ਆਰਚਿੰਗ ਸਟਰਕਚਰ ਬਿਲੋ ਦਾ ਸੈਪਟਮ ਪਲੂਸੀਡਮ, ਠੀਕ ਹੈ। ਸੋ ਇੱਥੇ ਤੁਸੀਂ ਦੇਖ ਰਹੇ ਹੋ ਇਹ ਆਹ ਵਾਲਾ ਸਟਰਕਚਰ ਦਿਖ ਰਿਹਾ ਵਾਈਟ ਵਾਈਟ, ਯੈਸ ਹੈਨਾ। ਇਹਨੂੰ ਆਪਾਂ ਫੋਰਨਿਕਸ, ਜਿੱਦਾਂ ਆਹ ਵੇਖੋ ਇੱਥੇ ਇਹਨੂੰ ਕੀ ਬੋਲਦੇ ਹਾਂ ਆਪਾਂ? ਫੋਰਨਿਕਸ ਕੀ ਬੋਲਦੇ ਹਾਂ ਜੀ? ਫੋਰਨਿਕਸ। ਕਲੀਅਰ ਕਲੀਅਰ ਹੈ ਜੀ? ਨਹੀਂ ਕਲੀਅਰ ਤਾਂ ਵੀ ਪੁੱਛੋ, ਕਲੀਅਰ ਬਾਕੀ ਦੱਸੋ। ਸੋ ਇਹ ਕੀ ਆ? ਕਾਰਪਸ ਕਲੋਸਮ, ਫੋਰਨਿਕਸ, ਠੀਕ ਹੈ। ਇਹਦੇ ਉੱਪਰ ਇੱਕ ਥਿਨ ਮੈਂਬਰਸ ਲੇਅਰ ਹੁੰਦੀ ਹੈ ਸੈਪਟਮ ਪਲੂਸੀਡਮ, ਤੇ ਇਹ ਕੀ ਹੈ ਤੁਹਾਡੀ? ਲੇਟਰਲ ਵੈਂਟ੍ਰੀਕਲ। ਦੱਸੋ ਬਾਕੀ ਸ਼ਿਵਾਨੀ, ਅਨੂ ਮੈਮ, ਏਕਤਾ, ਜਸ਼ਨ, ਹੋਰ ਕੌਣ ਸੀ? ਵਿਸ਼ਾਲੀ, ਸਮਝ ਆ ਰਿਹਾ ਕਿ ਨਹੀਂ ਆ ਰਿਹਾ? ਦੱਸੋ। ਹਾਂਜੀ ਸਰ, ਸਮਝ ਆਇਆ। ਆ ਰਿਹਾ ਹੈ, ਉੱਪਰੋਂ ਤਾਂ ਨਹੀਂ ਜਾ ਰਹੀਆਂ ਗੱਲਾਂ? ਨਹੀਂ ਸਰ। ਨਹੀਂ ਨਹੀਂ ਦੱਸੋ ਜੇ ਤੁਹਾਨੂੰ ਲੱਗਦਾ ਕਿ ਜ਼ਿਆਦਾ ਔਖਾ ਹੈਗਾ, ਹੈ ਨਾ। ਕਿਉਂਕਿ ਦੇਖੋ ਨਾਮ ਔਖੇ ਲੱਗਣੇ ਆ, ਕਿਉਂਕਿ ਪਹਿਲੀ ਵਾਰੀ ਨਾਮ ਤੁਸੀਂ ਸੁਣਿਆ, ਹੈ ਨਾ। ਮੰਨ ਲਓ ਤੁਸੀਂ ਪਹਿਲੀ ਵਾਰੀ ਕਲਾਸ ਦੇ ਵਿੱਚ ਜਾਂਦੇ ਹੋ, ਹੈ ਨਾ, ਸਟੂਡੈਂਟਸ ਨਾਲ ਇੰਟਰੈਕਸ਼ਨ ਕਰਦੇ ਹੋ, ਤੁਹਾਨੂੰ ਨਾਮ ਦੱਸਦੇ ਆ, ਸਾਨੂੰ ਨਾਮ ਨਹੀਂ ਯਾਦ ਰਹਿੰਦੇ। ਬਟ ਇੱਕ ਦੋ ਵਾਰੀ ਆਪਾਂ ਜਦੋਂ ਉਹਨੂੰ ਦੇਖਦੇ ਹਾਂ, ਹੈ ਨਾ, ਰਿਵਾਈਜ਼ ਕਰਦੇ, ਮਿਲਦੇ ਵਰਤਦੇ ਹਾਂ ਸਟੂਡੈਂਟਸ ਦੇ ਨਾਲ, ਸਾਨੂੰ ਨਾਮ ਯਾਦ ਹੋ ਜਾਂਦੇ। ਸੋ ਇਹ ਵੀ ਦੇਖੋ, ਮੈਂ ਸਿਰਫ ਉਹ ਚੀਜ਼ਾਂ ਕਰਵਾ ਰਿਹਾ। ਇਹਦੇ ਵਿੱਚ ਆਪਾਂ ਬ੍ਰੇਨ ਦੇ ਵਿੱਚ ਗੱਲ ਕਰੀਏ, ਹੋਰ ਬਥੇਰੀਆਂ ਚੀਜ਼ਾਂ ਹੈਗੀਆਂ, ਬੜੇ ਨਾਮ ਨੇ ਇਹਦੇ ਵਿੱਚ, ਤੁਸੀਂ ਕਨਫਿਊਜ਼ ਹੋ ਜਾਓਗੇ। ਬਟ ਜਿਹੜੇ ਇੰਪੋਰਟੈਂਟ ਹੈਗੇ ਥੋੜ੍ਹੇ ਬਹੁਤ, ਮੈਂ ਉਹੀ ਕਰਵਾ ਰਿਹਾ ਤੁਹਾਨੂੰ, ਠੀਕ ਹੈ ਜੀ? ਅਨੂ ਮੈਮ। ਹਾਂਜੀ ਸਰ। ਮੈਮ ਲੱਗ ਰਿਹਾ ਸਮਝ? ਹਾਂਜੀ ਹਾਂਜੀ, ਪੱਕੀ ਗੱਲ ਆ? ਹਾਂਜੀ ਠੀਕ ਆ। ਬਸ ਸਰ ਇੱਕ ਦੋ ਵਾਰ ਜਦੋਂ ਦੇਖਣਾ ਨਾ ਦੁਬਾਰਾ ਫਿਰ। ਓਕੇ ਸ਼ਿਵਾਨੀ, ਬੱਚੇ ਲੱਗ ਰਿਹਾ ਸਮਝ? ਸ਼ਿਵਾਨੀ, ਭਿੰਦਰ ਸਰ ਲੱਗ ਰਿਹਾ ਆ, ਬਟ ਮੇਰੀ ਕਲਾਸ ਬੜੀ ਡਿਸਕਨੈਕਟ ਹੋਈ ਆ ਜੀ, ਨੈਟਵਰਕ ਇਸ਼ੂ ਬਹੁਤ ਸੀ। ਕੋਈ ਗੱਲ ਨਹੀਂ, ਰਿਕਾਰਡ ਹੋ ਰਹੀ ਆ ਇਹ, ਹੈਨਾ। ਹਾਂਜੀ ਜੀ, ਇਹ ਆਪਾਂ ਕਰ ਲਿਆ ਆ। ਹੁਣ ਇਸ ਤੋਂ ਬਾਅਦ ਦੇਖੋ ਅਗਲੇ ਜਿਹੜੇ ਸਟਰਕਚਰ ਹੈਗੇ ਆ ਉਹ ਆਪਾਂ ਗੱਲ ਕਰਦੇ ਆ, ਬ੍ਰੇਨ ਸਟੈਮ ਐਂਡ ਸਰਾਊਂਡਿੰਗ ਸਟਰਕਚਰਸ। ਬ੍ਰੇਨ ਸਟੈਮ ਐਂਡ ਸਰਾਊਂਡਿੰਗ ਸਟਰਕਚਰ। ਸੋ ਬ੍ਰੇਨ ਸਟੈਮ ਦੇ ਵਿੱਚ ਤੁਹਾਨੂੰ ਪਤਾ ਹੈ ਸਭ ਤੋਂ ਪਹਿਲਾਂ ਸਾਡੇ ਕੋਲ ਕੀ ਆ? ਮੈਡੂਲਾ, ਓਬਲੋਂਗਾਟਾ, ਪੋਨਸ ਐਂਡ ਮਿਡ ਬ੍ਰੇਨ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਸੈਰੀਬੈਲਮ। ਸੋ ਜਿਹੜਾ ਸਾਡਾ ਮੈਡੂਲਾ ਆ ਉਹ ਸਭ ਤੋਂ ਕੀ ਹੁੰਦਾ? ਸਭ ਤੋਂ ਥੱਲੇ ਹੁੰਦਾ, ਜਿਹੜੀ ਸਪਾਈਨਲ ਕੋਡ ਆ ਨਾ, ਸਪਾਈਨਲ ਕੋਡ ਤੋਂ ਉੱਪਰ ਜਿਹੜਾ ਬੇਸ ਆ ਸਾਡਾ, ਬੇਸ ਸਮਝਦੇ ਹੋ? ਯੂਨੋ ਜਿਹੜਾ ਆਧਾਰ ਆ, ਸਭ ਤੋਂ ਲਾਸਟ ਦੇ ਵਿੱਚ ਸਭ ਤੋਂ ਕੀ ਆ? ਮੈਡੂਲਾ, ਲੋਕੇਟਡ ਐਟ ਦਾ ਬੇਸ ਆਫ ਦਾ ਬ੍ਰੇਨ ਸਟੈਮ। ਜਿਹੜੀ ਤੁਹਾਡੀ ਬ੍ਰੇਨ ਸਟੈਮ ਆ, ਮੰਨ ਲਓ ਆ ਬ੍ਰੇਨ ਸਟੈਮ ਬਣਾਉਣਾ ਇੱਥੇ, ਜਿੱਦਾਂ ਬ੍ਰੇਨ ਸਟੈਮ ਆ, ਹੈ ਨਾ, ਬ੍ਰੇਨ ਸਟੈਮ ਦੇ ਸਭ ਤੋਂ ਥੱਲੇ ਜਿਹੜਾ ਹੋਏਗਾ ਤੁਹਾਡਾ ਕੀ ਹੋਏਗਾ? ਮੈਡੂਲਾ ਓਬਲੋਂਗਾਟਾ। ਉਸ ਤੋਂ ਬਾਅਦ ਕੀ ਆ? ਪੋਨਸ। ਪੋਨਸ ਕੀ ਹੁੰਦਾ? ਜਿਹੜਾ ਤੁਹਾਡਾ ਮੈਡੂਲਾ ਓਬਲੋਂਗਾਟਾ ਉਹਦੇ ਉੱਪਰ ਕੀ ਹੋਣਗੀਆਂ? ਪੋਨਸ ਹੁੰਦੀਆਂ। ਸੋ ਇਹ ਕੀ ਲਿਖਿਆ? ਪੋਜੀਸ਼ਨਡ ਅਬਵ ਦਾ ਮੈਡੂਲਾ, ਐਕਟਿੰਗ ਐਜ਼ ਅ ਬ੍ਰਿਜ ਬਿਟਵੀਨ ਵੇਰੀਅਸ ਪਾਰਟਸ ਆਫ ਦਾ ਬ੍ਰੇਨ, ਠੀਕ ਹੈ। ਸੋ ਜਿੰਨੇ ਵੀ ਪਾਰਟਸ ਹੈਗੇ ਤੁਹਾਡੇ ਬ੍ਰੇਨ ਦੇ,
ਹੈ ਨਾ। ਸੋ ਪੋਨਸ ਕੀ ਕੰਮ ਕਰਦਾ, ਇੱਕ ਬ੍ਰਿਜ ਦਾ ਕੰਮ ਕਰਦਾ, ਠੀਕ ਹੈ, ਉਹ ਦੇਖਾਂਗੇ ਆਪਾਂ ਕੀ ਹੁੰਦਾ ਅੱਗੇ। ਸੋ ਸਭ ਤੋਂ ਪਹਿਲਾਂ ਥੱਲੇ ਕੀ ਹੈ ਸਭ ਸਾਡੇ ਕੋਲੇ, ਸਭ ਤੋਂ ਥੱਲੇ ਕੀ ਹੈ ਮੋਡਿਊਲਾ, ਠੀਕ ਹੈ, ਮੋਡਿਊਲਾ, ਮੋਡਿਊਲਾ ਤੋਂ ਉੱਪਰ ਕੀ ਹੁੰਦਾ ਸਾਡੇ ਕੋਲੇ ਦੱਸੋ, ਪੋਨਸ, ਐਂਡ ਪੋਨਸ ਤੋਂ ਉੱਪਰ ਕੀ ਹੁੰਦਾ ਸਾਡੇ ਕੋਲ, ਬ੍ਰੇਨ ਸਟੈਮ, ਮਿਡ ਬ੍ਰੇਨ, ਠੀਕ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਸੈਰੀਬੈਲਮ, ਠੀਕ ਹੈ ਜੀ, ਸੈਰੀਬੈਲਮ ਕੀ ਹੁੰਦਾ ਸਾਡੇ ਪਿਛਲੀ ਸਾਈਡ ਹੋਏਗਾ ਇਹ ਸਟਰਕਚਰ, ਠੀਕ ਹੈ ਜੀ। ਸੋ ਇਹਨਾਂ ਨੂੰ ਆਪਾਂ ਦੇਖਾਂਗੇ। ਸੋ ਇੱਥੇ ਤੁਸੀਂ ਦੇਖੋ, ਸਭ ਤੋਂ ਪਹਿਲਾਂ ਆਹ ਤੁਸੀਂ ਦੇਖ ਰਹੇ ਹੋ, ਆਹ ਮੈਂ ਇੱਥੇ ਮਾਰਕ ਕਰਦਾ ਬਲੈਕ ਪੈਨ ਦੇ ਨਾਲ, ਆਹ ਦੇਖ ਰਹੇ ਹੋ ਸਟਰਕਚਰ, ਇਹ ਕੀ ਹੈ ਤੁਹਾਡਾ ਮਿਡ ਬ੍ਰੇਨ, ਠੀਕ ਹੈ ਜੀ। ਉਸ ਤੋਂ ਬਾਅਦ ਆਹ ਦੇਖ ਰਹੇ ਹੋ ਤੁਸੀਂ ਸਟਰਕਚਰ, ਇਹ ਕੀ ਹੈ ਤੁਹਾਡੀਆਂ ਪੋਨਸ। ਉਸ ਤੋਂ ਬਾਅਦ ਆਹ ਦੇਖ ਰਹੇ ਹੋ ਤੁਸੀਂ ਸਟਰਕਚਰ, ਇਹ ਕੀ ਹੈ ਤੁਹਾਡਾ ਮੋਡਿਊਲਾ। ਉਸ ਤੋਂ ਬਾਅਦ ਆਹ ਤੁਸੀਂ ਦੇਖ ਰਹੇ ਹੋ ਆਹ ਵਾਲਾ ਸਟਰਕਚਰ, ਇਹ ਕੀ ਹੈ ਤੁਹਾਡਾ ਸੈਰੀ ਬੈਲਮ। ਸੋ ਜਿਹੜਾ ਬੇਸ ਆ ਉਹ ਕੀ ਆ ਮੋਡਿਊਲਾ, ਮੋਡਿਊਲਾ ਦੇ ਉੱਪਰ ਕੀ ਆ ਪੋਨਸ, ਪੋਨਸ ਤੋਂ ਉੱਪਰ ਕੀ ਆ ਮਿਡ ਬ੍ਰੇਨ, ਤੇ ਪਿਛਲੀ ਸਾਈਡ ਕੀ ਆ ਸਾਡੇ ਕੋਲੇ ਸੈਰੀ ਬੈਲਮ। ਕਲੀਅਰ ਦੱਸੋ? ਯੈਸ। ਓਕੇ ਓਕੇ, ਹੁਣ ਆਪਾਂ ਯੂ ਨੋ ਗੱਲ ਕਰਨੀ ਆ। ਦੇਖੋ ਜਿੱਦਾਂ ਹੁਣ ਸਾਡੇ ਪਾਰਟਸ ਆ ਨਾ ਅਲੱਗ ਅਲੱਗ, ਜਿੱਦਾਂ ਸਾਡਾ ਸੈਰੀ ਬ੍ਰਹਮ ਆ, ਇਹ ਕੁਸ਼ਚਨਸ ਆਉਂਦੇ ਨੇ ਸੈਰੀ ਬ੍ਰਹਮ ਆ, ਐਂਡ ਸੈਰੀ ਬ੍ਰਹਮ ਨੂੰ ਕੀ ਕਿਹਾ ਜਾਂਦਾ, ਟੈਲਨਸੈਫਲਨ ਬੋਲਿਆ ਜਾਂਦਾ, ਡਾਇਨਸੈਫਲਨ ਬੋਲਿਆ ਜਾਂਦਾ ਇੱਕ, ਹੈ ਨਾ, ਮੈਸੋਸੈਫਲਨ ਬੋਲਿਆ ਜਾਂਦਾ। ਸੋ ਇਹ ਜਿਹੜੇ ਜਿੱਦਾਂ ਹੁਣ ਆਹ ਤੁਸੀਂ ਦੇਖ ਰਹੇ ਹੋ ਐਨਸੈਫਲੋਨ, ਸਿਰਫ ਇੱਥੇ ਫੋਕਸ ਕਰਿਓ, ਐਨਸੈਫਲੋਨ, ਐਨਸੈਫਲੋਨ ਦਾ ਮਤਲਬ ਕੀ ਹੁੰਦਾ, ਐਨਸੈਫਲੋਨ ਦਾ ਮਤਲਬ ਹੁੰਦਾ ਬ੍ਰੇਨ, ਠੀਕ ਹੈ ਜੀ। ਐਂਡ ਡਾਈ ਦਾ ਮਤਲਬ ਕੀ ਹੁੰਦਾ, ਦੋ, ਬਿਟਵੀਨ, ਠੀਕ ਹੈ, ਬਿਟਵੀਨ। ਡਾਈ ਦਾ ਮਤਲਬ ਕੀ ਹੁੰਦਾ, ਵਿੱਚ ਵਿਚਾਲੇ, ਬਿਟਵੀਨ। ਸੋ ਬ੍ਰੇਨ ਦੇ ਹੈ ਨਾ ਡਾਇਨਸੈਫਲਨ ਮਤਲਬ ਜਿੱਦਾਂ ਤੁਹਾਡੀ ਸੈਰੀਬ੍ਰਮ ਹੈਗੇ ਇਹ, ਇਹਨਾਂ ਦੇ ਵਿੱਚ ਵਿਚਾਲੇ ਕੀ ਹੁੰਦੇ, ਕਿਹੜੇ ਪਾਰਟ ਹੁੰਦੇ ਆ ਉਹਨਾਂ ਦੀ ਗੱਲ ਹੋ ਰਹੀ ਆ, ਉਹਨਾਂ ਨੂੰ ਕੀ ਬੋਲਦੇ ਹਾਂ ਆਪਾਂ, ਡਾਇਨਸੈਫਲਨ, ਠੀਕ ਹੈ। ਸੋ ਆਪਾਂ ਸਭ ਤੋਂ ਪਹਿਲਾਂ ਇਹ ਅੱਗੇ ਵੀ ਆਉਣਾ ਹੈਗਾ, ਇੱਕ ਮਿੰਟ ਰੁਕ ਜਾਓ, ਮੈਨੂੰ ਦੇਖਣ ਦਿਓ, ਡਾਇਨਸੈਫਲਨ ਦਾ ਰੀਜਨ ਬ੍ਰੇਨ ਲੋਕੇਟਡ, ਓਕੇ ਓਕੇ। ਚਲੋ ਇਹਨੂੰ ਆਪਾਂ ਪਹਿਲਾਂ ਕਰ ਹੀ ਲੈਂਦੇ ਹਾਂ ਕਿਉਂਕਿ ਬਹੁਤ ਇੰਪੋਰਟੈਂਟ ਹੈਗਾ, ਅੱਗੇ ਵੀ ਦੇਖੀ ਜਾਏਗੀ। ਬੋਰ ਤਾਂ ਨਹੀਂ ਹੋ ਰਹੇ, ਪਹਿਲਾਂ ਮੈਨੂੰ ਦੱਸ ਦਿਓ। ਨੋ ਸਰ। ਬਾਕੀ ਵੀ ਦੱਸੋ, ਕਿਉਂਕਿ ਮੈਂ ਚਾਹੁੰਦਾ ਕਿ ਆਪਾਂ ਕਵਰ ਕਰ ਲਈਏ ਇਹਨੂੰ, ਕੱਲ ਆਪਾਂ ਨਿਊਕਲੀਅਸ ਕਰੀਏ, ਕਿਉਂਕਿ ਸਟਰਕਚਰ ਤੇ ਦੋ ਦਿਨ ਲੱਗਣੇ ਆ। ਬੋਰ ਤਾਂ ਨਹੀਂ ਹੋ ਰਹੇ? ਓਕੇ ਠੀਕ ਹੈ, ਕਿਉਂਕਿ ਆਪਾਂ ਪੇਪਰ ਕਲੀਅਰ ਕਰਨੇ ਆ ਸਾਰੇ, ਤੇ ਬੋਰ ਨਹੀਂ ਹੋਣਾ ਹੈਗਾ, ਠੀਕ ਹੈ। ਐਂਡ ਇਹ ਜਿਹੜਾ ਦੇਖੋ ਸਿਲੇਬਸ, ਜੇ ਮੈਂ ਗੱਲ ਕਵਾਂ ਮਾਸਟਰ ਕੈਡਰ ਦੀ, ਹਨਾ, ਤੇ ਇਹ ਮਾਸਟਰ ਕੈਡਰ ਤੋਂ ਮੈਂ ਤੁਹਾਨੂੰ ਕਾਫੀ ਸਟੈਪ ਹਨਾ ਉੱਪਰ ਜਾ ਕੇ ਚੀਜ਼ਾਂ ਕਰਵਾ ਰਿਹਾ। ਬੇਸਿਕਲੀ ਮੈਂ ਚਾਹੁੰਦਾ ਕਿ ਤੁਸੀਂ ਕੱਲ ਨੂੰ ਟੀਚ ਕਰੋ ਕਿਤੇ ਵੀ, ਚਾਹੇ ਕਿਸੇ ਸਕੂਲ ਕਰੋ, ਚਾਹੇ ਕਿਸੇ ਕਾਲਜ ਕਰੋ, ਹਨਾ, ਤੁਹਾਡੀ ਤਿਆਰੀ ਉਸ ਹਿਸਾਬ ਨਾਲ ਹੋਵੇ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਇਹ ਬੀਪੀਐਡ ਦੇ ਵਿੱਚ, ਐਮਪੀਐਡ ਦੇ ਵਿੱਚ ਸਾਨੂੰ ਕਰਵਾਈਆਂ ਜਾਣੀਆਂ ਚਾਹੀਦੀਆਂ ਸੀਗੀਆਂ ਐਨਾਟਮੀ ਫਿਜ਼ੀਓਲੋਜੀ ਦੇ ਵਿੱਚ। ਬਟ ਨਰਵਸ ਸਿਸਟਮ ਦੇ ਨਾਮ ਤੇ ਸਾਨੂੰ ਸਿਰਫ ਪਤਾ ਕੀ ਪੜ੍ਹਾ ਜਾਂਦਾ, ਕੀ ਪੜ੍ਹਾ ਜਾਂਦਾ, ਸਿਰਫ ਸਾਨੂੰ ਸੀ ਐਨ ਐਸ, ਪੀ ਐਨ ਐਸ, ਹਨਾ,
ਐਂਡ ਪੀਐਨਐਸ ਦੇ ਵਿੱਚ ਕਰਾ ਦਿੰਦੇ ਜੀ ਆਟੋਨੋਮਿਕ ਨਰਵਸ ਸਿਸਟਮ, ਹੈ ਨਾ, ਆਟੋਨੋਮਿਕ ਦੇ ਵਿੱਚ ਤੁਹਾਨੂੰ ਜਾਂ ਸੋਮੈਟਿਕ ਨਰਵਸ ਸਿਸਟਮ, ਆਟੋਨੋਮਿਕ ਦੇ ਵਿੱਚ ਤੁਹਾਡੇ ਕੋਲ ਪੈਰਾਸਿੰਪੈਥੈਟਿਕ ਐਂਡ ਸਿੰਪੈਥੈਟਿਕ। ਚਲੋ ਜੀ, ਨਰਵਸ ਸਿਸਟਮ ਖਤਮ। ਇਦਾਂ ਹੀ ਸੇਮ, ਬਸ ਇਹੀ ਚੀਜ਼ਾਂ ਬੜੀਆਂ ਹੈ, ਬਸ ਇਹੀ ਹੈ ਨਾ, ਉਹ ਬੱਚਿਆਂ ਨੂੰ ਵੀ ਪਤਾ। ਬਟ ਆਹ ਬ੍ਰੇਨ ਦੀ ਜਿਹੜੀ ਅਨਾਟਮੀ ਹੈਗੀ, ਕਿਉਂਕਿ ਆਪਾਂ ਅਨਾਟਮੀ ਫਿਜ਼ੀਓਲੋਜੀ ਪੜ੍ਹ ਰਹੇ ਹਾਂ, ਮੈਂ ਵੀ ਤੁਹਾਨੂੰ ਇੰਨਾ ਨਹੀਂ ਕਰਵਾ ਸਕਦਾ ਕਿਉਂਕਿ ਮੈਂ ਕੋਈ ਯੂਨੋ ਨਿਊਰੋਲੋਜਿਸਟ ਜਾਂ ਨਿਊਰੋਸਰਜਨ ਨਹੀਂ ਹੈਗਾ। ਬਟ ਜਿੰਨਾ ਮੈਨੂੰ ਆਉਂਦਾ ਆ, ਹੈ ਨਾ, ਉਨਾ ਆਪਾਂ ਪੰਗਾ ਲੈ ਲੈਣਾ, ਠੀਕ ਹੈ, ਤਾਂ ਕਿ ਤੁਸੀਂ ਐਟਲੀਸਟ ਜੇ ਕਿਸੇ ਕਾਲਜ 'ਚ ਪੜ੍ਹਾ ਰਹੇ ਹੋ ਜਾਂ ਕਿਸੇ ਸਕੂਲ ਦੇ ਵਿੱਚ ਪੜ੍ਹਾ ਰਹੇ ਹੋ, ਹੈ ਨਾ, ਤੁਹਾਨੂੰ ਜਿਹੜੀ ਬੇਸਿਕ ਚੀਜ਼ਾਂ ਹੈਗੀਆਂ, ਹੈ ਨਾ, ਬ੍ਰੇਨ ਦਾ ਜਿਹੜਾ ਬੇਸਿਕ ਸਟਰਕਚਰ ਆ ਉਹ ਪਤਾ ਹੋਵੇ, ਹੈ ਨਾ। ਸੋ ਇਸ ਕਰਕੇ ਮੈਂ ਇਹ ਚੀਜ਼ ਤੁਹਾਡੇ ਲਈ ਤਿਆਰ ਕੀਤੀ ਹੈ। ਸੋ ਡਾਇਨਸੈਫਲਨ, ਡਾਇਨਸੈਫਲਨ ਕੀ ਆ? ਦ ਰੀਜਨ ਆਫ ਬ੍ਰੇਨ, ਇਹ ਕੀ ਆ, ਸਾਡੇ ਦਿਮਾਗ ਦਾ ਇੱਕ ਰੀਜਨ ਆ, ਦੈਟ ਇਜ਼ ਲੋਕੇਟਿਡ ਅਬਵ ਦਾ ਬ੍ਰੇਨ ਸਟੈਮ। ਸੋ ਜਿਹੜਾ ਡਾਇਨਸੈਫਲਨ ਆ, ਸਾਡੇ ਦਿਮਾਗ ਦਾ ਇੱਕ ਹਿੱਸਾ ਆ, ਜਿਹੜੀ ਬ੍ਰੇਨ ਸਟੈਮ ਆ ਉਤੋਂ ਕੀ ਹੁੰਦਾ ਆ, ਉੱਪਰ ਹੁੰਦਾ, ਲੋਕੇਟਿਡ ਅਬਵ ਦਾ ਬ੍ਰੇਨ ਸਟੈਮ। ਹੁਣ ਇਹਦੇ ਵਿੱਚ ਹੁੰਦਾ ਕੀ ਆ, ਇਹਦੇ ਵਿੱਚ ਸਾਡੇ ਕੋਲ ਇਨਕਲੂਡਿੰਗ ਦਾ ਥੈਲਮਸ ਐਂਡ ਹਾਈਪੋਥੈਲਮਸ, ਇਹ ਤੁਸੀਂ ਪੜ੍ਹੇ ਹੋਣੀ ਚੀਜ਼ਾਂ, ਥੈਲਮਸ ਹਾਈਪੋਥੈਲਮਸ, ਸੁਣਿਆ ਹੋਣਾ ਨਾਮ, ਹੈ ਨਾ। ਸੋ ਥੈਲਮਸ ਤੇ ਹਾਈਪੋਥੈਲਮਸ ਮਿਲ ਕੇ ਕੀ ਬਣਾਉਂਦੇ ਆ, ਡਾਇਨਸੈਫਲਨ, ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਥੈਲਮਸ ਦੀ, ਠੀਕ ਹੈ। ਥੈਲਮਸ ਕੀ ਆ, ਐਨ ਆਲਮੰਡ ਸ਼ੇਪਡ ਸਟਰਕਚਰ, ਮਤਲਬ ਇਹਦੀ ਜਿਹੜੀ ਸ਼ੇਪ ਹੁੰਦੀ ਆ ਉਹ ਬਦਾਮ ਵਰਗੀ ਹੁੰਦੀ ਆ, ਆਲਮੰਡ ਹੁੰਦੀ ਆ, ਆਲਮੰਡ ਸ਼ੇਪ ਸਟਰਕਚਰ ਆ, ਇਨ ਦਾ ਮਿਡਲ ਆਫ ਦਾ ਡਾਇਨਸੈਫਲਨ, ਇਹ ਇੱਕਦਮ ਡਾਇਨਸੈਫਲਨ ਦੇ ਵਿੱਚ ਵਿਚਾਲੇ ਹੁੰਦਾ ਆ, ਤੇ ਇਹਦੀ ਜਿਹੜੀ ਸ਼ੇਪ ਹੁੰਦੀ ਆ ਆਲਮੰਡ ਵਰਗੀ, ਹੈ ਨਾ, ਬਦਾਮ ਵਰਗੀ ਹੁੰਦੀ ਆ। ਸਰਵਿੰਗ ਐਜ ਏ ਰਿਲੇ ਸਟੇਸ਼ਨ ਫੋਰ ਸੈਂਸਰੀ ਐਂਡ ਮੋਟਰ ਸਿਗਨਲਸ, ਇਹਦਾ ਫੰਕਸ਼ਨ ਦੇਖੋ ਕੀ ਲਿਖਿਆ ਉਹਨੇ, ਸਰਵਿੰਗ ਐਜ ਏ ਰਿਲੇ ਸਟੇਸ਼ਨ ਫੋਰ ਸੈਂਸਰੀ ਐਂਡ ਮੋਟਰ ਸਿਗਨਲਸ। ਮੰਨ ਲਓ ਤੁਹਾਨੂੰ ਪੇਨ ਹੋ ਰਹੀ ਆ, ਤੁਹਾਡੇ ਨਾ ਹੱਥ ਦੇ ਵਿੱਚ ਪੇਨ ਹੋ ਰਹੀ ਆ, ਠੀਕ ਆ। ਹੁਣ ਜਿਹੜੀ ਪੇਨ ਹੋ ਰਹੀ ਆ, ਤੁਸੀਂ ਕੀ ਕੀਤਾ, ਉਹਨੂੰ ਸੈਂਸ ਕੀਤਾ, ਸੈਂਸ ਕੀਤਾ, ਤੇ ਤੁਹਾਡੇ ਉਹ ਸੈਂਸਰੀ ਨਿਊਰੋਨਸ ਦੇ ਥਰੂ, ਤੁਹਾਡੀ ਬ੍ਰੇਨ ਸਟੈਮ ਦੇ ਥਰੂ, ਤੁਹਾਡੇ ਕਿੱਥੇ ਉਹ ਇਨਫੋਰਮੇਸ਼ਨ ਕਿੱਥੇ ਜਾਏਗੀ, ਉਹ ਤੁਹਾਡੇ ਥੈਲਮਸ ਤੇ ਜਾਏਗੀ, ਠੀਕ ਹੈ, ਥੈਲਮਸ ਤੇ ਇਨਫੋਰਮੇਸ਼ਨ ਚਲੇ ਜਾਏਗੀ। ਐਂਡ ਥੈਲਮਸ ਕੀ ਕਰੇਗਾ, ਥੈਲਮਸ ਦਾ ਕੰਮ ਹੈਗਾ, ਯੂਨੋ, ਇੱਕ ਪੋਸਟਮੈਨ ਹੁੰਦਾ ਨਾ, ਚਿੱਠੀਆਂ ਜਿੱਥੇ ਜਿਹੜਾ ਪਤਾ ਹੈਗਾ ਉੱਥੇ ਉਹ ਚਿੱਠੀ ਦੇ ਦੇਣੀ, ਜਿੱਥੇ ਪਤਾ ਹੈਗਾ, ਹੈ ਨਾ, ਲਿਖਿਆ ਹੋਇਆ ਚਿੱਠੀ ਦੇ ਉੱਤੇ, ਉੱਥੇ ਉਹ ਚਿੱਠੀ ਫੜਾ ਦਿੰਦਾ। ਸੋ ਥੈਲਮਸ ਵੀ ਉਹੀ ਕਰਦਾ, ਦੇਖੋ ਕੀ ਲਿਖਿਆ, ਰਿਲੇ ਸਟੇਸ਼ਨ ਦਾ ਕੰਮ ਕਰਦਾ। ਰਿਲੇ ਤੁਸੀਂ ਇੱਕ ਸਪੋਰਟਸ ਵੀ ਦੇਖਿਆ ਹੋਣਾ, ਐਥਲੈਟਿਕਸ ਦੇ ਵਿੱਚ ਬੈਟਨ ਫੜਾਉਣੀ ਹੁੰਦੀ ਆ ਆਪਾਂ, ਹਨ। ਸੋ ਥੈਲਮਸ ਕੀ, ਇੱਕ ਰਿਲੇ ਸਟੇਸ਼ਨ ਦਾ ਕੰਮ ਕਰਦਾ, ਲਾਈਕ ਤੁਹਾਨੂੰ ਪੇਨ ਹੋ ਰਹੀ ਆ, ਉਹ ਪਹਿਲਾ ਪੇਨ ਜਿਹੜੀ ਸਿਗਨਲ ਆ ਕਿੱਥੇ ਜਾਏਗਾ, ਤੁਹਾਡੇ ਥੈਲਮਸ ਤੇ। ਫਿਰ ਥੈਲਮਸ ਡਿਸਾਈਡ ਕਰੇਗਾ, ਅੱਛਾ ਇਹ ਪੇਨ ਹੋ ਰਹੀ ਆ, ਮਤਲਬ ਇਹ ਸੈਂਸਰੀ ਇਨਫੋਰਮੇਸ਼ਨ ਆ, ਇਹ ਕਿੱਥੇ ਭੇਜਣੀ ਆ ਮੈਂ, ਇਹ ਭੇਜਣੀ ਆ ਮੈਂ ਪਰਾਈਟਲ ਲੋਬ ਨੂੰ। ਸੋ ਪਰਾਈਟਲ ਲੋਬ ਦੇ ਵਿੱਚ ਉਹ ਫਿਰ ਇਨਫੋਰਮੇਸ਼ਨ ਜਾਏਗੀ, ਫਿਰ ਉੱਥੇ ਪ੍ਰੋਸੈਸਿੰਗ ਹੋਏਗੀ। ਸੋ ਇਹ ਕਿਹਦਾ ਕੰਮ ਆ, ਤੁਹਾਡੇ ਥੈਲਮਸ ਦਾ ਕੰਮ ਆ, ਓਕੇ। ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਇੰਟਰਮੀਡੀਏਟ ਮਾਸ। ਇੰਟਰਮੀਡੀਏਟ ਮਾਸ ਕੀ ਹੁੰਦਾ, ਜਿਹੜਾ ਤੁਹਾਡਾ ਥੈਲਮਸ ਹੈਗਾ, ਹੈ ਨਾ, ਜਿੱਦਾਂ ਮੰਨ ਲਓ ਇੱਧਰ ਵਾਲੀ ਹੈਮੀਸਫੇਅਰ ਆ, ਇੱਧਰ ਵਾਲੀ ਹੈਮੀਸਫੇਅਰ ਆ, ਠੀਕ ਆ, ਉਹਦੇ ਉੱਪਰ ਨਾ, ਜਿੱਦਾਂ ਮੰਨ ਲਓ ਆਹ ਜਿਹੜੀ ਫਿਸਟ ਆ, ਫਿਸਟ ਕੀ ਆ, ਤੁਹਾਡੀ ਥੈਲਮਸ, ਇੱਧਰਲੀ ਫਿਸਟ ਵੀ ਕੀ ਆ, ਥੈਲਮਸ। ਹੁਣ ਇੱਧਰਲੀ ਹੈਮੀਸਫੇਅਰ, ਇੱਧਰਲੀ ਹੈਮੀਸਫੇਅਰ, ਠੀਕ ਹੈ, ਆਹ ਥੈਲਮਸ, ਆਹ ਥੈਲਮਸ, ਇਹ ਇੱਕ ਦੂਸਰੇ ਨਾਲ ਜਿਹੜਾ ਕਨੈਕਟ ਹੁੰਦੇ ਨਾ, ਤੇ ਆਹ ਜਿਹੜੀ ਤੁਹਾਡੀ ਨਕਲ ਆ, ਜਿੱਦਾਂ ਨਕਲ ਲਗਾ ਰਹੇ ਹਾਂ, ਠੀਕ ਆ,
ਇਹ ਕੀ ਆ, ਇੱਕ ਇੰਟਰਮੀਡੀਏਟ ਮਾਸ ਆ ਜਿਹਦੇ ਥਰੂ ਇਹ ਦੋਵੇਂ ਥੈਲਮਸ ਕਨੈਕਟਡ ਹੁੰਦੇ ਆ। ਇਸ ਜਿੱਦਾਂ ਆ ਨਕਲ, ਇਹ ਨਕਲ, ਇਹ ਕੀ ਆ ਇੰਟਰਮੀਡੀਏਟ ਮਾਸ, ਤੇ ਆ ਜਿਹੜੀ ਤੁਹਾਡੀ ਫਿਸਟ ਆ ਇਹ ਕੀ ਆ ਥੈਲਮਸ, ਇੱਕ ਦੂਸਰੇ ਨਾਲ ਇੱਦਾਂ ਕਨੈਕਟ ਹੁੰਦੇ ਆ। ਸੋ ਕੀ ਆ ਇੰਟਰਮੀਡੀਏਟ ਮਾਸ। ਸੋ ਇਹਨੂੰ ਆਪਾਂ ਇੰਟਰਥੈਲਮਿਕ ਐਡਹੀਸ਼ਨ ਵੀ ਬੋਲਦੇ ਹਾਂ। ਸੋ ਦ ਸਮਾਲ ਕਨੈਕਸ਼ਨ ਪੁਆਇੰਟ ਬਿਟਵੀਨ ਦ ਟੂ ਹਾਫਸ ਆਫ ਦ ਥੈਲਮਸ। ਸੋ ਇੱਕ ਕੀ ਆ, ਇੱਕ ਪੁਆਇੰਟ ਹੈਗਾ ਕਨੈਕਸ਼ਨ ਦਾ ਜਿਹੜੇ ਦੋ ਥੈਲਮਸ ਦੇ ਵਿੱਚ ਹੁੰਦਾ। ਸੋ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਹਾਈਪੋਥੈਲਮਸ। ਸੋ ਹਾਈਪੋਥੈਲਮਸ ਕਿੱਥੇ ਹੁੰਦਾ, ਜਿੱਦਾਂ ਹਾਈਪੋ ਦਾ ਮਤਲਬ ਕੀ ਹੁੰਦਾ, ਜ਼ਿਆਦਾ ਕਿ ਘੱਟ, ਮਤਲਬ ਜੇ ਥੈਲਮਸ ਇੱਥੇ ਆ ਤਾਂ ਹਾਈਪੋਥੈਲਮਸ ਕੀ ਹੋਏਗਾ, ਉਹਦੇ ਥੱਲੇ ਹੋਏਗਾ, ਠੀਕ ਹੈ। ਸੋ ਹਾਈਪੋ ਦਾ ਮਤਲਬ ਘੱਟ। ਸੋ ਜਿਹੜਾ ਹਾਈਪੋਥੈਲਮਸ ਹੁੰਦਾ ਉਹ ਥੈਲਮਸ ਦੇ ਥੱਲੇ ਲੋਕੇਟ ਕਰਦਾ, ਲੋਕੇਟਡ ਬਿਲੋ ਦਾ ਥੈਲਮਸ, ਠੀਕ ਹੈ ਜੀ, ਐਂਡ ਰਿਸਪੋਂਸੀਬਲ ਫੋਰ ਰੈਗੂਲੇਟਿੰਗ ਵੇਰੀਅਸ ਆਟੋਨੋਮਿਕ ਫੰਕਸ਼ਨਸ। ਜਿਹੜਾ ਸਾਡਾ ਆਟੋਨੋਮਿਕ ਨਰਵਸ ਸਿਸਟਮ ਆ ANS, ਹੈ ਨਾ, ਇਹਦੇ ਵਿੱਚ ਆਪਣੇ ਕੋਲ ਪੈਰਾਸਿੰਪਥੈਟਿਕ ਐਂਡ ਸਿੰਪਥੈਟਿਕ ਨਰਵਸ ਸਿਸਟਮ ਆਉਂਦਾ, ਹੈ ਨਾ, ਉਹਨੂੰ ਰੈਗੂਲੇਟ ਕਰਨ ਦਾ, ਉਹਨੂੰ ਚਲਾਉਣ ਦਾ ਕੰਮ ਕੌਣ ਕਰਦਾ, ਤੁਹਾਡਾ ਹਾਈਪੋਥੈਲਮਸ। ਕਲੀਅਰ। ਉਸ ਤੋਂ ਬਾਅਦ ਆ ਗਿਆ ਆਪਟਿਕ ਚਾਇਆਸਮ, ਇਹ ਕਰਨ ਦੀ ਲੋੜ ਨਹੀਂ ਹੈਗੀ, ਠੀਕ ਹੈ, ਆਪਟਿਕ ਚਾਇਆਸਮ ਕਰਨ ਦੀ ਲੋੜ ਨਹੀਂ ਹੈਗੀ। ਸੋ ਹੁਣ ਆਪਾਂ ਦੇਖਦੇ ਹਾਂ ਥੈਲਮਸ ਐਂਡ ਹਾਈਪੋਥੈਲਮਸ ਮਤਲਬ ਡਾਇਨਸੈਫਲਨ, ਇਸ ਤੋਂ ਇਲਾਵਾ ਵੀ ਕੁਛ ਪਾਰਟਸ ਹੈਗੇ, ਉਹਨਾਂ ਬਾਰੇ ਵੀ ਗੱਲ ਕਰ ਲੈਂਦੇ ਹਾਂ ਪਹਿਲਾਂ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਇਨ ਫੁੰਡੀਬੁਲਮ, ਠੀਕ ਹੈ ਜੀ, ਇਨ ਫੁੰਡੀਬੁਲਮ, ਬੋਲੋ ਇਹਨੂੰ, ਇਨ ਫੁੰਡੀਬੁਲਮ ਕੀ ਹੈ, ਇਨ ਫੁੰਡੀਬੁਲਮ। ਸੋ ਇਨ ਫੁੰਡੀਬੁਲਮ ਕੀ ਹੈ, ਇੱਕ ਤਰੀਕੇ ਦੀ ਸਮਾਲ ਸਟੈਮ, ਸਟੈਮ ਸਮਝਦੇ ਹੋ, ਟਾਣੀ, ਟਾਣੀ ਦੇਖੀਏ, ਤੁਹਾਡਾ ਪੇੜ ਹੁੰਦਾ, ਪੇੜਾਂ ਤੇ ਕਿਹੜੀ ਲੱਗੀਆਂ ਹੁੰਦੀਆਂ, ਟਾਣੀਆਂ ਲੱਗੀਆਂ ਹੁੰਦੀਆਂ, ਤੇ ਉਹ ਟਾਣੀਆਂ ਤੇ ਕੀ ਲੱਗੇ ਹੁੰਦੇ ਆ, ਫਿਰ ਫਲ ਲੱਗੇ ਹੁੰਦੇ ਆ, ਹਨਾ। ਸੋ ਜਿਹੜੀ ਇਨਫੰਡੀਬਿਲਮ ਹੈਗੀ ਆ ਉਹ ਕੀ ਹੈ, ਇੱਕ ਸਮਾਲ ਸਟੈਮ ਹੈਗੀ ਆ ਜਿਹੜੀ ਕਨੈਕਟ ਕਰਦੀ ਆ ਤੁਹਾਡੀ ਆਪਟਿਕ ਕਾਇਆਸਮ ਟੂ ਦਾ ਪਿਟਿਊਟਰੀ ਗਲੈਂਡ। ਜਿਹੜਾ ਤੁਹਾਡਾ ਪਿਟਿਊਟਰੀ ਗਲੈਂਡ ਹੈਗਾ ਨਾ, ਉਹ ਇਸ ਟਾਣੀ ਤੇ ਲੱਗਿਆ ਹੁੰਦਾ, ਜਿੱਦਾਂ ਮੰਨ ਲਓ ਟਾਣੀ ਆ, ਠੀਕ ਆ, ਇੱਕ ਮਿੰਟ ਰੁਕਿਓ, ਆ ਟਾਣੀ ਆ, ਠੀਕ ਹੈ ਜੀ, ਇਹ ਟਾਣੀ ਦਾ ਨਾਮ ਕੀ ਆ, ਇਨ ਫੁੰਡੀਬੁਲਮ, ਐਂਡ ਇਸ ਟਾਣੀ ਦੇ ਉੱਤੇ ਕੀ ਲੱਗਾ ਹੁੰਦਾ, ਤੁਹਾਡਾ ਗਲੈਂਡ, ਐਂਡ ਗਲੈਂਡ ਦਾ ਨਾਮ ਕੀ ਹੈ, ਤੁਹਾਡਾ ਪਿਟਿਊਟਰੀ ਗਲੈਂਡ, ਠੀਕ ਹੈ ਨਾ, ਇਹ ਵੀ ਤੁਸੀਂ ਪੜਿਆ ਹੋਏਗਾ ਪਿਟਿਊਟਰੀ ਗਲੈਂਡ, ਇਹ ਇਸ ਟਾਣੀ ਦੇ ਉੱਤੇ ਲੱਗਿਆ ਹੁੰਦਾ, ਇਸ ਟਾਣੀ ਦਾ ਨਾਮ ਕੀ ਆ, ਇਨ ਫੁੰਡੀਬੁਲਮ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਪਿਟਿਊਟਰੀ ਗਲੈਂਡ, ਪਿਟਿਊਟਰੀ ਗਲੈਂਡ ਆਲਸੋ ਨੋਨ ਐਸ ਹਾਈਪੋਥੈਸਿਸ, ਇਹਨੂੰ ਆਪਾਂ ਹਾਈਪੋਥੈਸਿਸ ਦੇ ਨਾਮ ਤੋਂ ਵੀ ਜਾਣਦੇ ਹਾਂ, ਠੀਕ ਹੈ, ਰਿਸਰਚ ਵਿੱਚ ਹੁੰਦੀ ਨਾ ਹਾਈਪੋਥੈਸਿਸ। ਸੋ ਪਿਟਿਊਟਰੀ ਗਲੈਂਡ ਨੂੰ ਆਪਾਂ ਇੰਪੋਰਟੈਂਟ ਆ, ਦੇਖੋ ਇੱਦਾਂ ਦਾ ਕੁਸ਼ਚਨ ਬਣਦਾ ਐਗਜ਼ਾਮ ਦੇ ਵਿੱਚ ਕਿ ਪਿਟਿਊਟਰੀ ਗਲੈਂਡ ਦਾ ਹੋਰ ਨਾਮ ਕੀ ਹੈਗਾ, ਕਿਸ ਨਾਮ ਤੋਂ ਜਾਣਦੇ ਹਾਂ, ਹਾਈਪੋਥੈਸਿਸ ਦੇ ਨਾਮ ਤੋਂ ਜਾਣਦੇ ਹਾਂ। ਐਂਡ ਇਹ ਕੀ ਆ, ਰਿਸਪੋਂਸੀਬਲ ਫੋਰ ਹਾਰਮੋਨ ਪ੍ਰੋਡਕਸ਼ਨ ਐਂਡ ਰੈਗੂਲੇਸ਼ਨ, ਹਾਰਮੋਨਸ ਨੂੰ ਪ੍ਰੋਡਿਊਸ ਕਰਨਾ ਤੇ ਉਹਨਾਂ ਨੂੰ ਰੈਗੂਲੇਟ ਕਰਨ ਦੇ ਵਿੱਚ ਤੁਹਾਡਾ ਪਿਟਿਊਟਰੀ ਗਲੈਂਡ ਜਿਹੜਾ ਹੈਗਾ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ। ਜਦੋਂ ਐਂਡੋਕ੍ਰਾਈਨ ਸਿਸਟਮ ਕਰਾਂਗੇ ਉਹਦੇ ਵਿੱਚ ਇਹਦੀ ਆਪਾਂ ਇਨਡੈਪਥ ਗੱਲ ਕਰਾਂਗੇ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਪਾਈਨੀਅਲ ਗਲੈਂਡ, ਠੀਕ ਹੈ, ਇਹ ਸਮਾਲ ਗਲੈਂਡ ਲੋਕੇਟਡ ਨੀਅਰ ਦਾ ਥੈਲਮਸ, ਇਹ ਥੈਲਮਸ ਦੇ ਨੇੜੇ ਹੁੰਦਾ ਐਂਡ ਐਸੋਸੀਏਟਡ ਵਿਦ ਦਾ ਰੈਗੂਲੇਸ਼ਨ ਆਫ ਸਲੀਪ ਪੈਟਰਨ, ਤੁਹਾਡੇ ਸਲੀਪ ਪੈਟਰਨਸ ਨੂੰ ਰੈਗੂਲੇਟ ਕਰਨ ਦਾ ਕੰਮ ਕੌਣ ਕਰਦਾ, ਤੁਹਾਡਾ ਪਾਈਨੀਅਲ ਗਲੈਂਡ, ਠੀਕ ਹੈ। ਸੋ ਇਹ ਜਿਹੜੇ ਬਾਕੀ ਸਟਰਕਚਰ ਹੈਗੇ ਆ ਇਹ ਆਪਾਂ ਨਹੀਂ ਕਰਨੇ, ਠੀਕ ਹੈ, ਜੇ ਕਹੋ ਤੇ ਕਰਾ ਦਿੰਦਾ, ਦੱਸੋ ਕਰਾ ਦੋ ਸਰ, ਕਰਾ ਦੋ, ਓਕੇ।
ਸੋ ਅਗਲਾ ਕੀ ਹੈਗਾ ਸਾਡੇ ਕੋਲ ਸੁਪੀਰੀਅਰ ਐਂਡ ਇਨਫੀਰੀਅਰ ਕੋਲੀਕੁਲੀ ਠੀਕ ਹੈ ਸੁਪੀਰੀਅਰ ਐਂਡ ਇਨਫੀਰੀਅਰ ਕੋਲੀਕੁਲੀ ਸੋ ਇਹ ਕਿੱਥੇ ਲੋਕੇਟ ਕਰਦੇ ਲੋਕੇਟਡ ਆਪਾਂ ਦੇਖਾਂਗੇ ਵੀ ਇਹਨੂੰ ਲੋਕੇਟਡ ਐਟ ਦਾ ਬੈਕ ਆਫ ਦਾ ਮਿਡ ਬ੍ਰੇਨ ਜਿਹੜਾ ਤੁਹਾਡਾ ਮਿਡ ਬ੍ਰੇਨ ਆ ਉਹਦੇ ਪਿੱਛੇ ਨੂੰ ਇਹ ਲੋਕੇਟ ਕਰਦੇ ਨੇ ਐਂਡ ਸੁਪੀਰੀਅਰ ਕੋਲੀਕੁਲਸ ਇਨਵੋਲਵਡ ਇਨ ਵਿਜੂਅਲ ਪ੍ਰੋਸੈਸਿੰਗ ਜਿੱਦਾਂ ਸਾਡੀ ਦੇਖਣ ਦੀ ਜਿਹੜੀ ਪ੍ਰੋਸੈਸਿੰਗ ਆ ਉਹਦੇ ਵਿੱਚ ਤੁਹਾਡਾ ਸੁਪੀਰੀਅਰ ਕੋਲੀਕੁਲਸ ਇਨਵੋਲਵ ਹੁੰਦਾ ਤੇ ਇਨਫੀਰੀਅਰ ਕੋਲੀਕੁਲਸ ਜਿਹੜਾ ਹੁੰਦਾ ਇਨਵੋਲਵਡ ਇਨ ਆਡੀਟੋਰੀ ਪ੍ਰੋਸੈਸਿੰਗ ਜਿਹੜੀ ਸੁਣਨ ਦੀ ਪ੍ਰੋਸੈਸਿੰਗ ਆ ਉਹਦੇ ਵਿੱਚ ਤੁਹਾਡਾ ਜਿਹੜਾ ਇਨਫੀਰੀਅਰ ਕੋਲੀਕੁਲਸ ਆ ਉਹ ਇਨਵੋਲਵ ਹੁੰਦਾ ਮਤਲਬ ਜਿਹੜਾ ਤੁਹਾਡਾ ਆਪਾਂ ਜੇ ਇੱਧਰਲਾ ਬ੍ਰੇਨ ਲੈ ਲਈਏ ਰਾਈਟ ਹਨਾ ਰਾਈਟ ਸਾਈਡ ਵੀ ਦੋ ਆ ਤੇ ਲੈਫਟ ਸਾਈਡ ਵੀ ਦੋ ਆ ਜਦੋਂ ਦੋ ਤੇ ਦੋ ਆਪਾਂ ਮਿਲਾ ਦਈਏ ਕਿੰਨੇ ਹੋ ਜਾਂਦੇ ਆ ਦੱਸੋ ਚਾਰ ਹੋ ਗਏ ਨਾ ਸੁਪੀਰੀਅਰ ਕੋਲੀਕੁਲਸ ਇੱਕ ਇੱਧਰ ਹੋ ਗਿਆ ਇਨਫੀਰੀਅਰ ਕੋਲੀਕੁਲਸ ਇੱਕ ਇੱਧਰ ਹੋ ਗਿਆ ਇੱਕ ਸੁਪੀਰੀਅਰ ਕੋਲੀਕੁਲਸ ਇੱਧਰ ਹੋ ਗਿਆ ਇੱਕ ਇਨਫੀਰੀਅਰ ਕੋਲੀਕੁਲਸ ਇੱਧਰ ਹੋ ਗਿਆ ਦੋ ਤੇ ਦੋ ਕਿੰਨੇ ਹੋ ਗਏ ਚਾਰ ਹੋ ਗਏ ਨਾ ਤੇ ਇਹਨਾਂ ਚਾਰਾਂ ਨੂੰ ਜੋ ਆਪਾਂ ਮਿਲਾ ਦਈਏ ਤੇ ਇਹਨੂੰ ਕੀ ਬੋਲਦੇ ਹਾਂ ਦੇ ਆਰ ਨੋਨ ਐਜ਼ ਕਾਰਪੋਰਾ ਕੁਆਡਰੀ ਜੈਮਿਨਾ ਠੀਕ ਹੈ ਕੀ ਬੋਲਦੇ ਆ ਕਾਰਪੋਰਾ ਕੁਆਡਰੀ ਦਾ ਮਤਲਬ ਹੁੰਦਾ ਕੁਆਡਰੀ ਦਾ ਮਤਲਬ ਚਾਰ ਹੁੰਦਾ ਕੁਆਡਰੀ ਜੈਮਿਨਾ ਠੀਕ ਹੈ ਜੀ ਸੋ ਪਹਿਲਾਂ ਹੁਣ ਆਪਾਂ ਦੇਖ ਲੈਂਦੇ ਹਾਂ ਓਕੇ ਮੈਂ ਦਿਖਾਉਣਾ ਇੱਕ ਵਾਰੀ ਤੁਹਾਨੂੰ ਸਟਰਕਚਰ ਇਹਦਾ ਓਕੇ ਸੋ ਓਕੇ ਸੋ ਇੱਥੇ ਦੇਖ ਰਹੇ ਹੋ ਤੁਸੀਂ ਇੱਧਰ ਹੀ ਦੇਖਦੇ ਹਾਂ ਆਪਾਂ ਇਹ ਠੀਕ ਹੈ ਸੋ ਇੱਥੇ ਦੇਖ ਰਹੇ ਹੋ ਤੁਸੀਂ ਪਹਿਲਾਂ ਆਪਾਂ ਦੇਖਦੇ ਹਾਂ ਗੱਲ ਕਰਦੇ ਹਾਂ ਸਾਡਾ ਕਿਹੜਾ ਸਾਡਾ ਕਿਹੜਾ ਥੈਲਾਮਸ ਸੋ ਆਹ ਦੇਖ ਰਹੇ ਹੋ ਆਹ ਦੇਖ ਰਹੀ ਹੈ ਤੁਹਾਨੂੰ ਅੱਖ ਜੀ ਯੈਸ ਠੀਕ ਹੈ ਇਹ ਕੀ ਹੈ ਤੁਹਾਡਾ ਆਪਾਂ ਇੱਕ ਪੜਿਆ ਸੀਗਾ ਨਹੀਂ ਥੈਲਾਮਸ ਨਹੀਂ ਹੈਗਾ ਆਪਾਂ ਇੱਕ ਮਾਸ ਪੜਿਆ ਸੀਗਾ ਇੰਟਰਮੀਡੀਏਟ ਮਾਸ ਪੜਿਆ ਸੀਗਾ ਨਾ ਇਹ ਇੰਟਰਮੀਡੀਏਟ ਮਾਸ ਆ ਠੀਕ ਹੈ ਇਸ ਇੰਟਰਮੀਡੀਏਟ ਮਾਸ ਦੇ ਉੱਪਰ ਜੇ ਆਪਾਂ ਗੱਲ ਕਰੀਏ ਇਹ ਕੀ ਆ ਤੁਹਾਡਾ ਥੈਲਾਮਸ ਠੀਕ ਹੈ ਮੈਂ ਇੱਧਰ ਵੀ ਡਾਇਗ੍ਰਾਮ ਦਿਖਾਉਣਾ ਤੁਹਾਨੂੰ ਠੀਕ ਹੈ ਆਹ ਦੇਖ ਰਹੇ ਹੋ ਤੁਸੀਂ ਇਹ ਕੀ ਹੈ ਤੁਹਾਡਾ ਇਹਦੇ ਉੱਪਰ ਇੱਦਾਂ ਕਰਕੇ ਮਾਸ ਹੋਏਗਾ ਇੰਟਰਮੀਡੀਏਟ ਮਾਸ ਬੋਲਦੇ ਹਾਂ ਠੀਕ ਹੈ ਉਸ ਤੋਂ ਬਾਅਦ ਇਹਦੇ ਥੱਲੇ ਜਿਹੜਾ ਆਹ ਵਾਲਾ ਹੈਗਾ ਤੁਹਾਡਾ ਸਾਰਾ ਹਨਾ ਇਹ ਕੀ ਹੈ ਤੁਹਾਡਾ ਹਾਈਪੋਥੈਲਮਸ ਥੈਲਮਸ ਠੀਕ ਹੈ ਇੱਧਰ ਵੀ ਦੇਖ ਲੈਂਦੇ ਹਾਂ ਆਪਾਂ ਹਨਾ ਆਹ ਤੁਸੀਂ ਦੇਖ ਰਹੇ ਹੋ ਸਾਰਾ ਇਹ ਕੀ ਹੈ ਤੁਹਾਡਾ ਹਾਈਪੋ ਥੈਲਮਸ ਉਸ ਤੋਂ ਬਾਅਦ ਆਹ ਦੇਖ ਰਹੇ ਹੋ ਤੁਸੀਂ ਆਹ ਸਟੈਮ ਦੇਖੋ ਇੱਕ ਵਾਰੀ ਦਿਖ ਰਹੀ ਹੈ ਸਟੈਮ ਆ ਵਾਲੀ ਟਾਣੀ ਜੀ ਇਹ ਕੀ ਆ ਇਨ ਯੈਸ ਹੁਣ ਆ ਦੇਖੋ ਕੀ ਆ ਇਹ ਇੱਧਰ ਲਿਖਿਆ ਸੀਗਾ ਇਨ ਫੰਡਿਬਿਲਮ ਕੀ ਆ ਇਨ ਫੰਡ ਇਨ ਫੰਡਿਬਿਲਮ ਇੱਕ ਟਾਣੀ ਆ ਉਸ ਤੋਂ ਬਾਅਦ ਆ ਦੇਖ ਰਹੇ ਹੋ ਇਹ ਕੀ ਆ ਤੁਹਾਡਾ ਪਾਈਨੀਅਲ ਕਿ ਪਿਟਿਊਟਰੀ 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 ਗਲੈਂਡ ਠੀਕ ਹੈ ਜੀ ਇਹ ਕੀ ਆ ਤੁਹਾਡਾ ਪਿਟਿਊਟਰੀ ਗਲੈਂਡ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਨੀ ਹੈ ਸਾਡੇ ਕੋਲ ਕੀ ਰਹਿ ਗਿਆ ਪਾਈਨੀਅਲ ਗਲੈਂਡ ਕਰਨਾ ਆਪਾਂ ਓਕੇ ਆਹ ਦੇਖ ਰਹੇ ਹੋ ਤੁਸੀਂ ਇਹ ਕੀ ਹੈ ਤੁਹਾਡਾ ਪਾਈਨੀਅਲ ਗਲੈਂਡ
ਉਸ ਤੋਂ ਬਾਅਦ ਆਪਾਂ ਸੁਪੀਰੀਅਰ ਕੋਲੀਕੁਲੀ ਕੀਤਾ ਸੀਗਾ ਨਾ, ਕਿੱਥੇ ਗਿਆ, ਹਾਂ ਸੁਪੀਰੀਅਰ ਕੋਲੀਕੁਲੀ ਤੇ ਇਨਫੀਰੀਅਰ ਕੋਲੀਕੁਲੀ। ਸੋ ਆਹ ਪਾਰਟ ਦੇਖ ਰਹੇ ਹੋ, ਆਹ ਵਾਲਾ ਇੱਥੇ ਆਹ ਵਾਲਾ ਪਾਰਟ, ਇਹਨੂੰ ਬੋਲਦੇ ਹਾਂ ਸੁਪੀਰੀਅਰ ਕੋਲੀਕੁਲੀ, ਤੇ ਆਹ ਥੱਲੇ ਵਾਲਾ ਜਿਹੜਾ ਹੈਗਾ ਇਹਨੂੰ ਕੀ ਬੋਲਦੇ ਹਾਂ, ਇਨਫੀਰੀਅਰ ਕੋਲੀਕੁਲੀ। ਠੀਕ ਹੈ, ਸੋ ਇਹ ਕੀ ਹੈ ਸਾਡਾ, ਇਹ ਸਾਰੀ ਚੀਜ਼ਾਂ ਮਿਲਾ ਕੇ ਕੀ ਬਣ ਗਿਆ ਸਾਡਾ, ਡਾਇਨਸੈਫਲਨ। ਕਲੀਅਰ ਹੈ ਡਾਇਨਸੈਫਲਨ ਸਾਰਿਆਂ ਨੂੰ? ਯੈਸ ਯੈਸ, ਆਲ ਕਲੀਅਰ। ਅਨੂ ਮੈਮ, ਏਕਤਾ, ਵਿਸ਼ਾਲੀ, ਹਾਂਜੀ ਸਰ, ਸੈਸ਼ਨ ਕਲੀਅਰ? ਠੀਕ ਹੈ, ਉਸ ਤੋਂ ਬਾਅਦ ਹੁਣ ਆਪਾਂ ਦੇਖ ਲੈਂਦੇ ਥਰਡ ਵੈਂਟਰੀਕਲ ਐਂਡ ਫੋਰਥ ਵੈਂਟਰੀਕਲ। ਲੇਟਰਲ ਵੈਂਟਰੀਕਲ ਆਪਾਂ ਦੇਖ ਲਈ ਆ, ਠੀਕ ਹੈ ਜੀ, ਥਰਡ ਵੈਂਟਰੀਕਲ ਤੇ ਫੋਰਥ ਵੈਂਟਰੀਕਲ ਦੇਖ ਲੈਂਦੇ ਹਾਂ। ਸੋ ਇਹ ਕਹਿ ਰਿਹਾ ਜਿਹੜੀ ਤੁਹਾਡੀ ਥਰਡ ਵੈਂਟਰੀਕਲ ਆ, ਲੋਕੇਟਡ ਇਨ ਦਾ ਡਾਇਨਸੈਫਲਨ। ਇਹ ਡਾਇਨਸੈਫਲਨ ਦੇ ਵਿੱਚ ਹੁੰਦੀ ਆ, ਕਨੈਕਟਿਡ ਟੂ ਦਾ ਲੇਟਰਲ ਵੈਂਟਰੀਕਲ ਵਾਇਆ, ਇਹ ਕਰਨ ਦੀ ਲੋੜ ਨਹੀਂ ਹੈ। ਸੋ ਇਹ ਜਿਹੜੀ ਤੁਹਾਡੀ ਲੇਟਰਲ ਵੈਂਟਰੀਕਲ ਹੈਗੀ ਆ, ਮੈਂ ਦਿਖਾਉਂਦਾ ਤੁਹਾਨੂੰ। ਸੋ ਆਹ ਤੁਸੀਂ ਦੇਖ ਰਹੇ ਹੋ ਸਾਰੀ, ਇੱਕ ਮਿੰਟ, ਸੋ ਆਹ ਦੇਖ ਰਹੇ ਹੋ ਤੁਸੀਂ। ਸੋ ਇਹ ਕੀ ਹੈ ਤੁਹਾਡੀ ਥਰਡ ਵੈਂਟਰੀਕਲ, ਥਰਡ ਵੈਂਟਰੀਕਲ। ਇਹ ਥਰਡ ਵੈਂਟਰੀਕਲ ਤੁਹਾਡੀ ਡਾਇਨਸੈਫਲਨ ਤੇ ਹੁੰਦੀ ਆ, ਤੇ ਆਹ ਦੇਖ ਰਹੇ ਹੋ ਤੁਸੀਂ ਇੱਥੇ, ਆਹ ਇਹ ਕੀ ਹੈ ਤੁਹਾਡੀ ਫੋਰਥ ਵੈਂਟਰੀਕਲ। ਠੀਕ ਹੈ, ਸੋ ਵੈਂਟਰੀਕਲਸ ਵੀ ਹੋ ਗਈਆਂ, ਦੈਨ ਸੈਰੀਬਲ ਕਾਰਟੈਕਸ। ਓਕੇ, ਦੇਖੋ ਜਿਹੜਾ ਤੁਹਾਡਾ ਸੈਰੀਬ੍ਰਮ ਹੈਗਾ ਨਾ, ਸੈਰੀਬ੍ਰਮ, ਤੁਸੀਂ ਨਿਊਰੋਨ ਦੇਖਿਆ, ਨਿਊਰੋਨ ਹੈ ਨਾ, ਤੁਸੀਂ ਸਾਰੇ ਨਿਊਰੋਨ ਦੇਖਿਆ ਹੋਏਗਾ, ਪੜ੍ਹਿਆ ਹੋਏਗਾ ਨਿਊਰੋਨ। ਇੱਕ ਨੂੰ ਆਪਾਂ ਬੋਲਦੇ ਹਾਂ ਵਾਈਟ ਮੈਟਰ, ਇੱਕ ਨੂੰ ਬੋਲਦੇ ਆਪਾਂ ਗ੍ਰੇ ਮੈਟਰ। ਜਿਹੜਾ ਤੁਹਾਡੀ ਸੈੱਲ, ਜਿੱਦਾਂ ਜਿਹਦੇ ਵਿੱਚ ਸੈੱਲ ਬਾਡੀ ਆ, ਤੁਹਾਡੇ ਨਿਊਕਲੀਅਸ ਵਗੈਰਾ ਹੈਗਾ, ਹੈ ਨਾ, ਇਹਨੂੰ ਆਪਾਂ ਕੀ ਬੋਲਦੇ ਹਾਂ ਸੋਮਾ, ਜਿਹੜਾ ਸੋਮਾ ਵਾਲਾ ਪਾਰਟ ਆ, ਇਹਨੂੰ ਆਪਾਂ ਕੀ ਬੋਲਦੇ ਹਾਂ ਗ੍ਰੇ ਮੈਟਰ। ਗ੍ਰੇ ਇੱਦਾਂ ਲਿਖ ਲਓ ਜਾਂ ਇੱਦਾਂ ਲਿਖ ਲਓ, ਠੀਕ ਹੈ, ਗ੍ਰੇ ਮੈਟਰ। ਤੇ ਆਹ ਜਿਹੜਾ ਪਾਰਟ ਹੈਗਾ, ਇਹ ਕੀ ਹੁੰਦਾ ਤੁਹਾਡਾ ਵਾਈਟ ਮੈਟਰ। ਜਿਹੜਾ ਗ੍ਰੇ ਮੈਟਰ ਹੁੰਦਾ ਹੈ ਸਾਡਾ, ਉਹਨੂੰ ਆਪਾਂ ਕੀ ਬੋਲਦੇ ਹਾਂ, ਉਹਨੂੰ ਆਪਾਂ ਬੋਲਦੇ ਹਾਂ ਸੈਰੀਬ੍ਰਲ ਕਾਰਟੈਕਸ। ਐਂਡ ਇੱਥੇ ਹੀ ਤੁਹਾਡੀ ਗ੍ਰੇ ਮੈਟਰ ਦੇ ਵਿੱਚ ਹੀ ਤੁਹਾਡੀ ਸਾਰੀ ਯੂਨੋ, ਆਪਾਂ ਜੋ ਵੀ ਚੀਜ਼ਾਂ ਨੂੰ ਆਪਾਂ ਯੂਨੋ ਅੰਡਰਸਟੈਂਡ ਕਰ ਰਹੇ ਹਾਂ, ਜੋ ਆਪਾਂ ਪਲੈਨਿੰਗ ਕਰ ਰਹੇ ਹਾਂ, ਜੋ ਵੀ ਹੋ ਰਿਹਾ, ਹੈ ਨਾ, ਚੀਜ਼ਾਂ ਜੋ ਦਿਮਾਗ 'ਚ ਚੱਲ ਰਹੀਆਂ, ਉਹ ਸਾਰੀ ਚੀਜ਼ਾਂ ਗ੍ਰੇ ਮੈਟਰ ਦੇ ਵਿੱਚ ਹੁੰਦੀਆਂ। ਠੀਕ ਹੈ ਜੀ, ਸੋ ਇਹਨੂੰ ਆਪਾਂ ਕੀ ਲਿਖਿਆ ਹੋਇਆ, ਦ ਆਊਟਰ ਲੇਅਰ ਆਫ ਗ੍ਰੇ ਮੈਟਰ ਕਵਰਿੰਗ ਦਾ ਬ੍ਰੇਨ ਰਿਸਪੋਂਸੀਬਲ ਫੋਰ ਹਾਇਰ ਬ੍ਰੇਨ ਫੰਕਸ਼ਨ। ਜਿੰਨੇ ਵੀ ਬ੍ਰੇਨ ਹਾਇਰ ਬ੍ਰੇਨ ਫੰਕਸ਼ਨ ਨੇ, ਯੂਨੋ ਆਪਾਂ ਮੂਵਮੈਂਟਸ ਕਰ ਰਹੇ ਹਾਂ ਸਪੋਰਟਸ ਦੇ ਵਿੱਚ, ਇੰਨੀ ਵਧੀਆ ਵਧੀਆ ਮੂਵਮੈਂਟਸ ਕਰ ਰਹੇ ਹਾਂ, ਹੈ ਨਾ, ਸੋ ਉਹ ਗ੍ਰੇ ਮੈਟਰ ਕਰਕੇ। ਓਕੇ, ਗ੍ਰੇ ਮੈਟਰ, ਗ੍ਰੇ ਮੈਟਰ ਕੀ ਆ, ਤੁਹਾਡੇ ਜਿਹੜੇ ਜਿੰਨੇ ਵੀ ਨਿਊਰੋਨਸ ਆ, ਹੈ ਨਾ, ਉਹਦੇ ਜਿੰਨੇ ਵੀ ਨਿਊਰੋਨਸ ਹੈਗੇ, ਉਹਨਾਂ ਸਾਰਿਆਂ ਦਾ ਯੂਨੋ ਸੋਮਾ ਜਿਹੜਾ ਹੈਗਾ ਮਿਲ ਕੇ ਇਹ ਕੀ ਬਣਾਉਂਦਾ, ਗ੍ਰੇ ਮੈਟਰ। ਤੇ ਬਾਕੀ ਜਿਹੜਾ ਵਾਈਟ ਮੈਟਰ ਹੁੰਦਾ, ਵਾਈਟ ਮੈਟਰ ਕੀ ਕਰਦਾ ਐਕਚੁਅਲ ਦੇ ਵਿੱਚ, ਯੂਨੋ ਜਿਹੜਾ ਸਿਗਨਲ ਆ, ਹੈ ਨਾ, ਉਹਨਾਂ ਨੂੰ ਉਹਨਾਂ ਦੀ ਟਰਾਂਸਮਿਸ਼ਨ ਦਾ ਕੰਮ, ਟਰਾਂਸਮਿਸ਼ਨ ਦਾ ਕੰਮ ਸਿਰਫ ਕਰਦਾ ਕੌਣ, ਤੁਹਾਡਾ ਵਾਈਟ ਮੈਟਰ। ਇਹਨਾਂ ਤੇ ਆਪਾਂ ਇਨਡੈਪਥ ਕਰਾਂਗੇ ਜਦੋਂ ਆਪਾਂ ਯੂਨੋ ਨਿਊਰੋਨ ਕਰਾਂਗੇ। ਠੀਕ ਹੈ, ਸੋ
ਅੱਗੇ ਚੱਲਦੇ ਹਾਂ। ਸੋ ਆਹ ਹੁਣ ਬਹੁਤ ਇੰਪੋਰਟੈਂਟ ਆ, ਆਪਣੇ ਕੋਲ ਦੇਖੋ ਅੱਜ 9:27 ਹੋ ਗਏ ਆ, ਹਨਾ। ਸੋ 10-15 ਮਿੰਟ ਹੋਰ ਤੁਸੀਂ ਦੇ ਸਕਦੇ ਹੋ ਤਾਂ ਕਿ ਆਪਾਂ ਇਹ ਕੰਪਲੀਟ ਕਰ ਦਈਏ। ਦੱਸੋ ਨਹੀਂ ਤਾਂ ਕੱਲ ਕਰੀਏ। ਦੱਸੋ ਸਰ ਕੱਲ ਕਰਵਾ ਦਿਓ। ਕੱਲ ਕਰਵਾ ਦਈਏ। ਹਾਂਜੀ ਓਕੇ। ਸੋ ਠੀਕ ਹੈ, ਕੱਲ ਕਰਾਂਗੇ। ਆਈ ਨੋ ਕਿ ਆਪਾਂ ਬਹੁਤ ਜ਼ਿਆਦਾ ਹਨਾ ਚੀਜ਼ਾਂ ਕਰ ਲਈਆਂ ਹੈਗੀਆਂ, ਉਹ ਫਿਰ ਡਾਈਜੈਸਟ ਕਰਨੀਆਂ ਔਖੀ ਹੋ ਜਾਣੀਆਂ ਆਪਣੇ ਵਾਸਤੇ, ਠੀਕ ਹੈ। ਸੋ ਕੋਈ ਵੀ ਤੁਹਾਨੂੰ ਡਾਊਟ ਰਹੇਗਾ, ਇਹ ਮੈਂ ਵੀਡੀਓ ਅਪਲੋਡ ਕਰ ਦੇਣੀ, ਸਵੇਰੇ ਕਰੂੰਗਾ ਅਪਲੋਡ, ਠੀਕ ਹੈ। ਅਤੇ ਇਹ ਤੁਸੀਂ ਇੱਕ ਵਾਰੀ ਦੇਖੋ, 2 ਵਾਰੀ ਦੇਖੋ, 3 ਵਾਰੀ ਦੇਖੋ, ਹਨਾ। ਕੋਈ ਵੀ ਤੁਹਾਨੂੰ ਡਾਊਟ ਆਉਂਦਾ ਹੈਗਾ, ਮਤਲਬ 1-2 ਵਾਰੀ ਦੇਖਣੀ ਪੈਣੀ ਆ ਤੁਹਾਨੂੰ ਵੀਡੀਓ, ਠੀਕ ਹੈ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ। ਸੋ 1-2 ਵਾਰੀ ਤੁਹਾਨੂੰ ਦੇਖਣੀ ਪੈਣੀ ਆ, ਚੀਜ਼ਾਂ ਦੇ ਨਾਮ ਦੇਖਣੇ ਪੈਣੇ ਆ। ਐਂਡ ਜਿਹੜੇ ਨੋਟਸ ਹੈਗੇ ਆ, ਇਹ ਵੀ ਮੈਂ ਤੁਹਾਨੂੰ ਹੁਣੇ ਅਪਲੋਡ ਕਰ ਦਿੰਦਾ ਗਰੁੱਪ ਦੇ ਵਿੱਚ। ਐਂਡ ਮੇਕ ਸ਼ੋਰ ਕਰਿਓ ਕਿਤੇ ਜਾਵੇ ਨਾ, ਇਹਨੂੰ ਤੁਸੀਂ ਬਣਾ ਕੇ ਆਪਣੇ ਜਿਹੜੀ ਨੋਟ ਟੇਕਿੰਗ ਤੁਸੀਂ ਕਰ ਰਹੇ ਹੋ ਕਾਪੀ ਦੇ ਉੱਤੇ, ਹਨਾ, ਜੋ ਜੋ ਚੀਜ਼ਾਂ ਪੜ੍ਹਾਈਆਂ ਹੈਗੀਆਂ ਇਹਨਾਂ ਨੂੰ ਐਜ਼ ਏ ਰੈਫਰੈਂਸ ਯੂਜ਼ ਕਰੋ, ਹਨਾ। ਵੀਡੀਓ ਦੇਖ ਰਹੇ ਹੋ, ਕਿਉਂਕਿ ਕਈ ਚੀਜ਼ਾਂ ਕੀ ਹੁੰਦੀਆਂ, ਮੈਂ ਬੋਲ ਰਿਹਾ ਆ ਇਹਦੇ ਵਿੱਚ ਨਹੀਂ ਹੁੰਦੀਆਂ, ਹਨਾ, ਉਹਨਾਂ ਨੂੰ ਲਿਖ ਲਓ ਤੁਸੀਂ ਬੇਸਿਕਲੀ, ਜਿੱਦਾਂ ਕਈ ਮੈਂ ਐਗਜ਼ਾਮਪਲਸ ਦੇ ਰਿਹਾ ਤੁਹਾਨੂੰ, ਠੀਕ ਹੈ। ਅਤੇ ਆਪਣੇ ਨੋਟਸ ਜਿਹੜੇ ਹੈਗੇ ਉਹ ਤਿਆਰ ਕਰੋ ਵਧੀਆ ਤਰੀਕੇ ਨਾਲ, ਠੀਕ ਹੈ। ਸੋ ਕੱਲ੍ਹ ਆਪਾਂ ਦੇਖਾਂਗੇ ਟੈਲਨ ਸੈਫਲੋਨ ਕੀ ਹੁੰਦਾ, ਓਕੇ, ਡਾਇਨ ਸੈਫਲੋਨ ਕੀ ਆ, ਮੈਜ਼ਿਨ ਸੈਫਲੋਨ ਕੀ ਹੈਗਾ, ਮੈਟਨ ਸੈਫਲੋਨ ਕੀ ਹੈਗਾ, ਓਕੇ, ਮਾਇਲ ਸੈਫਲੋਨ ਕੀ ਹੈਗਾ, ਦੈਨ ਬ੍ਰੇਨ ਸਟੈਮ ਓਵਰਵਿਊ, ਨਿਊਰੋਨ ਦੀ ਗੱਲ ਕਰਾਂਗੇ, ਸੋਮਾ, ਹੈ ਨਾ। ਸੋ ਐਕਸੋਨ, ਮਾਇਲਿਨ ਸ਼ੀਟਸ, ਮੈਂਬਰਨਸ। ਸੋ ਕੱਲ੍ਹ ਦਾ ਦਿਨ ਵੀ ਆਪਾਂ ਨੂੰ ਕੀ ਲੱਗਣਾ ਹੈਗਾ, ਦੇਖੋ ਇਹ 84-85 ਪੇਜਾਂ ਦੀ PPT ਆ। ਸੋ ਕੱਲ੍ਹ ਦਾ ਦਿਨ ਵੀ ਆਪਾਂ ਨੂੰ ਜਿਹੜਾ ਸਟਰਕਚਰ ਹੈਗਾ ਉਹਨੂੰ ਸਮਝਣ ਦੇ ਵਿੱਚ ਲੱਗ ਜਾਣਾ ਹੈਗਾ।